ਪਦਾਰਥ ਨਾਨਕਾ ਮਨ ਮੰਨੈ ਸੁਖ ਹੋਇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਤ ਗੁਰ ਮੇਰਾ ਬੇ ਮਹਤਾਜ ਸਤ ਗੁਰ ਮੇਰਾ ਸੱਚਾ ਸਾਜ ਸਤ ਗੁਰ ਮੇਰਾ ਸਭ ਸੁਖ ਦਾ ਦਾਤਾ ਸਤ ਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇ ਸਤ ਗੁਰ ਮੇਰਾ ਸਰਬ ਪ੍ਰਤ ਪਾਲੈ ਸਤ ਗੁਰ ਮੇਰਾ ਮਾਰ ਜਿਵਾਲੈ ਸਤ ਗੁਰ ਮੇਰੇ ਕੀ ਵਡਿਆਈ ਪਰਗਟ ਪਈ ਹੈ ਸਬਨੀ ਥਾਂ ਈ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪਰਮ ਸਨਮਾਨ ਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਪਰਿਵਾਰ ਨੇ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਹ ਟਾਸਰਾ ਲੈਂਦਿਆਂ ਹੋਇਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਆਪਣੇ ਗ੍ਰਹਿ ਵਿਖੇ ਲਿਆ ਕੇ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਮੇਰੇ ਤੋਂ ਪਹਿਲਾਂ ਆਪ ਜੀ ਨੇ ਪਾਈ ਸਭ ਹੋਣਾ ਪਾਸ ਸ੍ਰਵਣ ਕੀਤਾ ਆਓ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਜਲ ਪਾਣੀ ਛਕਣ ਉਪਰੰਤ ਗੁਰੂ ਦੀ ਗੋਦ ਵਿੱਚ ਬਹੁਤ ਪਿਆਰ ਨਾਲ ਜੁੜ ਕੇ ਬੈਠੀਏ ਕੁਝ ਸਮਾਂ ਸਤਿਗੁਰ ਦੀ ਪਾਵਨ ਬਾਣੀ ਦੀ ਵਿਚਾਰਨਾ ਸਾਂਝ ਪਾਈਏ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਸਾਰੀ ਸੰਗਤ ਬੜੇ ਉਦਬ ਨਾਲ ਫਤਿਹ ਪ੍ਰਵਾਨ ਕਰੋ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਾਣੀ ਵਿੱਚ ਬਹੁਤ ਸੁੰਦਰ ਫਰਮਾਉਂਦੇ ਨੇ ਕਿ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਪਰਮੇਸ਼ਰ ਨੂੰ ਯਾਦ ਕਰਨ ਵਕਤ ਕਈ ਕਿਸਮ ਦੇ ਬਹਾਨੇ ਲਾਉਂਦਾ ਹੈ ਕਿਸੇ ਮਨੁੱਖ ਨੂੰ ਤੁਸੀਂ ਕਹੋ ਕਿ ਗੁਰੂ ਦੇ ਰਸਤੇ ਤੇ ਤੁਰ ਉਹਦੇ ਕੋਲ ਪਹਿਲਾ ਬਹਾਨਾ ਹੋਏਗਾ ਮੇਰੇ ਕੋਲ ਗਰੀਬੀ ਐ ਮੇਰੇ ਕੋਲ ਪੈਸਾ ਐ ਨਹੀਂ ਮੇਰੇ ਕੋਲ ਵੀ ਚਾਰ ਛੱਲੜ ਹੋਣ ਮੇਰੀਆਂ ਲੋੜਾਂ ਪੂਰੀਆਂ ਹੋਣ ਤੇ ਮੈਂ ਵੀ ਗੁਰੂ ਦੇ ਰਸਤੇ ਤੇ ਤੁਰ ਪਾਵਾਂ ਮੈਂ ਵੀ ਰੱਬ ਦਾ ਨਾਮ ਲੈ ਲਵਾਂ ਦੂਜੇ ਮਨੁੱਖ ਦੇ ਕੋਲ ਬਹਾਨਾ ਐ ਮੇਰਾ ਤਨ ਠੀਕ ਨਹੀਂ ਮੈਨੂੰ ਕਈ ਕਿਸਮ ਦੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਮੈਂ ਬਹਿ ਨਹੀਂ ਸਕਦਾ ਖਲੋ ਨਹੀਂ ਸਕਦਾ ਮੈਨੂੰ ਖਾਣਾ ਹਜਮ ਨਹੀਂ ਹੁੰਦਾ ਕਈ ਕਿਸਮਤੀਆਂ ਮੈਂ ਬਿਮਾਰੀਆਂ ਵਿੱਚ ਘਿਰਿਆ ਹੋਇਆ ਹਾਂ ਤੀਜਾ ਮਨੋਖੋ ਹੈ ਜਿਹਦੇ ਕੋਲ ਇਹ ਬਹਾਨਾ ਹੈ ਵੀ ਮੇਰੇ ਕੋਲ ਘਰ ਆਪਣਾ ਨਹੀਂ ਹੈਗਾ ਮੈਂ ਤੇ ਕਿਰਾਏ ਤੇ ਰਹਿਣਾ ਜਦੋਂ ਕਿਤੇ ਮੇਰੇ ਕੋਲ ਆਪਣਾ ਘਰ ਹੋਏਗਾ ਮੇਰੇ ਸਿਰ ਤੇ ਛੱਤ ਹੋਏਗੀ ਮੈਂ ਰੱਬ ਦਾ ਨਾਲ ਲੈ ਲਵਾਂਗਾ ਚੌਥਾ ਮਨੋਖੋ ਹੈ ਜਿਹੜਾ ਕਹਿੰਦਾ ਮੇਰੇ ਕੋਲ ਨੌਕਰੀ ਹੈ ਨਹੀਂ ਮੈਂ ਬੇਰੁਜ਼ਗਾਰ ਹਾਂ ਕੰਮ ਹੋਏਗਾ ਚਾਰ ਛਿੱਲੜ ਮੇਰੇ ਕੋਲ ਹੋਣਗੇ ਮੈਂ ਰੱਬ ਦਾ ਨਾਲ ਲੈ ਲਵਾਂਗਾ ਹੁਣ ਧਿਆਨ ਨਾਲ ਸੁਣਿਓ ਗੁਰੂ ਨਵੇਂ ਪਾਤਸ਼ਾਹ ਜੀ ਕੀ ਫਰਮਾਉਂਦੇ ਨੇ ਕਹਿੰਦੇ ਜਿਸ ਮਨੁੱਖ ਦੇ ਕੋਲ ਸਭ ਕੁਝ ਹੀ ਹੋਵੇ ਤਨ ਵੀ ਹੋਵੇ ਧਨ ਵੀ ਹੋਵੇ ਘਰ ਵੀ ਹੋਵੇ ਬਿਜ਼ਨਸ ਵਪਾਰ ਵੀ ਹੋ ਜੇ ਫਿਰ ਵੀ ਮਨੁੱਖ ਗੁਰੂ ਦੇ ਰਸਤੇ ਤੇ ਨਾ ਤੁਰੇ ਫਿਰ ਤੇ ਕੋਈ ਬਹਾਨਾ ਨਹੀਂ ਲਓ ਸਲੋਕ ਸੁਣ ਲਓ ਤਨ ਧਨ ਸੰਪੈ ਸੁਖ ਦਿਓ ਆਰ ਜਿਹ ਨੀਕੇ ਧਾਮ ਕੋ ਨਾਨਕ ਸੁਨ ਰੇ ਮਨਾ ਸਿਮਰਤ ਸਾਰੇ ਬੋਲੋ ਜਿਨ੍ਹਾਂ ਨੂੰ ਬਾਣੀ ਆਉਂਦੀ ਸਿਮਰਤ ਕਾਹ ਹੈ ਨਰਾਮ ਇਸ ਸਵਾਲੀਆ ਚ ਨਾ ਕੁਐਸਚਨ ਮਾਰਕ ਹੈ ਜਿਵੇਂ ਕੋਈ ਬੰਦਾ ਕਿਸੇ ਨੂੰ ਕਹਿ ਦਿੰਦਾ ਨਾ ਕਿ ਤੂੰ ਆਹ ਕੰਮ ਕਿਉਂ ਨਹੀਂ ਕਰਦਾ ਜਿਵੇਂ ਸਟੂਡੈਂਟ ਘਰੋਂ ਕੰਮ ਕਰਕੇ ਨਾ ਆਵੇ ਤੇ ਟੀਚਰ ਨੂੰ ਪੁੱਛਦਾ ਕਾਕਾ ਤੈਨੂੰ ਕੱਲ ਮੈਂ ਹੋਮਵਰਕ ਦਿੱਤਾ ਸੀ ਤੂੰ ਕਿਉਂ ਨਹੀਂ ਕੀਤਾ ਇਹ ਕੁਐਸਚਨ ਮਾਰਕ ਹੈ ਤੂੰ ਕਿਉਂ ਨਹੀਂ ਕੀਤਾ ਤੋ ਫਿਰ ਅਗਿਓ ਸਟੂਡੈਂਟ ਦੱਸਦਾ ਜੀ ਮੈਂ ਘਰ ਫ੍ਰੀ ਨਹੀਂ ਸੀ ਹੈਗਾ ਮੇਰੇ ਕੋਲ ਟਾਈਮ ਨਹੀਂ ਲੱਗਾ ਮੈਂ ਬਿਮਾਰ ਹੋ ਗਿਆ ਵਗੈਰਾ ਵਗੈਰਾ ਉਹ ਬਹਾਨੇ ਮਾਰਦਾ ਹੈ ਗੁਰੂ ਪਾਸ਼ਾ ਜੀ ਸਾਡੇ ਸਾਹਮਣੇ ਇੱਕ ਸਵਾਲ ਰੱਖਦੇ ਨੇ ਵੀ ਬੰਦਿਆ ਤੇਰੇ ਕੋਲ ਤਨ ਹੀ ਹੈਗਾ ਤਨ ਸਾਰੇ ਬੋਲੋ ਜਿਨ੍ਹਾਂ ਨੂੰ ਬਾਣੀ ਆਉਂਦੀ ਹੈ ਤਨ ਧਨ ਸੰਪੈ ਸੁਖ ਦਿਓ ਅਰ ਅਤੇ ਜੇ ਨੀਕੇ ਤਾਂ ਤਨ ਤੇਰੇ ਕੋਲ ਤਨ ਬੜਾ ਵਧੀਆ ਹੈ ਧਨ ਤੇਰੇ ਕੋਲ ਧਨ ਵੀ ਹੈਗਾ ਤਨ ਧਨ ਸੰਪੈ ਸੰਪੈ ਦਾ ਅਰਥ ਹੈ ਸੰਪਤੀ ਤੇਰੇ ਕੋਲ ਸੰਪਤੀ ਵੀ ਹੈਗੀ ਹੈ ਧਨ ਧਨ ਸੰਪੈ ਸੁਖ ਦੀਓ ਤੇਰੇ ਕੋ ਸਾਰੇ ਸੁੱਖ ਹੈਗੇ ਨੇ ਆਰ ਅਤੀ ਜੇ ਨੀਕੇ ਧਾਮ ਤੇਰੇ ਕੋਲ ਘਰ ਵੀ ਹੈਗਾ ਕਉ ਨਾਨਕ ਸੁਨਰੇ ਮਨਾ ਥੇ ਮਨਾ ਸੁਣ ਧਿਆਨ ਨਾਲ ਕਾਹੇ ਨਾ ਸਿਮਰਤ RAM ਤੂੰ ਹੁਣ ਵੀ ਪਰਮੇਸ਼ਰ ਦਾ ਨਾਮ ਕਿਉਂ ਨਹੀਂ ਜਪਦਾ ਗੁਰੂ ਦੇ ਰਸਤੇ ਤੇ ਕਿਉਂ ਨਹੀਂ ਤੁਰਦਾ ਸਾ ਸੰਗਤ ਦੀ ਮਨੋਖ ਨਾ ਜਿਹੜਾ ਸੁਖ ਹੈ ਜਿਹੜਾ ਦੁਨਿਆਵੀ ਤੌਰ ਤੇ ਸੁਖ ਹੈ ਇਹ ਮਨੁੱਖ ਨੂੰ ਕਈ ਵਾਰੀ ਲੱਗਦਾ ਵੀ ਇਹ ਪਦਾਰਥ ਮੇਰੇ ਕੋਲ ਆਗੇ ਤੇ ਮੈਂ ਆਤਮ ਸਰੀਰਕ ਤੌਰ ਤੇ ਸੁਖੀ ਹੋ ਗਿਆ ਸ਼ਾਇਦ ਮੈਂ ਮਾਨਸਿਕ ਤੌਰ ਤੇ ਵੀ ਸੁਖੀ ਹੋ ਜਾਵਾਂਗਾ ਸ਼ਾਇਦ ਐਸਪੀਡੀ ਨੇ ਨਹੀਂ ਵੇਖਿਆ ਜਿਹੜੀ ਤੁਹਾਡੇ ਚ ਵੱਡੀ ਉਮਰ ਦੇ ਬੈਠੇ ਆ ਬਜ਼ੁਰਗ ਉਹਨਾਂ ਨੇ ਤੇ ਇੱਕ ਯੁੱਗ ਪਲਟਦਾ ਹੋਇਆ ਵੇਖਿਆ ਜੇ ਆਪਾਂ ਥੋੜਾ ਜਿਹਾ ਪਿਛੇ ਚੱਲ ਜਾਈਏ ਕਿਵੇਂ ਜਿਹੜੇ ਸਾਧਨ ਅੱਜ ਆਪਣੇ ਕੋ ਹੈਗੇ ਨੇ ਇਸ ਟਾਈਮ ਆਪਾਂ 2024 ਵਿੱਚ ਬੈਠੇ ਆ ਜਿਹੜੇ ਸਾਧਨ ਇੱਥੇ ਆਪਣੇ ਕੋ ਇਸ ਟਾਈਮ ਹੈਗੇ ਆ ਸਫਰ ਕਰਨ ਵਾਲੇ ਕਰਾਂ ਚ ਠੰਡ ਦੂਰ ਕਰਨ ਵਾਲੇ ਕਰਾਂ ਚ ਗਰਮੀ ਦੂਰ ਕਰਨ ਵਾਲੇ ਕੀ ਅੱਜ ਤੋਂ 50 ਸਾਲ ਪਹਿਲਾਂ ਹੈਗੇ ਸੀ ਤੁਹਾਡੇ ਚ ਕੋਈ 70 ਸਾਲ ਵਾਲੇ ਬੈਠੇ ਹੋਣੇ ਆਂ ਕਈ 90 ਸਾਲ ਵਾਲੇ ਵੀ ਬੈਠੇ ਹੋਣੇ ਨੇ ਜਿਹੜੇ 50 60 ਸਾਲ 50 ਸਾਲ ਵਾਲੇ ਬੈਠੇ ਉਹ ਵੀ ਦਸ ਦਿਨ ਈ ਇਮਾਨਦਾਰੀ ਨਾਲ ਵੀ ਜਿਹੜੇ ਅੱਜ ਸੁਖ ਹੈਗੇ ਆਪਣੇ ਕੋ ਇੱਕ ਸ਼ਹਿਰ ਤੋਂ ਆਪਾਂ ਆਪਣੇ ਘਰੋਂ ਜਾਣਾ ਹੋਵੇ ਤੇ ਆਪਾਂ ਪਰਿਵਾਰ ਨਾਲ ਗੱਡੀ ਚ ਬੈੰਨੇ ਆਂ ਐਨ ਭਾਵੇਂ ਬਾਹਰ ਮੀਂਹ ਪੈ ਰਿਹਾ ਹੋਵੇ ਸੁੱਕੇ ਕੱਪੜੇ ਪਾ ਕੇ ਬੈੰਨੇ ਆ ਤੇ ਸੁੱਕੇ ਕੱਪੜੇ ਪਾ ਕੇ ਅਗਲੇ ਦੇ ਘਰ ਜਾ ਕੇ ਉਤਰ ਜਾਂਦੇ ਆ ਸਾਧਨ ਵੀ ਆਗੇ ਵਧੀਆ ਜਿਨੇਕ ਬੰਦੇ ਕੋਲ ਸਮਰੱਥਾ ਬੰਦੇ ਨੇ ਸਾਧਨ ਵੀ ਆ ਤੁਸੀਂ ਕੱਲ ਦਾ ਹੀ ਵੇਖ ਲਓ ਵੀ ਇੱਕ ਦਿਨ ਤੇਲ ਦੀ ਮਾੜੀ ਜੀ ਪ੍ਰੋਬਲਮ ਆਈ ਤੇ ਕਿਦਾਂ ਚੀਕਾਂ ਨੇ ਗਲੀਆਂ ਸਾਰਿਆਂ ਦੀ ਇਹਦਾ ਮਤਲਬ ਹੈ ਅਸੀਂ ਕਿੰਨੇ ਮੌਤਾਜ ਹੋ ਗਏ ਇਹਨਾਂ ਗੱਲਾਂ ਤੇ ਜਦੋਂ ਸਾਧਨ ਹੈਗੇ ਨਾ ਸਾਡੇ ਘਰਾਂ ਦੇ ਵਿੱਚ ਤੇ ਜੀ ਦੋ ਮਿੰਟ ਪਿੱਛੇ ਜਾ ਕੇ ਸੋਚੋ ਵੀ ਇਹ ਚੀਜ਼ਾਂ ਮਨੁੱਖ ਦੇ ਕੋਲ ਨਹੀਂ ਸੀ ਹੈਗੀਆਂ ਰੋਟੀ ਉਹ ਵੀ ਮਨੁੱਖ ਆ ਰਿਹਾ ਸੀ ਅੱਜ ਹਰ ਕਿਸਮ ਦੇ ਸਾਧਨ ਬੰਦੇ ਕੋਲ ਗੱਡੀਆਂ ਆ ਗਈਆਂ ਨੇ ਘਰਾਂ ਦੇ ਵਿੱਚ ਸਰਦੀ ਦੂਰ ਕਰਨ ਦੇ ਮਨੁੱਖ ਦੇ ਕੋਲ ਸਾਧਨ ਆ ਗਏ ਮਾੜੀ ਜੀ ਠੰਡ ਲੱਗਦੀ ਹੈ ਹੀਟਰ ਲਾ ਲਿੰਦਾ ਗਰਮੀ ਲੱਗਦੀ ਐ ਤੇ ਮਨੋਖ ਬੋਲੋ ਸਾਰੇ ਜੀ ਏਸੀ ਲਾ ਲੈਂਦਾ ਇਹ ਸਾਰੇ ਸੁੱਖ ਆਉਣ ਤੋਂ ਬਾਅਦ ਇਮਾਨਦਾਰੀ ਨਾਲ ਸੋਚਿਓ ਕੀ ਬੰਦਾ ਮਾਨਸਿਕ ਤੌਰ ਤੇ ਸੁਖੀ ਹੈਗਾ ਸਾਰੇ ਸੁੱਖ ਆਉਣ ਤੋਂ ਬਾਅਦ ਬੰਦਾ ਮਾਨਸਿਕ ਤੌਰ ਤੇ ਸੁਖੀ ਹੈ ਜਦੋਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗਾਂ ਕੋਲੇ ਸਾਧਨ ਨਹੀਂ ਸੀ ਹੈਗੇ ਕਿਤੇ ਨਾ ਕਿਤੇ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਵੇਖਿਓ ਜਦੋਂ ਪਦਾਰਥ ਘੱਟ ਸੀ ਨਾ ਉਦੋਂ ਮਨੋਖ ਅੰਦਰੋਂ ਸਕੂਨ ਦੇ ਨਾਲ ਵੀ ਜ਼ਿਆਦਾ ਭਰਿਆ ਸੀ ਕਿਉਂਕਿ ਜਿੰਨੀ ਚਮਕ ਦਮਕ ਵਧੇਗੀ ਜਿੰਨੀ ਬਾਹਰ ਦੀ ਦਿਖ ਵਧੇਗੀ ਬੰਦਾ ਬੇਚੈਨ ਵੀ ਹੋਏਗਾ ਤੋਖਾ ਬੇਈਮਾਨੀ ਸ਼ੁਕਰਾਨਾ ਮਾਲਕ ਦਾ ਜ਼ਿੰਦਗੀ ਚੋਂ ਨਿਕਲਦਾ ਜਾ ਰਿਹਾ ਹੈ ਇਹ ਤਾਂ ਬਹਾਨਾ ਬਣਿਆ ਅੱਜ ਪਰਿਵਾਰ ਨੇ ਆਕਾਲ ਪੁਖ ਦਾ ਊਟ ਆਸਰਾ ਲੈਂਦਿਆਂ ਹੋਏ ਆ ਵੇਖੋ ਸਾਡੇ ਸਾਨੂੰ ਪਾਤਸ਼ਾਹ ਨੇ ਜੋ ਰਾਹ ਵਿਖਾਇਆ ਨਾ ਬੜਾ ਪਿਆਰਾ ਹੈ ਸਾਡੇ ਘਰ ਤੀ ਹੋਵੇ ਸਾਡੇ ਘਰ ਪੁੱਤ ਹੋਵੇ ਅਸੀਂ ਹਰ ਵਕਤ ਮਾਲਕ ਦਾ ਸ਼ੁਕਰਾਨਾ ਕਰਨਾ ਈਵਨ ਇਦਾਂ ਕਹਿ ਲਈਏ ਵੀ ਸਾਡੀ ਜ਼ਿੰਦਗੀ ਚ ਜੇ ਸੁੱਖ ਦੇ ਤਾਂ ਤੁਜੇ ਆਰਾਧੀ ਦੁੱਖ ਵੀ ਤੁਜੇ ਧਿਆਈ ਜੇ ਸੁੱਖ ਹੈ ਅਸੀਂ ਤਾਂ ਵੀ ਤੇ ਹੋਣਾ ਹੈ ਇਹ ਗੁਰਨਾਣ ਸਾਹਿਬ ਦਾ ਘਰ ਹੈ ਜਿੱਥੇ ਦੁੱਖ ਨੂੰ ਵੀ ਦਾਤ ਆ ਕੇ ਅਹਿਸਾਸ ਹੋ ਗਿਆ। ਕਹਤਿਆਂ ਦੁੱਖ ਭੁੱਖ ਸਾਰੇ ਬੋਲੋ ਜੀ। ਕਹਤਿਆਂ ਦੁੱਖ ਸਦ ਮਾਰ ਇਹ ਪੇ ਦਾਤ ਤੇਰੀ। ਇਹ ਕਿਹੜੀ ਬਾਣੀ ਚੋਂ ਇੰਜੀ ਪੜਾ? ਜਬਜੀ ਸਾਹਿਬ ਦੇ ਵਿੱਚੋਂ। ਜਦੋਂ ਭਾਈ ਸਾਹਿਬ ਬੋਲ ਰਹੇ ਸੀ ਨਾ ਸਟੇਜ ਤੇ ਕਿ ਅਸੀਂ ਮਹਾਰਾਜ ਦਾ ਸਰੂਪ ਆਪਣੇ ਘਰ ਲੈ ਕੇ ਆਏ ਤੇ ਮੈਂ ਇੱਕ ਚੀਜ਼ ਮਨ 'ਚ ਸੋਚਦਾ ਸੀ। ਕਦੀ ਸਾਡੇ ਘਰਾਂ ਦੇ ਇਹ ਅਵਸਥਾ ਮ ਹੁੰਦੀਆਂ ਸ੍ਰੀ ਕੇ ਪੁਰਾਣਾ ਸਮਾਸੀ ਜਦੋਂ ਸਿੱਖ ਨਾ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਵਿੱਚ ਅੱਜ ਵਰਗੇ ਸਾਧਨ ਥੋੜਾ ਹੈਗੇ ਸੀ ਜਦੋਂ ਵੱਡਾ ਕੱਲੂਕਾਰਾ ਵਾਪਰਿਆ ਛੋਟਾ ਕੱਲੂਕਾਰਾ ਵਾਪਰਿਆ ਆਪਾਂ ਪਿਛਲਾ ਹਫਤਾ ਅਜੇ 10 ਦਿਨ ਨਹੀਂ ਹੋਏ ਸਭ ਜਿਆਦਿਆਂ ਦੇ ਦਿਨ ਮਨਾ ਕੇ ਹਟੇ ਆ ਕਿੱਦਾਂ ਤੇ ਉਹ ਵਿਖੜੇ ਪੈਂਡਿਆਂ ਵਿੱਚੋਂ ਗੁਰੂ ਪਾਤਸ਼ਾਹ ਜੀ ਆਪਣੇ ਪਰਿਵਾਰ ਸਮੇਤ ਲੰਗੇ ਨੇ ਪਰ ਫਿਰ ਵੀ ਪਾਤਸ਼ਾਹ ਜੀ ਢੈਂਦੀ ਕਲਾ ਵਿੱਚ ਨਹੀਂ ਗਏ ਚੜ੍ਹਦੀ ਕਲਾ 'ਚ ਆਪਣੇ ਆਪ ਨੂੰ ਰੱਖਿਆ ਅੱਜ ਜੇ ਅਸੀਂ ਵੇਖੀਏ ਤੇ ਸਾਡੇ ਸਮਾਜ ਦੇ ਵਿੱਚ ਸਾਡੇ ਕੋਲ ਸਭ ਕੁਝ ਹੈ ਰਹਿਣ ਸਹਿਣ ਨੂੰ ਹੈਗਾ ਇਹ ਸਾਡੇ ਕੋਲ ਹਰ ਇੱਕ ਪ੍ਰਕਾਰ ਦਾ ਜਿਹੜਾ ਸਰੀਰ ਨੂੰ ਸੁੱਖ ਦੇਣ ਵਾਲੀਆਂ ਸਹੂਲਤਾਂ ਸਾਰੀਆਂ ਸਾਡੇ ਕੋਲ ਹੈਗੀਆਂ ਨੇ ਪਰ ਅਸੀਂ ਅੰਦਰੋਂ ਬੇਚੈਨ ਕਿਉਂ ਆ ਕਿਉਂਕਿ ਅੱਜ ਵਿਚਾਰ ਸਾਫ਼ ਨਹੀਂ ਹੈਗੇ ਸਾਡੇ ਕੋਲ ਵਿਚਾਰਾਂ ਦਾ ਸਾਗਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਿੰਨਾ ਚੰਗਾ ਹੋਵੇ ਹਰ ਪਰਿਵਾਰ ਦੀ ਸ਼ੁਰੂਆਤ ਸਵੇਰੇ ਸਤਗੁਰ ਦੀ ਬਾਣੀ ਤੋਂ ਹੋਵੇ ਮਾਰੇ ਧਿਆਨ ਮੇਰੀਓ ਪੈਣੋਂ ਕਿੰਨੇ ਕਾਰਨ ਜਿੰਨਾ ਕਰਨ ਸਵੇਰੇ ਆਪਣੇ ਘਰ ਦੇ ਦਿਨ ਦੀ ਸ਼ੁਰੂਆਤ ਸਤਗੁਰ ਦੀ ਬਾਣੀ ਤੋਂ ਹੁੰਦੀ ਹੈ ਛਰੇ ਉੱਠ ਕੇ ਮਾਂ ਪਾਠ ਕਰੇ ਗੁਰਬਾਣੀ ਦਾ ਬਾਪ ਆਪਣੇ ਬੱਚਿਆਂ ਨਾਲ ਬੈਠ ਕੇ ਸਤਿਗੁਰ ਦੀ ਬਾਣੀ ਪੜ੍ਹੇ ਸਤਿਗੁਰ ਦੀ ਬਾਣੀ ਨੂੰ ਸਮਝੇ ਕਿ ਸਤਿਗੁਰ ਨੇ ਸਾਨੂੰ ਕਿੰਨਾ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ ਤੁਸੀਂ ਨਿਹੰਗ ਸਿੰਘ ਵੇਖੀ ਉਹਨਾਂ ਦੇ ਨਾ ਖੱਬੇ ਬੰਨੇ ਇੱਕ ਬੈਗ ਹੁੰਦਾ ਛੋਟਾ ਜਿਹਾ ਥੈਲਾ ਹੁੰਦਾ ਜਿਹੜਾ ਉਹ ਪਾਉਂਦੇ ਨਾ ਚੋੜਾ ਉਹਦੇ ਖੱਬੇ ਬੰਨੇ ਇੱਕ ਇੱਕ ਥੈਲਾ ਜਿਹਾ ਹੁੰਦਾ ਉਹਨਾਂ ਨੇ ਪਾਇਆ ਉਹ ਪਤਾ ਕਾਦਾ ਸੀ ਇਸ ਬੰਨੇ ਘਾਤਰਾ ਪਾਉਂਦੇ ਸੀ ਇਸ ਬੰਨੇ ਇੱਕ ਥੈਲਾ ਹੁੰਦਾ ਉਹ ਚ ਬਾਣੀ ਦੀ ਪੋਥੀ ਹੁੰਦੀ ਸੀ ਪੁਰਾਣੇ ਜਿਹੜੇ ਨਿਹੰਗ ਸਿੰਘ ਹੁੰਦੇ ਸੀ ਪ੍ਰਣਾ ਹਰ ਸਿੱਖ ਆਪਣੇ ਕੋਲ ਬਾਣੀ ਦੀ ਪੋਥੀ ਨਾਲ ਰੱਖਦਾ। ਸਫਰੀ ਬੀੜਾਂ ਤੁਹਾਡੇ ਚੁਕੀਆਂ ਨੇ ਵੇਖੀ ਹੋਣੀਆਂ ਛੋਟੀਆਂ ਉਹਦਾ ਆਕਾਰ ਛੋਟਾ ਹੁੰਦਾ। ਸਫਰ ਕਰਨ ਵਾਲੀ ਛੋਟੀ ਬੀੜ ਦੀ ਵੀ ਸਫਰ ਦੇ ਵਿੱਚ ਵੀ ਤੁਸੀਂ ਬੀੜ ਨੂੰ ਜਿੱਥੇ ਮਰਜ਼ੀ ਰੱਖ ਕੇ ਗੁਰਬਾਣੀ ਪੜ ਸਕੋ ਇਹ ਸਮਾਂ ਸੀ ਕਦੀ ਸਿੱਖਾਂ ਦੇ। ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰੀਆਂ, ਛੱਪੜਾਂ ਦਾ ਪਾਣੀ ਪੀਤਾ, ਦਰਖਤਾਂ ਦੇ ਸੁੱਕੇ ਪੱਤੇ ਭਰੂ ਕੇ ਖਾਦੇ ਪਰ ਸਿੱਖ ਬਾਣੀ ਨਾਲੋਂ ਨਹੀਂ ਟੁੱਟਾ। ਜੋ ਸਾਡੇ ਕੋਲ ਪਦਾਰਥ ਵੱਧ ਆਏ, ਸਾਡੇ ਕੋਲ ਰਹਿਣ ਸਹਿਣ ਵਧਿਆ ਆ। ਅੱਜ ਘਰਾਂ 'ਚੋਂ ਬਾਣੀ ਨਿਕਲ ਗਈ ਸਾਡੇ। ਸਤਗੁਰ ਦੀ ਬਾਣੀ ਪਖੰਡਵਾਦ ਨੇ ਸਾਡੇ ਘਰਾਂ ਜਨਮ ਲੈ ਲਿਆ ਕੋ ਕਿਸੇ ਨੂੰ ਮੱਥਾ ਟੇਕੀ ਜਾਂਦਾ ਕੋ ਕਿਸੇ ਨੂੰ ਮੱਥਾ ਟੇਕੀ ਜਾਂਦਾ ਗੁਰਬਾਣੀ ਤੇ ਅੱਜ ਸਾਡੇ ਘਰਾਂ ਚੋਂ ਲਬਦੀ ਤੇ ਨਸ਼ਿਆਂ ਨੇ ਵਹਿਮਾਂ ਨੇ ਪਰਮਾਂ ਨੇ ਪਖੰਡਾਂ ਨੇ ਸਾਨੂੰ ਇਹੋ ਜਿਹਾ ਘੇਰਾ ਪਾਇਆ ਹੈ ਅਸੀਂ ਗੁਰੂ ਦੀ ਬਾਣੀ ਤੋਂ ਕੋਹਾਂ ਦੂਰ ਜਾ ਕੇ ਬਹਿ ਗਏ ਕਦੀ ਸਮਾਂ ਸੀ ਆਪਾਂ ਸਾਰੇ ਗ੍ਰਸਤੀ ਬੈਠੇ ਆ 7 ਸਾਲ ਦੇ ਸਾਡੇ ਘਰ ਚ ਸਾਡੇ ਬੱਚੇ 8 ਸਾਲ ਦੇ 9 ਸਾਲ ਦੇ ਬੱਚੇ ਕੀ ਹੁੰਦੇ ਨੇ ਸੁੱਤੀਆਂ ਕਿਦਾਂ ਠਾਉਨੇ ਆਪਾਂ ਉਹਨਾਂ ਨੂੰ 7 ਸਾਲ ਦੇ ਨੇ ਬਾਬਾ ਫਤੇਹ ਸਿੰਘ ਸੂਬੇ ਸਰਹੰਦ ਦੀ ਖੇਚੜੀ ਜਿ ਕਿਦਾਂ ਸਵਾਲਾਂ ਦੇ ਜਵਾਬ ਦਿੰਦੇ ਨੇ ਕਿੰਨੀ ਤਿਆਰੀ ਹੋਏਗੀ ਉਹਨਾਂ ਸਾਹਿਬ ਜਦੋਂ ਕਿੰਨੀ ਘਰੋਂ ਨਹੀਂ ਪੱਕੀ ਕੀਤੀ ਹੋਏਗੀ ਮਾਤਾ ਗੁਜਰਕੌਰ ਨਹੀਂ ਉਹਨਾਂ ਦੀ ਅੱਜ ਮਨੁੱਖ ਦੇ ਕੋਲ ਸਭ ਕੁਝ ਹੋਣ ਤੋਂ ਬਾਅਦ ਵੀ ਸਾਡੇ ਘਰਾਂ 'ਚੋ ਸਤਗੁਰ ਦੀ ਬਾਣੀ ਦੀ ਵਿਚਾਰ ਅੱਜ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਆ ਡਿਪਰੈਸ਼ਨ ਤੇ ਸਿੱਖ ਦੋ ਚੀਜ਼ਾਂ ਇਕੱਠੀਆਂ ਕਿੱਦਾਂ ਹੁੰਦੀਆਂ ਨੇ ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਪੁਰਾਣੇ ਸਮੇਂ ਦੇ ਵਿੱਚ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਹੀ ਨਹੀਂ ਸੀ ਕਿਉਂ ਕਿਉਂਕਿ ਅੱਜ ਇਕੱਲਾਪਨ ਆ ਗਿਆ ਕਦੇ ਮਨੁੱਖ ਸੱਥਾਂ 'ਚ ਬੈਠਦੇ ਸੀ ਥੜਿਆਂ 'ਤੇ ਬੈਠਦੇ ਸੀ ਲੋਕ ਖੇਤਾਂ 'ਚ ਬਹਿ ਕੇ ਜਿਹੜੇ ਲੋਕ ਗੱਲਾਂ ਕਰਨ ਵਾਲੇ ਹੁੰਦੇ ਨੇ ਉਹ ਆਪਣੀ ਫਸਲ ਨਾਲ ਵੀ ਗੱਲਾਂ ਕਰ ਲੈਂਦੇ ਨੇ ਜਿਹੜਾ ਜਿਸ ਬੰਦੇ ਨੇ ਬੋਲਣਾ ਆਪਣੇ ਪਸ਼ੂਆਂ ਨਾਲ ਵੀ ਗੱਲਾਂ ਕਰ ਲੈਂਦਾ ਤੇ ਜਿਹਨੇ ਨਹੀਂ ਬੋਲਣਾ ਉਹ ਚੰਗੇ ਭੜੇ ਘਰ ਦੇ ਵਿੱਚ ਜੀਵਾਂ ਨਾਲ ਵੀ ਨਹੀਂ ਬੋਲਦਾ ਤੁਸੀਂ ਭਗਤਪੁਰਨ ਸਿੰਘ ਦਾ ਕਦੀ ਜੀਵਨ ਪੜ੍ਹ ਕੇ ਵੇਖਿਓ ਤੁਸੀਂ ਅੱਜ ਵੀ ਅੰਮ੍ਰਿਤਸਰ ਜਾਓ ਨਾ ਜਿੱਥੇ ਭਗਤਪੁਰਨ ਸਿੰਘ ਦਾ ਪਿੰਗਲਵਾੜਾ ਹੈ ਤੁਸੀਂ ਵੇਖਿਆ ਜੀ ਇੱਕ ਰੇੜੀ ਦੇ ਵਿੱਚ ਇੱਕ ਵਿਅਕਤੀ ਨੂੰ ਪਾ ਕੇ ਤੇ ਭਗਤਪੁਰਨ ਸਿੰਘ ਜਦੋਂ ਨਾਲ ਲਈ ਫਿਰਦੇ ਹੁੰਦੇ ਸੀ ਤੁਹਾਡੇ ਚੁਕਿਆਂ ਨੇ ਉਹ ਪਿਕਚਰ ਵੇਖੀ ਹੋਣੀ ਹੈ ਫੋਟੋ ਉਹ ਪਤਾ ਕੌਣ ਸੀ ਖੰਨੇ ਇਲਾਕੇ ਦੇ ਵਿੱਚ ਇੱਕ ਜ਼ਿਮੀਂਦਾਰਾਂ ਦੇ ਨਾਲ ਇੱਕ ਮਜ਼ਦੂਰ ਰਲਿਆ ਸੀ ਖੇਤਾਂ 'ਚ ਕੰਮ ਕਰਨ ਵਾਲਾ ਉਹਦੇ ਘਰ ਅਪੰਗ ਬੱਚਾ ਪੈਦਾ ਹੋਇਆ ਅਪਾਜ ਨਾ ਉਹ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਉਹ ਮਜ਼ਦੂਰ ਦੇ ਘਰ ਜਿਹੜਾ ਬੱਚਾ ਪੈਦਾ ਹੋਇਆ ਉਹ ਕਿਸਾਨ ਦੇ ਘਰ ਛੱਡ ਕੇ ਆਪ ਦੌੜ ਗਿਆ ਹੁਣ ਕੁਦਰਤੀ ਗੱਲ ਸੀ ਜੇ ਤੇ ਤੰਦਰੁਸਤ ਹੁੰਦਾ ਤੇ ਕੋਈ ਪਾਲ ਲੈਂਦਾ ਬੱਚਾ ਨਾ ਬੋਲ ਸਕਦਾ ਸੀ ਨਾ ਸੁਣ ਸਕਦੇ ਉਸ ਕਿਸਾਨ ਇਕੱਠੇ ਹੋ ਕੇ ਜਿਨ੍ਹਾਂ ਦੇ ਕੋਲ ਬੱਚਾ ਸੀ ਉਹ ਲੈ ਗਏ ਲਾਹੌਰ ਡੇਰਾ ਬਾਬਾ ਜਿੱਥੇ ਲਾਹੌਰ ਪਾਕਿਸਤਾਨ ਤੋਂ ਨਹੀਂ ਸੀ ਬਣਿਆ ਉੱਥੇ ਉਹ ਲੈ ਗਏ ਬੱਚੇ ਨੂੰ ਵੀ ਇਸ ਬੱਚੇ ਦੀ ਪਰਵਰਿਸ਼ ਕਰੋ ਜੀ ਉੱਥੇ ਉਹਨਾਂ ਕਮੇਟੀ ਦੇ ਹਵਾਲੇ ਕਰਤਾ ਕਮੇਟੀ ਨੇ ਗਰੰਥੀ ਸਿੰਘ ਦੀ ਡਿਊਟੀ ਲਾਤੀ ਗਰੰਥੀ ਸਿੰਘ ਨੇ 2-4 ਦਿਨ ਸੰਭਾਇਆ ਤੇ ਭਗਤ ਜੀ ਉਦੋਂ ਇਹਨਾਂ ਦਾ ਪਹਿਲਾ ਨਾਂ ਸੀ RAM JI DAS ਭਗਤਪੂਰਨ ਸਿੰਘ ਦਾ ਇਹਨਾਂ ਦੀ ਇਹਨਾਂ ਦੇ ਸਪੁਰਦ ਕਰਨ ਤੱਕ ਕਮੇਟੀ ਨੇ ਵੀ ਤੁਸੀਂ ਇਸ ਬੱਚੇ ਨੂੰ ਸੰਭੋ ਤੇ ਭਗਤ ਪੂਰਨ ਸਿੰਘ ਉਸ ਬੱਚੇ ਨੂੰ ساری ਜਿੰਦਗੀ ਜਦੋਂ ਤੱਕ ਭਗਤ ਪੂਰਨ ਦਾ ਜਨਮ 4 ਜੂਨ 1904 ਦਾ ਹੈ ਰਾਜੀਵਾਲ ਪਿੰਡ ਖੰਨੇ ਦੇ ਲਾਗੇ ਤੇ 5 ਅਗਸਤ 1992 ਨੂੰ ਆਖਰੀ ਸਾਹ ਲੈਂਦੇ ਹੈ ਭਗਤ ਪੂਰਨ ਸਿੰਘ ਜੀ ساری ਜਿੰਦਗੀ ਉਸ ਵਿਅਕਤੀ ਨੂੰ ਉਸ ਜਿਹੜਾ ਉਹ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ ਉਹਨੂੰ ਭਗਤਪੂਰਨ ਸਿੰਘ ਜੀ ਆਪਣੇ ਨਾਲ ਰੱਖਦੇ ਸੀ ਉਹਦੇ ਨਾਲ ਸੌਂਦੇ ਸੀ ਅਸੀਂ ਚੰਗੇ ਭੜੇ ਬੰਦਿਆਂ ਨਾਲ ਨਹੀਂ ਗੱਲ ਕਰ ਸਕਦੇ ਭਗਤਪੂਰਨ ਸਿੰਘ ਉਹਦੇ ਨਾਲ ਵੀ ਗੱਲਾਂ ਕਰ ਲੈਂਦੇ ਸੀ ਜਿਹਨੂੰ ਨਾ ਸੁਣਦਾ ਸੀ ਤੇ ਨਾ ਜਿਹੜਾ ਬੋਲ ਸਕਦਾ ਸੀ ਮੈਂ ਗੱਲ ਦੱਸਣਾ ਚਾਹੁੰਨਾ ਵੀ ਗੱਲ ਜਿਹਨੇ ਜਿਹਨੇ ਗੱਲਾਂ ਕਰਨੀਆਂ ਉਹਨੇ ਉਹਦੇ ਨਾਲ ਵੀ ਕਰ ਲੈਣੇ ਜਿਹੜਾ ਤੁਹਾਡੀ ਗੱਲ ਦਾ ਹੰਗਾਰਾ ਵੀ ਨਹੀਂ ਦਿੰਦਾ ਤੇ ਭਗਤਪੂਰਨ ਸਿੰਘ ਦੀ ਮਾਤਾ ਪੰਜਾਬੀ ਸੀ ਪਿਤਾ ਉਹਨਾਂ ਦੇ Hindu ਸੀ ਸ਼ਿਭੂਮਲ ਇੱਕ ਘਰ ਦੇ ਵਿੱਚ ਇੱਕੇ ਕਰਜ ਕੀਤਾ ਵੀ ਪੜੀ ਜਾਂਦੀ ਹੈ ਤੇ ਜਪਜੀ ਸਾਹਿਬ ਵੀ ਪੜਿਆ ਜਾਂਦਾ ਹੈ ਕਰਦੇ ਵਿੱਚ ਗੀਤਾ ਵੀ ਮੰਦਰ ਵੀ ਲੈ ਕੇ ਜਾਂਦੀ ਹੈ ਮਾਂ ਉਹਨੂੰ ਤੇ ਗੁਰਦੁਆਰੇ ਵੀ ਜਾਂਦਾ ਕਿਉਂਕਿ ਕੁਜ਼ੁਰਤੀ ਗੱਲ ਹੈ ਪਿਤਾ Hindu ਸੀ ਪਰ ਕਮਾਲ ਦੀ ਗੱਲ ਹੈ ਜਵਜੀ ਸਾਹਿਬ ਆਪਣਾ ਪ੍ਰਭਾਵ ਪਾ ਗਈ ਭਗਤ ਪੂਰਨ ਸਿੰਘ ਦਾ ਪਹਿਲਾ ਨਾਂ RAM ji ਦਾ ਸੀ ਤੇ ਬਾਅਦ ਵਿੱਚ ਖੰਡੇ ਦੀ ਪੌ ਲੈ ਕੇ ਭਗਤ ਪੂਰਨ ਸਿੰਘ ਬਣਿਆ ਤੇ ਭਗਤ ਪੂਰਨ ਸਿੰਘ ਜਿਨ੍ਹਾਂ ਨੇ ਕਦੀ ਜੀਵਨੀ ਪੜ੍ਹੀ ਅਸੀਂ ਚੰਗਿਆਂ ਦੀ ਜੀਵਨੀ ਤੇ ਪੜ੍ਹਦੇ ਹੀ ਨਹੀਂ ਅਸੀਂ ਤੇ ਨਾਟਕਾਂ ਚੇਟਕਾਂ ਗੰਦ ਮੰਦ ਅੱਜ ਤੁਸੀਂ ਵੇਖੋ ਸਾਡੇ ਸਮਾਜ ਦੀ ਹਾਲਾਤ ਕਿਹੜੇ ਬਣੇ ਪਏ ਨੇ ਏਡਾ ਸਾਡੇ ਕੋਲ ਤਗੜਾ ਇਤਿਹਾਸ ਹੈ ਸਾਡੇ ਕੋਲ ਐਡੀਆਂ ਨਿੱਗਰ ਵਿਚਾਰਾਂ ਨੇ ਅਸੀਂ ਸਾਡਾ ਨੌਜਵਾਨੀ ਦਾ ਇਸ ਬੰਨੇ ਧਿਆਨ ਹੀ ਹੈ ਨਹੀਂ ਨਾ ਅਸੀਂ ਕੋਈ ਚੰਗਾ ਪੜਨਾ ਨਾ ਸੁਣਨਾ ਵਿਚਾਰਾਂ ਸਾਡੇ ਘਰਾਂ ਤੋਂ ਨਿਕਲ ਗਏ ਕਦੀ ਬੈਠ ਕੇ ਸੱਥਾਂ ਤੇ ਚੰਗੀਆਂ ਗੱਲਾਂ ਹੁੰਦੀਆਂ ਸੀ ਕੋਈ ਚੰਗੀਆਂ ਵਿਚਾਰਾਂ ਕਰਦਾ ਸੀ ਸੰਗਤ ਦਾ ਬੜਾ ਵੱਡਾ ਅਸਰ ਜਦੋਂ ਮਨ ਕੋ ਚੰਗਿਆਂ ਕੋਲ ਬੈਠਦਾ ਚੰਗੀਆਂ ਗੱਲਾਂ ਸੁਣਦਾ ਹੈ ਚੰਗੇ ਵਿਚਾਰ ਜਿੰਦਗੀ ਚਾਹੁੰਦੇ ਨੇ ਚੰਗੇ ਕੰਮ ਕਰਦਾ ਮਾੜਿਆਂ ਕੋਲ ਬੈਠੇਗਾ ਉਹਦੇ ਤੇ ਮਾੜਾ ਪ੍ਰਭਾਵ ਪਵੇਗਾ ਤਾਂ ਸਤਗੁਰ ਨੇ ਆਖਿਆ ਸੀ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸੰਗਤ ਦਾ ਐਡਾ ਵੱਡਾ ਅਸਰ ਹੈ ਤੁਹਾਡੀ ਫਸਲ ਰਾਤ ਸੁੱਕ ਰਹੀ ਹੋਵੇ ਤੁਸੀਂ ਰਾਤ ਨੂੰ ਪਾਣੀ ਦੇ ਦਿਓ ਦਿਨ ਚੜਦੇ ਨੂੰ ਆਪਣਾ ਸਿਰ ਚੁੱਕ ਆਉਂਦੀ ਹੈ ਇਹਦਾ ਮਤਲਬ ਪਾਣੀ ਦਾ ਫਸਲ ਨੇ ਸੰਗ ਕੀਤਾ ਤੇ ਪਾਣੀ ਦਾ ਫਸਲ ਉਤੇ ਅਸਰ ਹੋਇਆ ਆਪਣਾ ਬੂਟਾ ਘਰ ਚ ਗਮਲੇ ਵਿੱਚ ਕੋਈ ਫੁੱਲ ਪੌਦਾ ਸੁੱਕ ਰਿਹਾ ਹੋਵੇ ਤੁਸੀਂ ਰਾਤ ਨੂੰ ਅੱਧਾ ਬਾਲਟੀ ਭਰ ਕੇ ਪਾਣੀ ਦੀ ਪਾ ਦਿਓ ਸਵੇਰ ਨੂੰ ਬੂਟਾ ਰਿਆ ਹੋ ਜਾਂਦਾ ਹੈ ਜਿਹੜਾ ਮਨ ਹੈ ਜਦੋਂ ਇਹਨੂੰ ਸੱਤ ਦੀ ਸੰਗਤ ਦਾ ਜਲ ਮਿਲੇਗਾ ਇਹ ਵੀ ਹਰਿਆ ਹੋਏਗਾ ਅੱਜ ਮਨ ਕਿਉਂ ਨਹੀਂ ਹਰਿਆ ਅੱਜ ਬੰਦਾ ਦੁਖੀ ਹੈ ਜਿਹਦੇ ਕੋ ਪੈਸੇ ਹੈਗੇ ਉਹ ਵੀ ਦੁਖੀ ਜਿਹੜਾ ਨਹੀਂ ਹੈ ਜਿਹਦੇ ਕੋ ਨਹੀਂ ਹੈਗੇ ਉਹ ਵੀ ਦੁਖੀ ਹੈ ਪਰੇਸ਼ਾਨ ਹੈ ਕਾਰਨ ਲੱਭ ਕੇ ਵੇਖਿਓ ਤੁਸੀਂ ਕਈ ਮਾਫ ਕਰਨਾ ਮੈਂ ਪਹਿਲਾਂ ਹੱਥ ਜੋੜ ਕੇ ਮਾਫੀ ਮੰਗਲਾਂ ਅੱਜ ਹਾਲਾਤੇ ਬਣੇ ਸੁੱਖ ਬਾਹਰ ਨਹੀਂ ਹੈਗਾ ਕਿਤੇ ਸੁੱਖ ਬੰਦੇ ਦੇ ਅੰਦਰ ਹੈ ਸੋਖ انسان ਦੇ ਅੰਦਰ ਹੈ ਸੁਖ ਜਿਹੜੀ ਹੈ ਉਹ ਤੁਹਾਡੇ ਅੰਦਰ ਹੈ ਸਤਗੁਰ ਨੇ ਤਾਂ ਆਖਿਆ ਸੀ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਮਨ ਰੇ ਥਿਰ ਰਹੋ ਹੇ ਮਨ ਟਿਕ ਜਾ ਕਥਾਂ ਤੇ ਮਤ ਕਤ ਜਾਹੀਂ ਜੀਓ ਬਾਹਰ ਢੂੰਡੇ ਤੋ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀ ਸੁਖ ਤੇਰੇ ਅੰਦਰ ਹੈ ਪਿੰਡ ਵਾਲੇ ਲੱਗ ਜਾਂਦਾ ਸ਼ਹਿਰ ਸੁਖ ਹੈ ਸ਼ਹਿਰ ਵਾਲੇ ਲੱਗ ਜਾਂਦਾ ਹੋਰ ਵੱਡੇ ਸ਼ਹਿਰ ਜਾਵਾਂਗਾ ਉੱਥੇ ਸੁਖ ਹੈ ਉਹ ਸ਼ਹਿਰ ਨੂੰ ਲੱਗ ਜਾਂਦਾ ਨਹੀਂ ਇੱਥੇ ਨਹੀਂ ਗੱਲ ਬਣਨੀ ਸਾਹ ਕਿਤੇ ਮੈਂ ਵਿਦੇਸ਼ ਚਲ ਜਾਵਾਂ ਸਾਇ ਸੁਖੀ ਐ ਮੈਂ ਸਾਰਿਆਂ ਦੇਸ਼ਾਂ ਦਾ ਪਾਣੀ ਪੀਤਾ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਸੁਖ ਬੰਦਿਆ ਤੇਰੇ ਆਪਣੇ ਅੰਦਰ ਐ ਜਿਨੇ ਨਹੀਂ ਸੁਖੀ ਹੋਣਾ ਉਹਨੇ ਪਿੰਡ ਚ ਨਹੀਂ ਹੋਣਾ ਜਿਨੇ ਹੋਣਾ ਉਹਨੇ ਪਿੰਡ ਚ ਵੀ ਸੁਖੀ ਹੋ ਜਾਣਾ ਮੈਂ ਬਾਹਰ ਵੀ ਬੰਦੇ ਰੋਂਦੇ ਵੇਖੇ ਨੇ ਸਮਾਜ ਦੇ ਵਿੱਚ ਕਾਰ ਲੱਭ ਕੇ ਵੇਖਿਓ ਤੁਸੀਂ ਠੀਕ ਐ ਸਾਨੂੰ ਪੈਸਾ ਚਾਹੀਦਾ ਐ ਪੈਸੇ ਦੇ ਬਿਨਾ ਗੁਜਰਾਨ ਨਹੀਂ ਹੈਗਾ ਮਨੁੱਖ ਦੇ ਕੋਲ ਚੰਗਾ ਕਾਰ ਹੋਵੇ ਰੈਸ਼ ਹੋਵੇ ਪਰ ਲੱਭ ਕੇ ਵੇਖਿਓ ਅੱਜ ਬੰਦੇ ਕੋਲ ਸਭ ਕੁਝ ਹੈਗਾ ਲੋੜਾਂ ਵੀ ਪੂਰੀਆਂ ਹੋ ਗਈਆਂ ਨੇ ਘਰ ਵੀ ਹੈਗਾ ਗੱਡੀ ਵੀ ਹੈਗੀ ਸਭ ਕੁਝ ਹੈਗਾ ਪਰ ਫਿਰ ਵੀ ਅੰਦਰੋਂ ਬੇਚੈਨ ਕਿਉਂ ਹੈ ਪਰੇਸ਼ਾਨ ਕਿਉਂ ਹੈ ਕਿਉਂਕਿ ਪਰੇਸ਼ਾਨੀ ਬੰਦੇ ਦੇ ਵਿਚਾਰਾਂ ਦੀ ਹੈ ਅੰਦਰੋਂ ਨੂੰ ਵਿਚਾਰ ਤੰਗ ਕਰਦੇ ਨੇ ਕਿਸੇ ਨੂੰ ਕਾਮ ਵਾਸ਼ਨਾਵਾਂ ਤੰਗ ਕਰੀ ਜਾਂਦੀਆਂ ਨੇ ਕਿਸੇ ਨੂੰ ਲਾਲਚ ਤੰਗ ਕਰੀ ਜਾਂਦਾ ਹੈ ਕਿਸੇ ਨੂੰ ਕਰੋਧ ਤੰਗ ਕਰੀ ਜਾਂਦਾ ਹੈ ਕਿਸੇ ਨੂੰ ਮੋਹ ਤੰਗ ਕਰੀ ਜਾਂਦਾ ਸਤਿਗੁਰ ਨੇ ਬਾਣੀ 'ਚ ਪਤਾ ਕੀ ਲਿਖਿਆ ਬੰਦੇ ਅੰਦਰ ਚਾਰ ਨਦੀਆਂ ਵਹਿਦੀਆਂ ਜੀ ਚਾਰ ਨਦੀਆਂ ਪਤਾ ਕਿਹੜੀਆਂ ਕਿਹੜੀਆਂ ਹੰਸ ਧਿਆਨਾ ਸੜਿਓ ਹੰਸ ਦਾ ਅਰਥ ਕੀ ਹੈ ਹਿੰਸਕ ਹੋਣਾ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਜਿਹੜੀ ਨਦੀ ਹੁੰਦੀ ਉਹ ਤਾਂ ਪਾਣੀ ਦੀ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਚਾਰ ਨਦੀਆਂ ਅੱਗ ਦੀਆਂ ਨੇ ਇਹ ਚਾਰ ਨਦੀਆਂ ਅੱਗ ਦੀਆਂ ਕਿਉਂ ਆਖਿਆ ਮਾਰੇ ਨੇ ਸੁਣਿਓ ਧਿਆਨ ਨਾਲ ਹੰਸ ਹੰਸ ਦਾ ਅਰਥ ਕੀ ਹੰਸ ਕੋਣਾ ਹੰਸ ਹੇਤ ਹੇ ਦਾ ਅਰਥ ਹੈ ਮੋਹ ਲੋਭ ਦਾ ਅਰਥ ਹੈ ਲਾਲਚ ਕੋਪ ਦਾ ਅਰਥ ਹੈ ਕਰੋਧ ਪਾਸ਼ਾ ਕੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਬੋਲੋ ਸਾਰੇ ਚਾਰੇ ਨਦੀਆਂ ਇਹ ਕਿੱਥੇ ਵਹਿੰਦੀਆਂ ਭਲਾ ਬੰਦੇ ਦੇ ਅੰਦਰ ਇੱਥੇ ਇੱਥੇ ਇਹ ਬਾਹਰ ਨਹੀਂ ਪਮੇ ਜਿਹੜੇ ਚ ਪੈ ਗਏ ਦਜੇ ਉਹ ਸੜ ਗਏ ਤੇ ਤਰੀਏ ਕਰਮੀ ਲੱਗ ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਗਏ ਉਹ ਇਸ ਅੱਗ ਤੋਂ ਬਚ ਜਾਣਗੇ ਇਸੇ ਅੱਗ ਨੂੰ ਵੇਖ ਕੇ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਸultanpur ਦੀ ਧਰਤੀ ਤੇ ਜਦੋਂ ਗੁਰਨਾਣ ਸਾਹਿਬ ਪਹਿਲੀ ਪ੍ਰਚਾਰ ਫੇਰੀ ਰੰਭ ਕਰਦੇ ਆ ਤੇ ਕਹਿਣਾ ਪਿਆ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਧਰਤੀ ਦਿਸਾਈ ਬਾਜੋਂ ਗੁਰੂ ਗੁਬਾਰ ਹੈ ਹਾ ਹਾ ਕਰਦੀ ਸੁਣੇ ਲੁਕਾਈ ਉਹ ਅੱਗ ਕਿਹੜੀ ਲੱਗੀ ਸੀ ਉਹ ਆਹ ਲੱਗੀ ਸੀ ਹਿੰਸਕ ਹੋਇਆ ਬੰਦਾ ਅੱਜ ਬੰਦਾ ਜਦੋਂ ਹਿੰਸਕ ਹੁੰਦਾ ਹੈ ਨਾ ਇੱਕ ਬੱਚਾ ਵੀ ਆਪਣੇ ਮਾਂ ਤੇ ਹੱਥ ਚੱਕ ਦਿੰਦਾ ਜਦੋਂ ਵਿਅਕਤੀ ਹਿੰਸਕ ਹੁੰਦਾ ਆਪਣੀ ਪਤਨੀ ਤੇ ਵੀ ਹੱਥ ਚੱਕ ਲੈਂਦਾ ਹੈ ਭਰਾ ਭਰਾ ਦਾ ਵੀ ਨੁਕਸਾਨ ਕਰ ਸਕਦਾ ਪਿਓ ਪੁੱਤ ਦਾ ਕਰ ਸਕਦਾ ਸਮਾਜ ਚ ਵੇਖਿਆ ਤੁਸੀਂ ਜਦੋਂ ਬੰਦਾ ਹਿੰਸਕ ਹੁੰਦਾ ਉਹ ਨਹੀਂ ਵੇਖਦਾ ਆਪਣਾ ਕੋਣ ਹੈ ਬੇਗਾਨਾ ਕੋਣ ਹੈ ਹਿੰਸ ਇਹ ਇਹ ਜਿਹੜੀ ਹਿੰਸਾ ਦੀ ਨਦੀ ਬੰਦੇ ਦੇ ਅੰਦਰ ਹੈ ਹਿੰਸਕ ਬੰਦੇ ਨੇ ਕਿੰਨਿਆਂ ਲੋਕਾਂ ਦਾ ਨੁਕਸਾਨ ਕੀਤਾ ਹੈ ਪਰਿਵਾਰਾਂ ਦੇ ਆਪਣੇ ਪਰਿਵਾਰਾਂ ਦੀ ਜੀਆਂ ਦਾ ਆਪ ਹੀ ਨੁਕਸਾਨ ਕਰਕੇ ਬਹਿ ਗਿਆ ਕਿਉਂਕਿ ਅੰਦਰ ਨਦੀ ਵਹਿ ਰਹੀ ਹੈ ਇਸ ਨਦੀ ਦੇ ਵਿੱਚ ਲੋਕ ਰੁੜਦੇ ਜਾ ਰਹੇ ਨੇ ਪਾਸ਼ਕੰਦੇ ਹੰਸ ਹੇਤ ਹੇਦਾਰਥ ਕੀ ਮੋ ਇਸ ਮੋਹ ਨੇ ਕਿੰਨੇ ਲੋਕਾਂ ਦਾ ਨੁਕਸਾਨ ਕੀਤਾ ਉਹ ਭਰਾ ਹੁੰਦਾ ਜਿਹੜਾ ਭਰਾ ਆਪਣੇ ਮੂੰਹ ਚੋਂ ਕੱਢ ਕੇ ਆਪਣੇ ਭਰਾ ਦੇ ਆਪਣੇ ਭਰਾ ਦੇ ਮੂੰਹ ਚ ਪਾਉਂਦਾ ਐ ਐਸੇ ਐਸੇ ਮੈਂ ਪਰਿਵਾਰ ਵੇਖੇ ਐਸੇ ਐਸੇ ਭਰਾ ਵੇਖੇ ਇੱਕੇ ਥਾਲੀ ਚ ਰੋਟੀ ਖਾਂਦੇ ਨੇ ਇੱਕ ਜੁੜਾ ਕੱਪੜਾ ਪਾਉਂਦੇ ਸੀ ਬੂਟ ਨਹੀਂ ਸੀ ਉਹਨਾਂ ਕਦੀ ਵੰਡੇ ਇਕੱਠੇ ਲੈ ਆਉਣੇ ਵੱਡੇ ਨੇ ਪਾਲਣਾ ਛੋਟੇ ਨੇ ਪਾਲਣਾ ਤੁਸੀਂ ਵੇਖਿਆ ਐਸੇ ਐਸੇ ਭਰਾ ਵੀ ਪਰਿਵਾਰਾਂ ਚ ਹੈਗੇ ਸੀ ਪਰ ਇੱਕ ਸਮਾਂ ਆਇਆ ਵੱਡੇ ਹੋਏ ਅੱਜ ਬੋਲ ਚਾਲ ਨਹੀਂ ਦਿਆ ਕੀ ਹੋਇਆ ਜੀ ਕਹਿੰਦਾ ਮੇਰੀ ਉਹਦੇ ਨਾਲ ਬਣਦੀ ਨਹੀਂ ਫਰਕ ਹੀ ਪੈ ਗਿਆ ਜੀ ਕਿਤਨਾ ਕਿਤੇ ਸਾਡੇ ਅੰਦਰ ਪਕੜ ਆ ਗਈ ਵੀ ਇਹ ਮੇਰਾ ਬੱਚਾ ਇਹ ਤੇਰਾ ਬੱਚਾ ਹੈ ਮੈਂ ਇਹਦੇ ਮੂੰਹ ਚ ਪਾਉਣਾ ਤੇਰੇ ਮੂੰਹ ਚ ਕਿਉਂ ਪਾਵਾਂ ਆਪਾਂ ਸਾਰੇ ਵੇਖਦੇ ਹਰ ਬੰਦਾ ਚਾਹੁੰਦਾ ਅਜੇ ਵੀ ਪੰਜਾਬੀਆਂ ਚ ਇਕੱਠ ਹੈਗਾ ਅਜੇ ਵੀ ਆਪਣੇ ਪੰਜਾਬ ਵਿੱਚ ਐਸੇ-ਐਸੇ ਪਰਿਵਾਰ ਹੈ ਜਿਹੜੇ 50-50 ਜੀ ਇੱਕ ਘਰ ਚ ਰਹਿ ਰਹੇ ਹੈਗੇ ਦਾਦੇ ਇਕੱਠੇ ਆ ਭਰਾ ਇਕੱਠੇ ਆ ਤਾਏ ਚਾਚੇ ਇਕੱਠੇ ਹੈਗੇ ਪਰ ਜਿਹਨੇ ਨਹੀਂ ਰਹਿਣਾ ਉਹ ਕੱਲਾ ਵੀ ਮਾਂ-ਬਾਪ ਨਾਲ ਰਹਿਣ ਨੂੰ ਤਿਆਰ ਨਹੀਂ ਕੱਲਾ ਜਿੱਥੇ ਕੋਈ ਦਰਾਣੀ ਨਹੀਂ ਜਿੱਥੇ ਕੋਈ ਝਠਾਣੀ ਨਹੀਂ ਜਿੱਥੇ ਕੋ ਨਨਾਨ ਦਾ ਝਗੜਾ ਹੈ ਨਹੀਂ ਗੱਲ ਪਿਆਰੋ ਸੁਹਾਵ ਦੀ ਕੈਨੇਡਾ ਵਰਗੀ ਕੰਟਰੀ ਵਿੱਚ ਵੀ ਇੱਕ ਕੁਝ ਪਰਿਵਾਰ ਇਕੱਠੇ ਆ ਗਏ ਤਿੰਨ ਤਿੰਨ ਪਰਿਵਾਰ ਪਰਿਵਾਰ ਇਕੱਠੇ ਰਹਿ ਰਹੇ ਬੈਂਕ ਬੈਲ ਸਿੱਕੋ ਹੈ ਜ ਉਹਨਾਂ ਦਾ ਮੈਂ ਉਸ ਉਹਨਾਂ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਰਹਿਣਾ ਉਹਨਾਂ ਵਿਦੇਸ਼ਾਂ 'ਚ ਵੀ ਇਕੱਠੇ ਰਹਿ ਲੈਣਾ ਜਿਨ੍ਹਾਂ ਨੂੰ ਨਹੀਂ ਰਹਿਣਾ ਆ ਉਹਨਾਂ ਇੱਥੇ ਵੀ ਇਕੱਠਿਆਂ ਨਹੀਂ ਰਹਿਣਾ ਪਰ ਇਕੱਠ ਨਾਲ ਦੀ ਤਾਕਤ ਕੋਈ ਨਹੀਂ ਤੁਹਾਨੂੰ ਪਤਾ ਇਸ ਦੇਸ਼ ਨੂੰ ਗੁਮਰਾਹ ਕਰਨ ਦਾ ਸਭ ਤੋਂ ਵੱਡਾ ਕਾਰਨ ਕੀ ਸੀ ਜਦੋਂ ਬਾਹਰੋਂ ਆਇਆ ਹਮਲਾਵਰ ਉਹਨੇ ਪਤਾ ਕਿਦਾਂ ਲੁੱਟਿਆ ਉਨੇ ਵੱਖ-ਵੱਖ ਚੁੱਲ੍ਹੇ ਬਲਦੇ ਵੇਖੇ ਉਹਦੇ ਵੱਖ-ਵੱਖ ਚੁੱਲ੍ਹੇ ਕਿਉਂ ਕਹਿੰਦਾ ਜੀ ਖੱਤਰੀ ਦਾ ਚੁੱਲਾ ਵੱਖਰਾ ਹੈ ਬ੍ਰਾਹਮਣ ਦਾ ਚੁੱਲਾ ਵੱਖਰਾ ਹੈ ਵੈਸ਼ ਦਾ ਚੁੱਲਾ ਵੱਖਰਾ ਹੈ ਤੇ ਸ਼ੂਦਰ ਵਿਚਾਰੇ ਨੂੰ ਤੇ ਮਾੜੀ-ਮੋਟੀ ਕੋਈ ਅੱਗ ਬਾਲਣ ਦਿੰਦਾ ਹੈ ਚੁੱਲ੍ਹੇ ਵੱਖਰੇ-ਵੱਖਰੇ ਕਹਿੰਦਾ ਜਿਸ ਦੇਸ਼ ਵਿੱਚ ਚੁੱਲ੍ਹੇ ਵੱਖਰੇ-ਵੱਖਰੇ ਹੋਣ ਨਾ ਉਸ ਦੇਸ਼ ਨੂੰ ਗੁਲਾਮ ਬਣਾਉਣਾ ਉੱਚੀ ਬੋਲੋ ਗੁਰੂ ਕੇ ਪੈਰਿਓ ਗੁਲਾਮ ਬਣਾਉਣਾ ਆ ਜਿਹੜਾ ਆਪਣੀ ਸੰਗਤ ਦਿੱਤੀ ਹੈ ਨਾ ਪੰਗਤ ਦਿੱਤੀ ਹੈ ਗੁਰਦੁਆਰੇ ਇੱਕੇ ਥਾਂ ਤੇ ਪ੍ਰਸ਼ਾਦਾ ਬਣਦਾ ਆਪਾਂ ਕਿੱਥੇ ਇਕੱਠੇ ਬਹਿ ਕੇ ਛਕਦੇ ਆ ਇਹ ਸਾਡਾ ਚੁੱਲ੍ਹਾ ਹੈ ਕੀਤਾ ਸੀ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੰਡੇ ਦੀ ਪੌ ਲੈ ਕਰਨੀ ਇੱਕ ਥਾਂ ਤੇ ਚੁੱਲ੍ਹਾ ਇੱਕ ਸੰਗਤ ਇੱਕ ਪੰਗਤ ਇਹ ਸਭ ਕੁਝ ਇੱਕ ਕੀਤਾ ਇਹਦਾ ਮਤਲਬ ਸੀ ਜੇ ਇਕੱਠ ਹੋਏਗਾ ਕਿਸੇ ਦੀ ਹਿੰਮਤ ਨਹੀਂ ਹੋਏਗੀ ਤੁਹਾਡੇ ਉੱਤੇ ਵਾਰ ਕਰਨ ਦੀ ਪਰ ਜੇ ਤੁਸੀਂ ਕੱਲੇ ਕੱਲੇ ਹੋਗੇ ਉਹ ਆਪਾਂ ਸਕੂਲਾਂ ਸਾਖੀ ਹੁੰਦੀ ਸੀ ਨਾ ਇੱਕ ਵੀ ਇੱਕ ਬਾਪੂ ਦੇ ਚਾਰ ਪੁੱਤ ਸੀ ਤੇ ਬਾਪੂ ਜਦੋਂ ਆਖਰੀ ਸਵਾਸਾਂ ਤੇ ਸੀ ਹੁਣ ਤੇ ਉਹ ਸਾਖੀਆਂ ਵੀ ਸਕੂਲਾਂ ਚ ਹੌਲੀ-ਹੌਲੀ ਕੱਢ ਦਿਤੀਆਂ ਕਿਉਂਕਿ ਚੰਗੀ ਐਜੂਕੇਸ਼ਨ ਅਗਲੇ ਦੇਣਾ ਨਹੀਂ ਚਾਹੁੰਦੇ ਉਹ ਸਕੂਲ ਵਿੱਚ ਹੌਲੀ-ਹੌਲੀ ਸਾਖੀ ਵੀ ਅਲੋਪ ਕਰ ਦਿੱਤੀ ਗਈ ਉਹ ਕਹਾਣੀ ਸੀ ਵੀ ਇੱਕ ਬਜ਼ੁਰਗ ਸੀ ਉਹ ਆਖਰੀ ਸਵਾਸਾਂ ਤੇ ਸੀ ਉਹਦੇ ਚਾਰ ਪੁੱਤ ਸੀ ਤੇ ਬਾਪੂ ਨੂੰ ਟੈਨਸ਼ਨ ਹੋ ਗਈ ਉਹ ਆਪਣੀ ਪਤਨੀ ਨੂੰ ਕਹਿੰਦਾ ਵੀ ਮੈਨੂੰ ਬਹੁਤ ਚਿੰਤਾ ਵਾ ਕਿ ਮੈਂ ਬੜੀ ਮਿਹਨਤ ਨਾਲ ਇੱਥੋਂ ਤੱਕ ਕਾਰੋਬਾਰ ਲੈ ਕੇ ਆਇਆ ਪਰ ਮੇਰੇ ਮਰਨ ਦੀ ਦੇਰ ਹੈ ਮੇਰੇ ਚੌਹ ਬਚਿਆਂ ਨੇ ਸਭ ਖੇਰੂ ਖੇਰੂ ਕਰ ਦੇਣਾ ਉਹਨੇ ਸਮਝਾਉਣ ਦਾ ਤਰੀਕਾ ਬੜਾ ਪਿਆਰਾ ਸੀ ਉਹਨੇ ਚੌਹ ਪੁੱਤਰਾਂ ਨੂੰ ਬੁਲਾਇਆ ਕੋਲ ਕੱਲੇ-ਕੱਲੇ ਨੂੰ ਇੱਕ-ਇੱਕ ਡੰਡਾ ਦਿੱਤਾ ਕਹਿੰਦਾ ਜਾਓ ਪੁੱਤਰੋ ਤੋੜ ਕੇ ਲਿਆਓ ਸੁਣੀ ਹੋਣੀ ਸਾਰਿਆਂ ਨੇ ਹੁਣ ਉਹ ਕੱਲੇ ਕੱਲੇ ਜਾ ਕੇ ਦੇ ਕੇ ਡੰਡਾ ਡੰਡਾ ਤੋੜ ਕੇ ਲੈ ਆਏ ਉਹਨੇ ਕੱਲੇ ਕੱਲੇ ਪੁੱਤ ਨੂੰ ਚਾਰ ਚਾਰ ਡੰਡੇ ਫੜਾਤੇ ਇਕੱਠੇ ਕਹਿੰਦਾ ਜਾਓ ਤੋੜ ਕੇ ਲਿਆਓ ਪਰ ਤੋੜਨਾ ਲੱਕ ਚੋਂ ਇਕੱਠਾ ਉਹ ਚਾਰੇ ਵਾਪਸ ਆ ਗਿਆਂਦਾ ਪਾਪਾ ਜੀ ਡੈਡੀ ਜੀ ਬਾਪੂ ਜੀ ਸਾਡੇ ਕੋਲੋਂ ਨਹੀਂ ਟੁੱਟਦੇ ਚਾਰ ਡੰਡੇ ਕਹਿੰਦੇ ਪਹਿਲਾ ਕਿਵੇਂ ਟੁੱਟ ਗਿਆ ਕਹਿੰਦੇ ਪਹਿਲਾ ਕੱਲਾ ਸੀ ਨਾ ਕੱਲਾ ਤੋੜਨਾ ਸੌਖਾ ਸੀ ਕਹਿੰਦਾ ਚਾਰ ਕਿਉਂ ਨਹੀਂ ਟੁੱਟੇ ਕਹਿੰਦੇ ਚਾਰ ਤੋੜਨੇ ਬੋਲੋ ਗੁਰੂ ਕੇ ਪਿਆਰਿਓ ਹੰਗਾਰਾ ਭਰੋ ਜੀ ਚਾਰ ਤੋੜਨੇ ਉਹ ਗੱਲ ਸਮਝ ਆ ਗਈ ਆਂਦਾ ਪੁੱਤ ਕੋਈ ਸਮਝ ਆਇਆ ਜਦੋਂ ਕੱਲੇ ਹੋਗੇ ਤੁਹਾਨੂੰ ਲੋਕ ਛੇਤੀ ਤੋੜਨਗੇ ਜਦੋਂ ਚਾਰ ਇਕੱਠੇ ਹੋਗੇ ਤੇ ਛੇਤੀ ਕਿਤੇ ਤੁਸੀਂ ਕਿਸੇ ਕੋਲੋਂ ਟੁੱਟਨੇ ਨਹੀਂ ਇਕੱਠ ਬੜਾ ਹੁਣ ਤੇ ਗੱਲ ਆਪਾਂ ਅੱਗੇ ਸਮਝਾ ਨਹੀਂ ਸਕਦੇ ਅੱਗੇ ਤਾਂ ਸੁੱਖ ਨਾ ਪੀੜੀ ਹੁਣ ਤਾਂ ਜਿਹੜੀ ਅਗਲਾ ਜਿਹੜਾ ਸਿਸਟਮ ਬਣਦਾ ਜਾ ਰਿਹਾ ਪਹਿਲਾਂ ਪਿਛੋਂ ਆਪਾਂ ਤੁਰੇ ਸੀ ਆਪਣੇ ਬਜ਼ੁਰਗਾਂ ਦੇ 2-2 3-3 4-4 5-5 ਭਰਾ ਹੁਣ ਪੀੜੀ ਅਗਲੀ ਅੱਗੇ ਆ ਹੁਣ ਤਾਂ ਅਗਲੀ ਜਿਹੜੀ ਪੀੜੀ ਅਗਲਾ ਤੇ ਜਿਹੜਾ ਕੰਮ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਜੇ ਤੇ ਪੁੱਤ ਹੋ ਗਿਆ ਤੇ ਫਿਰ ਤੇ ਧੀ ਦੀ ਵੀ ਲੋੜ ਨਹੀਂ ਜੇ ਧੀ ਹੋ ਗਈ ਤੇ ਫਿਰ ਆਪਾਂ ਪੁੱਤ ਕਹਿ ਦੇਣਾ ਵੀ ਕੋਈ ਗੱਲ ਨਹੀਂ ਮਹਾਰਾਜ ਦੀ ਕਿਰਪਾ ਨਾਲ ਧੀਆਂ ਪੁੱਤਾਂ ਚ ਕੋਈ ਫਰਕ ਨਹੀਂ ਹੈਗਾ ਸਾਡੇ ਵਾਸਤੇ ਧੀਆਂ ਵੀ ਓਨੀਆਂ ਚੰਗੀਆਂ ਆ ਹੁਣ ਤੁਸੀਂ ਵੇਖਿਆ ਐ ਸਵਾਰ ਜੇ ਇੰਨੇ ਜੱਜ ਬਣੇ ਨੇ ਤੋਂ ਉਹਨਾਂ ਵਿੱਚੋਂ 70 ਧੀਆਂ ਹੀ ਜੱਜ ਬਣੀਆਂ ਨੇ ਧੀਆਂ ਤੇ ਮਾੜੀਆਂ ਹੈ ਹੀ ਨਹੀਂ ਧੀਆਂ ਨਾਲ ਕਿਉਂ ਨਫ਼ਰਤ ਕਰੀਏ ਜੀ ਆਪਾਂ ਬੱਚਿਆਂ ਨੂੰ ਤਾਂ ਸਾਨੂੰ ਕਹਿਣਾ ਨਹੀਂ ਪੈਂਦਾ ਬੱਚਿਆਂ ਤੇ ਆਪੇ ਪੜਦੀਆਂ ਪੁੱਤਾਂ ਨੂੰ ਕਈ ਵਾਰੀ ਕਹਿਣਾ ਪੈਂਦਾ ਕਿ ਪੁੱਤ ਨੂੰ ਬਾਪੂ ਦੀ ਜ਼ਮੀਨ ਦੇ ਸਰੀ ਹੁੰਦੀ ਆ ਜਿਹੜਾ ਪੁੱਤ ਹੁੰਦਾ ਉਹਨੂੰ ਤਾਂ ਬਾਪੂ ਦਾ ਕਾਰੋਬਾਰ ਦੇਸ ਰਿਆ ਹੁੰਦਾ ਕਹਿੰਦਾ ਮੈਨੂੰ ਕੀ ਲੋੜ ਐ ਸਭ ਕੁਝ ਮਿਲ ਜਣਾ ਧੀ ਵਿਚਾਰ ਨੂੰ ਇਹ ਹੁੰਦਾ ਪਤਾ ਨਹੀਂ ਕਿਹਦੇ ਲੜਫੜ ਕੇ ਨਾ ਲਾ ਦੇਣਾ ਸਾਰੀ ਜ਼ਿੰਦਗੀ ਮੈਂ ਕਦੀ ਆਪਣੇ ਘਰ ਦਾ ਨਸ਼ਾ ਨਹੀਂ ਵੇਖਿਆ ਪਤਾ ਨਹੀਂ ਨਸ਼ੇ ਵਾਲੇ ਦੇ ਲੜ ਲਾ ਦੇਣਾ ਨਾ ਮੇਰਾ ਦਾਦਾ ਪੀਵੇ ਨਾ ਮੇਰਾ ਪਿਓ ਪੀਵੇ ਨਾ ਮੇਰੇ ਭਰਾ ਪੀਣ ਪਰ ਪਰਿਵਾਰ ਨੇ ਪਤਾ ਨਹੀਂ ਕਿਹਦੇ ਤੋਂ ਹੁੰਦਾ ਵੀ ਐ ਸਮਾਜ ਵਿੱਚ ਮਾਫ ਕਰਨਾ ਮੈਂ ਪਹਿਲਾਂ ਮਾਫੀ ਮੰਗ ਲਵਾਂ ਤੁਹਾਡੇ ਲਾਗੇ বাস ਵਿੱਚ ਕੋਈ ਨਸ਼ਾ ਪੀਤਾ ਹੋਵੇ ਵਿਅਕਤੀ ਨੇ ਉਹ ਕੋਈ ਸਵਾਰੀ ਬਹਿ ਜਾਏ ਤੁਸੀਂ ਨਾ ਪੀਤੀ ਹੋਵੇ ਜ਼ਿੰਦਗੀ 'ਚ ਕਦੀ ਤੇ ਸੋਚ ਕੇ ਵੇਖੋ ਤੁਸੀਂ ਕਈ ਵਾਰੀ ਕਨੈਕਟਰ ਨੂੰ ਕਹਿੰਦੇ ਭਾਈ ਇਹਨੂੰ ਜਾਂ ਇਹਦੀ ਸੀਟ ਬਦਲ ਦੇ ਜਾਂ ਮੈਨੂੰ ਕਿਤੇ ਪਾਸੇ ਬਿਠਾ ਦੇ ਪਲੇਨ ਦੇ ਵਿੱਚ ਖਾਸ ਕਰਕੇ ਸਭ ਤੋਂ ਔਖਾ ਹੁੰਦਾ ਹੈ ਤੁਹਾਡੇ ਲਾਗੇ ਉਹ ਸਵਾਰੀ ਬਹਿ ਜਾਏ ਸਫ਼ਰ ਵੀ 8-9 ਘੰਟੇ ਦੀ ਫਲਾਈਟ ਹੋਵੇ ਤੁਹਾਡੀ ਤੁਹਾਡੇ ਲਾਗੇ ਉਹ ਵਿਅਕਤੀ ਬਹਿ ਜਾਏ ਜਿਹੜਾ ਡਰਿੰਕ ਕਰਦਾ ਹੋਵੇ ਤੇ ਉਹਦੀ ਸ਼ਰਾਬ ਵੀ ਚੰਗੀ ਨਾ ਹੋਵੇ ਤੁਸੀਂ ਕਈ ਵਾਰੀ 에ਰ ਹੋਸਟਲ ਨੂੰ ਬੁਲਾ ਕੇ ਤੁਸੀਂ ਸ਼ਿਕਾਇਤ ਕਰਦੇ ਜੀ ਜਾਂ ਤੇ ਪਲੀਜ਼ ਕੋਈ ਸੀਟ ਚੇਂਜ ਕਰ ਦਿਓ ਇੱਥੇ ਇਕੱਠੇ ਸ਼ਰਾਬੀ ਕਰ ਦੋ ਸਾਨੂੰ ਪਾਸੇ ਬਿਠਾ ਦਿਓ ਸੋਚ ਕੇ ਵੇਖਿਓ ਜੇ 7-8 ਘੰਟੇ ਦਾ ਸਫ਼ਰ ਤੁਸੀਂ ਨਸ਼ਾ ਨਹੀਂ ਪੀਂਦੇ ਤੁਹਾਡੇ ਵਾਸਤੇ ਸਫ਼ਰ ਕਰਨਾ ਔਖਾ ਹੈ ਤੇ ਜਿਸ ਧੀ ਨੂੰ ਸ਼ਰਾਬ ਚੰਗੀ ਨਹੀਂ ਸੀ ਲੱਗਦੀ ਉਹਨੇ ਆਪਣੀ ਜ਼ਿੰਦਗੀ ਦਾ 20-30 ਸਾਲ ਸਫ਼ਰ ਕਿਦਾਂ ਤੈਅ ਕੀਤਾ ਹੋਏਗਾ ਉਸ ਬੰਦੇ ਨਾਲ ਸੋਚਿਆ ਕਦੀ ਆਪਾਂ ਤੁਸੀਂ ਸਾਰੇ ਸੂਜਵਾਨ ਬੈਠੇ ਹੋ ਆਪਾਂ ਆਪਣੇ ਪੁੱਤਾਂ ਧੀਆਂ ਦੀਆਂ ਆਨੰਦ ਕਾਰਜਾਂ ਤੇ ਕਿੰਨੇ ਪਰਸੈਂਟ ਆ ਜਿਹੜੇ ਲੋਕ ਨਸ਼ਾ ਨਹੀਂ ਪੀਉਂਦੇ ਮਾਰਯੋ ਧਿਆਨ ਜੀ ਇਹ ਗੱਲ ਬਹੁਤ ਔਖੀ ਆ ਪਰ ਇਹਨੂੰ ਹਜਮ ਕਰਕੇ ਵੇਖਿਓ ਕਿੰਨੇ ਪਰਸੈਂਟ ਨੇ ਜਿਹੜੇ ਕਰੀਏ ਵਿਚਾਰ ਕਰਦੇ ਹੁਣ ਕਿ ਜਦੋਂ ਅਸੀਂ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਾਂਗੇ ਚਾਰ ਲਾਵਾਂ ਦੇ मीनिंग ਸਮਝਾਂਗੇ ਚਾਰ ਲਾਵਾਂ ਦਾ ਅਰਥ ਕੀ ਹਰ ਪਹਿਲੜੀ ਲਾਵ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਉਹਦਾ ਕੀ ਅਰਥ ਹੈ ਹਰ ਦੂਜੜੀ ਲਾਵ ਸਤਗੁਰ ਪੁਰਖ ਮਲਾਇਆ ਬਲਰਾਮ ਜੀ ਉਹਦਾ ਕੀ ਅਰਥ ਹੈ ਹਰ ਤੀਜੜੀ ਲਾਵ ਮਨ ਚਾਉ ਭਇਆ ਸਤਿਗੁਰ ਪੁਰਖ ਮਲਾਇਆ ਹਰ ਮਨ ਚਾਉ ਪਿਆ ਬੈਰਾਗੀਆਂ ਹਰ ਚੌਥਰੀ ਲਾਮ ਮਨ ਸਹਿਜ ਪਿਆ ਚਾਰ ਲਾਵਾਂ ਦਾ ਅਰਥ ਕੀਆ ਅਸੀਂ ਕੋਈ ਏਦਾਂ ਦਾ ਪ੍ਰਬੰਧ ਕਰਨਾ ਕਿ ਅਸੀਂ 2 ਘੰਟੇ ਲਾਵਾਂ ਦੇ ਅਰਥ ਬਹਿ ਕੇ ਪਰਿਵਾਰ ਨੇ ਸਾਰਿਆਂ ਨੇ ਸੰਗਤ ਵਿੱਚ ਬਹਿ ਕੇ ਸੁਣਨੇ ਆ ਕਦੀ ਕੀਤੀ ਸਲਾਹ ਜੀ ਸਾਡੀ ਸਲਾਹ ਕੀ ਹੁੰਦੀ ਭਰਾ ਅਸੀਂ ਗਰੰਤੀ ਸੇ ਨੂੰ ਸਭ ਤੋਂ ਮਗਰੋਂ ਆਖਣ ਜਾਣੇ ਜਿੱਥੇ ਲਾਵਾਂ ਕਰਨੀਆਂ ਹੁੰਦੀਆਂ ਪਹਿਲਾਂ ਪੈਲਸ ਬੁੱਕ ਕਰਦੇ ਆ ਸ਼ਰਾਬ ਬੁੱਕ ਕਰਾਉਂਦੇ ਆ ਸ਼ਮਿਆਨੇ ਲਗਦੇ ਅਸਾ ਜਿਹੜਾ ਮੇਨ ਕੰਮ ਹੈ ਉਹ ਸਭ ਤੋਂ ਮਗਰੋਂ ਸਭ ਤੋਂ ਮਗਰੋਂ ਜੇਤੋ ਜੇਤੋ ਬਿਨਾ ਸਾਡਾ ਸਰਨਾ ਨਹੀਂ ਤੇ ਜੇ ਬਰਾਤ ਜਾਵੇ 100 150 50 60 70 ਕਿੰਨੇ ਪਰਸੈਂਟ ਜਾਂਦੇ ਜੀ ਬਰਾਤ ਦੇ ਪਲਾ ਇਹ ਲਾਵਾਂ ਤੇ ਤੁਸੀਂ ਸਾਰੇ ਸੂਝਵਾਨੋ ਆਪਾਂ ਬਰਾਤਾਂ ਦੇ ਜਾਂਦੇ ਰਹੀ ਨੇ ਕਿੰਨੇ ਕਿੰਨੇ ਪਰਸੈਂਟ ਜਾਂਦੀ ਜੀ ਬਰਾਤ ਪਲਾ ਮਸਾਂ ਪੰਜ-ਸੱਤ ਲੜਕੇ ਵਾਲੇ ਬੋਲੋ ਜੀ ਤੇ ਪੰਜ-ਸੱਤ ਲੜਕੀ ਵਾਲੇ ਕਦੀ ਸਮਾਂ ਸੀ ਗੁਰੂ ਦੀ ਗੋਦ ਵਿੱਚ ਅੱਜ ਵੀ ਹੌਲੀ ਹੌਲੀ ਪਰਿਵਾਰਾਂ ਦਾ ਮੂੜਾ ਪੈ ਰਿਹਾ ਵਾ ਇਹ ਬੰਨ ਨੂੰ ਤੋੜੋ ਪਰਿਵਾਰਾਂ ਚ ਬਹਿ ਕੇ ਵਿਚਾਰ ਕਰੋ ਐਦਾਂ ਵੀ ਐਦਾਂ ਵੀ ਕਰਾਂ ਚ ਲਾਵਾ ਹੋ ਸਕਦੀਆਂ ਨੇ ਐਦਾਂ ਅਸੀਂ ਮੈਂ ਮੈਂ ਆਪਦੀ ਗੱਲ ਦੱਸਦਾ ਅਸੀਂ ਤਿੰਨ ਆਨੰਦ ਕਾਰਜ ਕੀਤੇ ਆਪਣੇ ਪਰਿਵਾਰ ਦੇ ਵਿਹੜੇ ਵਿੱਚ ਇਸ ਟਾਈਮ ਦੀ ਗੱਲ ਦੱਸ ਰਿਹਾ ਦੋ ਭਨੇਵੀਆਂ ਦਾ ਇੱਕ ਭਤੀਜੇ ਦਾ ਆ ਭਤੀਜੇ ਦਾ ਪਿਛਲੇ ਸਾਲ ਕੀਤਾ 12 ਫਰਵਰੀ ਨੂੰ ਕਿਸੇ ਪੈਲਸ ਵਿੱਚ ਨਹੀਂ ਕਰਾਂ ਚ ਆਦਤ ਪਾਉ ਲੋਕਾਂ ਨੂੰ ਲੋਕਾਂ ਦਾ ਕੜ ਤੋੜੋ ਨਾ ਉਹ ਜਿਹੜੀ ਅਸੀਂ ਅਸੀਂ ਆਪ ਕਰਜੇ ਚੁੱਕ ਚੁੱਕ ਕੇ ਮੁੜ ਕੇ ਪਾ ਲੈ ਲੈ ਕੇ ਅਸੀਂ ਕਿਉਂ ਮਰਦੇ ਆ ਕਿਉਂਕਿ ਅਸੀਂ ਦੂਜਿਆਂ ਵੱਲ ਵੇਖ ਕੇ ਕਰ ਰਹੇ ਆ ਮੈਂ ਕਿਸ ਦੂਜਿਆਂ ਨੂੰ ਕਹਿਣ ਦਾ ਹੱਕ ਤਾਂ ਰੱਖਦਾ ਜੇ ਪਹਿਲਾਂ ਸ਼ੁਰੂਆਤ ਮੈਂ ਆਪਣੇ ਘਰ ਤੋਂ ਕਰਦਾ ਅਜੇ ਮੈਂ ਅਜੇ ਸਾਲ ਨਹੀਂ ਹੋਇਆ ਮੈਂ ਬੈ ਦੱਸਣਾ ਚਾਹੁੰਨਾ ਅਸੀਂ ਕਰ ਸਕਦੇ ਆ ਅਸੀਂ ਕੀ ਕਰਦੇ ਆ ਮੈਨੂੰ ਲੋਕ ਕੀ ਕਹਿਣਗੇ ਸਾਡਾ ਸਵਾਲ ਇਹ ਹੋਉਂਦਾ ਜੀ ਮੈਨੂੰ ਲੋਕ ਕੀ ਕਹਿਣਗੇ ਮੈਨੂੰ ਅੱਜ ਵੀ ਯਾਦ ਹੈ 2012 ਦੀ ਕੈਨੇਡਾ ਸੀ ਉਹ ਲੜਕੀ ਵੀ ਨੀ ਪਾਕ ਉਹਦਾ ਆਨੰਦ ਕਾਰਜ ਹੋਇਆ ਇੱਥੇ ਫਗਵਾੜੇ ਦੇ ਲਾਗੇ ਸੁੱਤੀ ਗੁਰਦੁਆਰੇ ਭਰਾ ਤਾਈ ਉਹਨਾਂ ਨੇ ਪੰਕਤਾਂ 'ਚ ਬਹਿ ਕੇ ਪ੍ਰਸ਼ਾਦਾ ਛਕਿਆ ਉਥੋਂ ਜਲ ਪਾਣੀ ਛਕ ਕੇ ਆਪ ਉਹ ਆਪਣੇ ਘਰਾਂ ਨੂੰ ਚਲੇ ਗਏ ਜਿਨ੍ਹਾਂ ਨੇ ਕਰਨਾ ਹੈ ਅਸੀਂ ਇਹ ਲਹਿਰ ਖੜੀ ਕਰੀਏ ਚੰਗੇ ਕੰਮ ਕਰਨ ਦੀ ਆਤ ਪਾਈਏ ਨਾਲੇ ਤੁਹਾਡਾ ਪੈਸਾ ਬਚਣਾ ਹੈ ਨਾਲੇ ਜਗਤ ਦੀ ਸ਼ੋਭਾ ਹੋਣੀ ਹੈ ਪਰ ਸਾਡਾ ਤੇ ਸਮਾਜ ਇੱਥੇ ਆਣ ਕੇ ਖਲੋ ਗਿਆ ਨਾ ਮੈਂ ਤੇ ਵੱਡੇ ਪੈਲਸ ਵਿੱਚ ਕਰਨਾ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਹੋਣਗੀਆਂ ਤਰ੍ਹਾਂ ਤਰ੍ਹਾਂ ਦੇ ਪਕਵਾਨ ਹੋਣਗੇ ਤਾਂ ਕਿ ਲੋਕ ਜਾਣ ਲੱਗਿਆਂ ਜੈ ਜੈਕਾਰ ਕਰਕੇ ਜਾਣ ਪਰ ਤੁਸੀਂ ਕੋਈ ਐਸਾ ਆਨੰਦ ਕਾਰਜ ਵੇਖੇ ਜਿੱਤੇ ਸਾਰੇ ਖੁਸ਼ ਹੋ ਕੇ ਜਾਂਦੇ ਹੋ ਕੋਸਾ ਸਾਹ ਸਿੰਘ ਜੀ ਜਾਣ ਲੱਗਿਆ ਕੋਈ ਨਾ ਕੋਈ ਨੁਕਸ ਫਿਰ ਵੀ ਜਿੰਨਾ ਕੱਢਣਾ ਉਹਨਾਂ ਤੁਹਾਡੇ ਚ ਕੱਢ ਜਾਣਾ ਵੀ ਇਹਨਾਂ ਦੇ ਪਨੀਰ ਦੇ ਪਕੌੜੇ ਕੱਚੇ ਸੀ ਜਾਂ ਸਾਡੇ ਵੇਲੇ ਮੁੱਕ ਗਏ ਸੀ ਕਹਿ ਜਾਂਦੇ ਆ ਨਾ ਜੀ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਨਾ ਅਸੀਂ ਕਹਿ ਦੀ ਜੀ 3500 ਪਰ ਪਲੇਟ ਸਾਡੇ ਉਥੇ ਲੁਧਿਆਣੇ ਨਾ ਇਦਾਂ ਦੇ ਫਾ ਲੈਣ ਵਾਲੇ ਵੀ ਹੈਗੇ ਜਿਹੜੇ ਕਹਿੰਦੇ ਜੀ ਆਪਾਂ ਤੇ ਨਾ ਉਸ ਪੈਲਸ ਵਿੱਚ ਕੀਤਾ ਜਿੱਥੇ 3500 ਦੀ ਇੱਕ ਪਲੇਟ ਹੈ ਯਾਨੀ ਕਿ ਤੁਸੀਂ ਪਲੇਟ ਚੱਕ ਲਈ 3500 ਗਿਆ ਇੱਕ ਬੰਦਾ ਰੱਖਿਆ ਉਹਨਾਂ ਗਿਣਤੀ ਵਾਲਾ ਉਥੇ 2100 ਦੀ ਪਲੇਟ 35 35 ਦਾ ਕੋਈ ਬੰਦਾ ਨਹੀਂ ਖਾ ਸਕਦਾ ਤੁਸੀਂ ਕੀ ਖਾਲੋਗੇ 3500 ਦਾ ਪਰ ਅਗਲਾ ਦਾ ਕੰਮ ਹੈ ਅਸੀਂ ਆਹ ਪੁੱਜ ਰਹੇ ਹਾਂ ਅਸੀਂ ਰਿਕਸ਼ੇ ਵਾਲੇ ਨਾਲ 10 ਰੁਪਏ ਦੇਣੇ ਹੋਣ ਤੇ ਕਿੰਨੀ ਬਹਿਸ ਕਰਦੇ ਹਾਂ ਸਬਜ਼ੀ ਵਾਲੇ ਨਾਲ ਕਿੰਨੀ ਬਹਿਸ ਕਰਦੇ ਹਾਂ ਅਸੀਂ ਉਜਾੜਾ ਆਪਣੇ ਆਪ ਹੀ ਧਰ ਲਿਆ ਸਾਡੇ 3 ਪੁੱਤ ਵਿਦੇਸ਼ਾਂ ਚ ਕਿੰਨੀ ਕਮਾਈ ਕਰਦੇ ਕਿਦਾਂ ਇੱਕ ਇੱਕ ਲਾਤੇ ਖਲੋ ਕੇ ਬਾਹਰ ਲਈ ਸਾਰੀ ਜੌਬ ਖਲੋ ਕੇ ਐ ਪੁੱਛ ਲਓ ਆਪਣੇ ਬੱਚਿਆਂ ਨੂੰ ਉਥੇ ਚੇਅਰ ਤੇ ਬਹੁਤ ਘੱਟ ਮਿਲਦੀ ਕੋਈ ਤਾਂ ਕੋਈ ਟਾਵਾਂ ਕੰਮ ਹੀ ਐ ਉਥੇ ਕਿਸੇ ਸਟੋਰ ਤੇ ਜਾਣਾ ਕੁਰਸੀ ਐ ਨਹੀਂ ਖਲੋ ਕੇ 8-8 ਘੰਟੇ ਸਾਡੀਆਂ ਬੀਬੀਆਂ ਵੀ ਖਲੋ ਕੇ ਕੰਮ ਕਰਦੀਆਂ ਅਸੀਂ ਇੰਦੀ ਯਾਰ ਮਿਹਨਤ ਕਰਦੇ ਆ ਜਦੋਂ ਉਜਾੜੇ ਦੀ ਗੱਲ ਆਉਂਦੀ ਅਸੀਂ ਗਾਉਣ ਵਾਲੀਆਂ ਤੇ ਲੱਚਰ ਗਾਇਕੀ ਤੇ ਪਤਾ ਨਹੀਂ ਜਾ ਕੇ ਪੈਲਸਾਂ 'ਚ ਨਸ਼ਾ ਰੋੜਦੇ ਸੀ ਉਦੋਂ ਉਦੋਂ ਸਾਡੀ ਸਿੱਖੀ ਕਿੱਥੇ ਜਾਂਦੀ ਸਾਡੀ ਉਦੋਂ ਅਸੀਂ ਗੁਰਮਤ ਦੇ ਜੇ ਸਾਨੂੰ ਕੋ ਗਰੰਤੀ ਪ੍ਰਚਾਰਕ ਸਾਨੂੰ ਕੋ ਸਮਝਾਉਣ ਦੀ ਕੋਸ਼ਿਸ਼ ਕਰਦਾ ਅਸੀਂ ਗੁੱਸਾ ਕਰਦੇ ਉਦੋਂ ਅਸੀਂ ਗੁੱਸਾ ਕਰਦੇ ਸਾਨੂੰ ਤੁਸੀਂ ਰੋਕਦੇ ਕਿਉਂ ਜੀ ਬੱਚਿਆਂ ਨੂੰ ਤਾਂ ਤੁਸੀਂ ਜਿੱਦਾਂ ਜਿੱਦਾਂ ਲਾਹੋਗੇ ਨਾ ਉਦਾਂ ਉਹਨਾਂ ਬੱਚਿਆਂ ਨੇ ਲੱਗ ਜਾਣੇ ਜਿੱਦਾਂ ਤੁਸੀਂ ਉਹਨਾਂ ਨੂੰ ਸਮਝਾਓਗੇ ਉਸ ਬੰਨੇ ਤੁਰ ਜਾਣਾ ਅਸੀਂ ਤਾਂ ਐਡੇ ਭਾਗਾ ਵਾਲੇ ਆ ਸਾਨੂੰ ਇੰਨਾ ਮਹਾਨ ਸਤਿਗੁਰੂ ਪ੍ਰਾਪਤ ਹੋਇਆ ਸਵੇਰੇ ਉੱਠ ਕੇ ਆਪਣੇ ਘਰ ਦੇ ਵਿੱਚ ਦਿਨ ਦੀ ਸ਼ੁਰੂਆਤ ਸਤਿਗੁਰੂ ਦੀ ਬਾਣੀ ਤੋਂ ਕਰੋ ਪਹਿਲਾਂ ਤਾਂ ਸਵੇਰੇ ਉੱਠ ਕੇ ਕਰੋ ਏ ਸੱਚਾ ਪਰਸ਼ਾ ਤੁਹਾਡਾ ਧੰਨਵਾਦ ਮੈਨੂੰ ਇੱਕ ਦਿਨ ਤੁਸੀਂ ਜ਼ਿੰਦਗੀ ਜੂਣ ਲਈ ਹੋਰ ਦਿੱਤਾ ਹੈ ਮੇਰੇ ਕੋਲ ਹੁਣ ਰਾਤ ਸੌਣ ਤੱਕ ਕੋਈ ਇਦਾਂ ਦਾ ਗਲਤ ਕੰਮ ਨਾ ਕਰਾਯੋ ਜਿਹਦੇ ਨਾਲ ਮੈਨੂੰ ਸਿਰ ਨੀਵਾ ਕਰਨਾ ਪਵੇ ਮੇਰੇ ਕੋਲੋਂ ਕੋ ਚੰਗਾ ਕੰਮ ਕਰਾਏ ਉਹ ਮੈਂ ਕਿਸੇ ਦਾ ਭਲਾ ਕਰ ਸਕਾਂ ਮੈਂ ਕਿਦਾਂ ਕੋਈ ਕੰਮ ਸਵਾਰ ਸਕਾਂ ਸਾਡੀ ਇਹ ਅਰਦਾਸ ਹੋਣੀ ਚਾਹੀਦੀ ਹੈ ਅਸੀਂ ਕਿਸੇ ਦੇ ਕੰਮ ਆ ਸਕੀਏ ਇਹ ਗੱਲਾਂ ਸਾਨੂੰ ਸਤਿਗੁਰ ਨੇ ਬਾਣੀ ਵਿੱਚ ਸਿਖਾਈਆਂ ਨੇ ਅਸੀਂ ਰੋਜ਼ ਅਰਦਾਸ ਵਿੱਚ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣਾ ਕਿੱਡੀ ਬਲਖਣ ਕੌਮ ਹੈ ਜੀ ਅਸੀਂ ਅਰਦਾਸ ਵਿੱਚ ਸਾਰਿਆਂ ਦਾ ਭਲਾ ਮੰਗਦੇ ਆ ਤੇ ਜੇ ਉਹ ਭਲਾ ਕਰਨ ਵੀ ਲੱਗ ਪਈਏ ਤੇ ਕਿੰਨਾ ਸਾਡਾ ਜੀਵਨ ਖੂਬਸੂਰਤ ਬਣੇ ਜੀ ਕਿੰਨਾ ਵਧੀਆ ਬਣੇ ਸਾਡੇ ਕਰ ਪੁੱਤਰ ਦੀ ਦਾਤ ਐ ਸਾਨੂੰ ਧੀ ਮਿਲੀ ਐ ਸਾਨੂੰ ਜੋ ਵੀ ਸਾਨੂੰ ਮਾਲਕ ਨੇ ਦਿੱਤਾ ਅਸੀਂ ਉਹਦਾ ਸ਼ੁਕਰਾਨਾ ਕਰੀਏ ਸੱਚਾ ਪਾਸ਼ਾ ਤੁਹਾਡਾ ਧੰਨਵਾਦ ਤੁਹਾਡੀਆਂ ਮਿਹਰਾਂ ਆਪਾ ਆਪਣੇ ਬੱਚਿਆਂ ਦੇ ਦਿਨ ਮਨਾਉਨੇ ਆ ਸੋਚ ਕੇ ਵੇਖੋ ਕਲਗੀਧਰ 파ਸ਼ਾ ਨੇ ਚਾਰ ਸਾਹਿਬ ਜਾਦੇ ਸਾਡੇ ਤੋਂ ਵਾਰੇ ਨੇ ਪਾਈ ਸ਼ਿਵੇਕ ਸਿੰਘ ਕਿੰਨੇ ਇਤਿਹਾਸ ਵਿੱਚ ਇਦਾਂ ਦੇ ਬਾਪ ਨੇ ਜਿਨ੍ਹਾਂ ਪਿਓ ਪੁੱਤਰਾਂ ਨੂੰ ਇਕੱਠਿਆਂ ਨੂੰ ਸ਼ਾਦਤ ਦੇ ਜਾਮ ਪੀਣੇ ਪਏ ਪਾਈ ਸ਼ਿਵੇਕ ਸਿੰਘ ਤੇ ਸ਼ਾਬਾਸ਼ ਸਨ ਉਹਨਾਂ ਕੋਲ ਆਪਸ਼ਨ ਹੈਗੀ ਸੀ ਆਪਣਾ ਪੁੱਤ ਬਚਾ ਸਕਦੇ ਸੀ ਪਰ ਨਹੀਂ ਉਹਨਾਂ ਕਹਿੰਦੇ ਨਹੀਂ ਅਸੂਲ ਵੱਡੇ ਨੇ ਪਾਈ ਸ਼ਵੇਕ ਸਿੰਘ ਤੇ ਸਾਬਾਸਨ ਦੂਆ ਪਿਓ ਪੁੱਤਰ ਨੂੰ ਚਰਖੜੀ ਤੇ ਚੜ੍ਹੇ ਜਾਂਦਾ ਹੈ। ਪਾਈ ਬਾਬਾ ਬੰਦਾ ਸਿੰਘ ਭਾਦਰ 4 ਸਾਲ 7 ਮਹੀਨੇ ਦਾ ਸਾਬ ਜਦਾ ਹੈ ਬਾਬਾ ਅਜੇ ਸਿੰਘ ਉਹਨਾਂ ਦਾ ਬੇਟਾ। ਪੁੱਤਰ ਦਾ ਦਿਲ ਕਢ ਕੇ ਬਾਪ ਦੇ ਮੂੰਹ ਚ ਪਾਇਆ ਜਾਂਦਾ ਹੈ। ਪਰ ਉਹ ਸਦਕ ਉਹ ਸੂਰਮਾ ਉਸੇ ਕੌਮ ਦਾ ਪਹਿਲਾ ਬਾਦਸ਼ਾ ਅਡੋਲ ਜਮੂਨਾ ਨਾ ਮਾਸ ਨੋਚਿਆ ਗਿਆ ਨੌ ਖਿੱਚੇ ਗਿਆ ਬੰਦਾ ਸਿੰਘ ਭਾਦਰ ਦੇ ਜੀਉਂਦੇ ਦੀਆਂ ਅੱਖਾਂ ਬਾਹਰ ਜਲਾਦਾਂ ਨੇ ਕੱਢ ਦਿੱਤੀਆਂ। ਪਰ ਸਦਕ ਦੀ ਮੂਰਤ ਡੋਲਿਆ ਨਹੀਂ। ਸ਼ਹਾदत ਦੇ ਜਾਮ ਪੀ ਗਿਆ। ਅੱਜ ਵੀ ਸਜਦਾ ਕਰਦੇ ਸੀ ਉਹਨਾਂ ਯੋਧਿਆਂ ਨੂੰ ਉਹਨਾਂ ਮਾਵਾਂ ਵੱਲ ਵੇਖੋ ਜਿਹੜੀਆਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਤਣਕ ਦੇ ਪੀਸਣੇ ਪੀਸੇ ਉਹਨਾਂ ਨੇ ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ ਬੰਦ ਬੰਦ ਕੱਟੇ ਗਏ ਪਰ ਜਦੋਂ ਸ਼ਾਮਾਂ ਨੂੰ ਸੋਦਰ ਦਾ ਪਾਠ ਕਰਕੇ ਉਹਨਾਂ ਮਾਵਾਂ ਨੇ ਅਰਦਾਸ ਕੀਤੀ ਪਤਾ ਕੀ ਬੋਲ ਸੀ ਉਹਨਾਂ ਦੇ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਚਾਰ ਪੈਰ ਰਹਿਣ ਆਈ ਸੁੱਖ ਦੀ ਬਤੀਤ ਕਰਨੀ ਅੱਜ ਅਸੀਂ ਚੰਗੇ ਖਾ ਰਹੇ ਆ ਚੰਗਾ ਪੀ ਰਹੇ ਆ ਫਿਰ ਵੀ ਅੱਜ ਸ਼ੁਕਰਾਨਾ ਹੈ ਨਹੀਂ ਮਨੁੱਖ ਦੀ ਜ਼ਿੰਦਗੀ 'ਚ ਵੀ ਸੱਚਾ ਪਰਛਾ ਤੇਰਾ ਧੰਨਵਾਦ ਮਹਾਰਾਜ ਮੇਰੀ ਔਕਾਤ ਤੋਂ ਤੁਸੀਂ ਵੱਧ ਕੇ ਮੈਨੂੰ ਦਿੱਤਾ ਹੈ ਸਾਡੇ ਤੇ ਬਜ਼ੁਰਗ ਵਿਚਾਰੇ ਫੜੇ ਗਾਉਂ ਦੇ ਮਰ ਗਏ ਕਿਨੇ ਕਿਨੇ ਸਾਡੇ ਕੋਲ ਸਾਧਨ ਤੱਕੜਿਆ ਆ ਗਏ ਮੈਂ ਤਾਂ ਕਈ ਵਾਰੀ ਹਨਾਨ ਹੋ ਜਾਣਾ ਬਜ਼ੁਰਗਾਂ ਨੇ ਤੇ ਇਹ ਜੋਗ ਪਲਟਦੇ ਆ ਆਪਣੀ ਅੱਖੀਂ ਵੇਖ ਲਿਆ ਨਾ ਉਹਨਾਂ ਫੜੇ ਵੀ ਵੇਖੇ ਉਹਨਾਂ ਮਸ਼ੀਨਾਂ ਵੀ ਵੇਖੀਆਂ ਅੱਛਾ ਕਣਕ ਦੀ ਕਣਕ ਦਾ ਤਰੀਕਾ ਵੀ ਵੇਖਿਆ ਕਦੀ ਕਦੀ ਹੜੰਬੇ ਆਏ ਮੋਟਰਾਂ ਵਾਲੀਆਂ ਮਸ਼ੀਨਾਂ ਆਈਆਂ ਅੱਜ ਸਵੇਰੇ ਕਣ ਖਲੋਤੀ ਹੁੰਦੀ ਹੈ ਸ਼ਾਮ ਨੂੰ 50 ਕਿਲੇ ਮੰਡੀ ਚ ਵੀ ਪਹੁੰਚ ਜਾਂਦੀ ਹੈ ਅਗਲੇ ਦਿਨ ਤੂੜੀ ਬਣ ਜਾਂਦੀ ਹੈ ਤੀਜੇ ਦਿਨ ਜ਼ਿਮੀਦਾਰ ਵੇਲਾ ਬੈਠਾ ਹੁੰਦਾ ਇਹਨੇ ਸੁੱਖ ਆ ਗਏ ਇਹਨੇ ਸਨ ਸਹੂਲਤਾਂ ਸਾਡੇ ਕੋਲੋਂ ਤੋਂ ਬਾਅਦ ਵੀ ਫਿਰ ਵੀ ਸੜਕੋ ਤੇ ਸੁੱਖ ਵਾਧੂ ਪੁਰਾਣਾ ਸਮਾਂ ਸੀ ਘਰ ਕੱਚੇ ਸੀ ਮਾਵਾਂ ਪੋਚੇ ਫਿਰਦੀਆਂ ਸੀ ਖੁਰਲੀਆਂ ਨੂੰ ਪੋਚਿਆਂ ਦੇ ਨਾਲ ਮਿੱਟੀ ਦੇ ਨਾਲ ਲਪਣਾ ਫਿਰ ਕਈ ਵਾਰੀ ਪੋਚਾ ਫੇਰ ਘੇਟਣਾ ਉਧਰੋਂ ਮੀਂਹ ਪੈ ਜਾਣਾ ਅੱਜ ਮੀਂਹ ਪੈ ਰਿਹਾ ਹੁੰਦਾ ਤੇ ਆਪਾਂ ਕਰ ਰਹੇ ਨੇ ਕਿਤੇ ਚਲੋ ਪਕੌੜੇ ਕੱਢ ਲਓ ਅੱਜ ਇਹ ਟੈਨਸ਼ਨ ਥੋੜਾ ਵੀ ਮੈਨੂੰ ਕੋ ਪਹੁੰਚਾ ਲਉਣਾ ਹੈ ਮਤਲਬ ਇੰਨੇ ਸਾਡੇ ਕੋ ਸਹੂਲਤਾਂ ਆਉਣ ਤੋਂ ਬਾਅਦ ਵੀ ਕਦੀ ਕਿਸੇ ਨੇ ਕਿਹਾ ਆਓ ਆਪਾਂ ਰਲ ਕੇ ਗੁਰਬਾਣੀ ਪੜੀਏ ਜੀ ਉਹ ਮਾਵਾਂ ਵਿਚਾਰੀਆਂ ਪੱਠੇ ਵੀ ਪਾਉਂਦੀਆਂ ਸੀ ਨਾਲ ਖੇਤਾਂ 'ਚ ਵੀ ਜਾ ਕੇ ਬਜ਼ੁਰਗਾਂ ਨੂੰ ਚਾਹ ਪਾਣੀ ਦੇ ਆਉਂਦੀਆਂ ਸੀ ਤੇ ਆਪਣੇ ਬੱਚਿਆਂ ਦੇ ਕੇਸ ਵੀ ਵਾਹ ਲੈਂਦੀਆਂ ਸੀ ਉਹ ਇਹ ਨਹੀਂ ਸੀ ਕਹਿੰਦੀ ਮੇਰੇ ਕੋ ਸਿਆਪਾ ਨਹੀਂ ਹੁੰਦਾ ਚੱਲ ਜਾ ਕੇ ਨਾਈ ਦੇ ਕੋਲੋਂ ਤੇਰੇ ਵਾਲ ਮਨਾ ਲੇਵਾ ਅੱਜ ਸਾਡਾ ਬਹਾਨਾ ਪੈਣੋ ਇੱਕ ਬੇਨਤੀ ਕਰਾਂ ਹੱਥ ਜੋੜ ਕੇ ਮਾਫੀ ਮੰਗਾ ਕਿਵਲੀ ਕਿਤੇ ਇਹ ਬੱਚੇ ਸਾਡੇ ਰੱਖਦੇ ਨਹੀਂ ਜਿਹੜਾ ਬੱਚਾ ਜੇ ਹੈ ਹੀ 1.5 2 ਸਾਲ ਦਾ ਉਹਦੇ ਕੇਸ ਬੱਚੇ ਨੂੰ ਤਾਂ ਪਤਾ ਵੀ ਨਹੀਂ ਹੈਗਾ ਵਿਚਾਰੇ ਨੂੰ ਪਤਾ ਹੈ ਜੀ ਜਿਹੜਾ 1.5 2 ਸਾਲ ਦਾ ਬੱਚਾ ਉਹਦੇ ਕੇਸਾਂ ਬਾਰੇ ਪਤਾ ਵੀ ਨਹੀਂ ਹੈਗਾ ਵਿਚਾਰੇ ਨੂੰ ਇਹ ਤਾਂ ਮਤਲਬ ਸਾਡੇ ਆਪਣੇ ਚ ਪ੍ਰੋਬਲਮ ਹੈ ਅਸੀਂ ਆਪ ਨਹੀਂ ਉਸ ਬੰਨੇ ਤੁਰਨਾ ਚਾਹੁੰਦੇ ਸਾਡੇ ਬਜ਼ੁਰਗ ਖੋਪਰੇ ਲਵਾ ਗਏ ਆਪਣੇ ਬੰਦ-ਬੰਦ ਕਟਾ ਗਏ ਸਖੀ ਬਦਲੇ ਅੱਜ ਅਸੀਂ ਕਿੱਥੋਂ ਤੁਰੇ ਤੇ ਕਿੱਥੇ ਆਣ ਖਲੋਤੇ ਮਾਫ ਕਰਨਾ ਇਸੇ ਕਰਕੇ ਅੱਜ ਸਾਡੇ ਕੋਲ ਪਦਾਰਥਵਾਦੀ ਯੁੱਗ ਵਿੱਚ ਸਭ ਕੁਝ ਹੋਣ ਤੋਂ ਬਾਅਦ ਵੀ ਮਾਨਸਿਕ ਸਕੂਨ ਹੈ ਨਹੀਂ ਸਾਡੇ ਕੋਲ ਸ਼ਾਂਤੀ ਹੈ ਨਹੀਂ ਅਜੇ ਵੀ ਸਵੇਰ ਦਾ ਭੁੱਲਿਆ ਕੋ ਸ਼ਾਮਾਂ ਨੂੰ ਆਜੇ ਵਾਪਸ ਉਹਨੂੰ ਭੁੱਲਿਆ ਨਹੀਂ ਕਹਿੰਦੇ ਗੁਰੂ ਦੀ ਬਾਣੀ ਆਪ ਪੜੋ ਸਹਿਜ ਪਾਠ ਆਪਣੇ ਘਰਾਂ ਵਿੱਚ ਕਰੋ ਬਾਣੀ ਦੀਆਂ ਪੋਥੀਆਂ ਰੱਖੋ ਆਪਣੇ ਘਰਾਂ ਦੇ ਵਿੱਚ ਅੱਜ ਤਾਂ ਬਾਣੀ ਪੜਨ ਦੇ ਵਿਚਾਰਨ ਦੇ ਸਾਧਨ ਹੀ ਸਾਡੇ ਕੋਲ ਬੜੇ ਕਮਾਲ ਦੇ ਹੈਗੇ ਨੇ थां थाते मथे टेकंदी किते लोड़नी ऐसा महान सतगुरु ਸਾਡੇ ਕੋਲ ਹੋਵੇ ਤੇ ਸਾਨੂੰ ਆਪਣੇ ਗੁਰੂ ਦੇ ਹੁੰਦਿਆਂ ਕਿਸੇ ਦੂਜੇ ਕੋਲ ਜਾਣ ਦੀ ਲੋੜ ਐ ਸਾਚੇ ਸਹਬਾ ਕਿਆ ਨਹੀਂ ਘਰ ਤੇਰੇ ਘਰ ਤਾਂ ਤੇਰਾ ਜਿਸ ਦੇ ਸੋ ਪਾਵੇ ਰੇ ਜੀ ਨ ਲਾਜ ਲਾਜ ਤੋਂ ਐ ਨਹੀਂ ਹਰ ਤਜ ਕਤ ਕਾਹੂ ਕੇ ਜਾਹੀਂ ਜਾਂ ਕੋ ਠਾਕੁਰ ਉੱਚ ਹੋਈ ਸੋ ਜਨ ਪਰ ਘਰ ਜਾਤ ਨ ਸੋਹੀ ਗਰੀਬ ਤੋਂ ਗਰੀਬ ਵੀ ਬਾਪ ਹੋਵੇ ਨਾ ਉਦਾ ਬੱਚਾ ਉਹਨੂੰ ਛੱਡ ਕੇ ਕਿਸੇ ਦੂਜੇ ਕੋਲ ਚੀਜ਼ ਮੰਗਣ ਚਲਾ ਜਾਵੇ ਨਾ ਤੇ ਬਾਪ ਨੂੰ ਚੰਗਾ ਨਹੀਂ ਲੱਗਦਾ ਆਪਾਂ ਗ੍ਰਸਤੀ ਬੈਠੇ ਆ ਬਾਪ ਦਾ ਆਪਣਾ ਬੱਚਾ ਪੁੱਤ ਉਹਦਾ ਉਹਦੀ ਧੀ ਦੂਜੇ ਕੋਲੋਂ ਚੀਜ਼ ਮੰਗੇ ਆਪਣੇ ਮਾਪੇ ਦੇ ਹੁੰਦੇ ਆ ਤੇ ਬਾਪ ਤਾਂ ਕੀ ਆਂਦਾ ਪੁੱਤ ਜੇ ਮੈਂ ਜਿਉਂਦਾ ਵਾਂ ਮੈਂ ਗਰੀਬ ਜ਼ਰੂਰ ਆ ਮਾਤੜਾ ਮੈਂ ਮੈਂ ਤੁਹਾਨੂੰ ਲਿਆ ਕੇ ਦੇਵਾਂਗਾ ਜਿੰਨਾ ਮੇਰੇ ਜਿੰਨੀ ਕਿ ਮੇਰੀ ਗੁંજائش ਹੈਗੀ ਆ ਮੇਰੇ ਹੁੰਦਿਆ ਤੁਸੀਂ ਕਿਸੇ ਅੱਗੇ ਆ ਕੇ ਹੱਥ ਨਹੀਂ ਲੜਨਾ ਜੇ ਕਿ ਦੁਨਿਆਵੀ ਮਾਪੇ ਬਾਪ ਆਪਣੇ ਬੱਚਿਆਂ ਤੇ ਇਸ ਗੱਲੋਂ ਨਾਰਾਜ਼ ਹੋ ਜਾਂਦੇ ਆ ਵੀ ਸਾਡੇ ਹੁੰਦਿਆਂ ਤੁਸੀਂ ਦੂਜਿਆਂ ਕੋਲੋਂ ਕਿਉਂ ਮੰਗੋ ਤੇ ਅਸੀਂ ਹੋਈਏ ਕਲਗੀਧਰ ਪਰਸ਼ਾ ਦੇ ਪੁੱਤਰ ਹੋਈਏ ਸੀ ਗੁਰੂ ਦੇ ਸਿੱਖ ਤੇ ਵੀਰਵਾਰ ਉਹ ਸਿੱਖ ਜਾ ਕੇ ਕਿਸੇ ਮੜੀ ਦੇ ਅੱਗੇ ਤਾਂ ਪੱਲਾ ਾੜ ਕੇ ਖਲੋਤਾ ਹੋਵੇ ਕਿਸੇ ਦੇਹਧਾਰੀ ਬਾਬੇ ਦੇ ਪੈਰਾਂ 'ਚ ਬੈਠਾ ਹੋਵੇ ਕਿਸੇ ਦੀਆਂ ਪ੍ਰਕਰਮਾਂ ਕਰਦਾ ਹੋਵੇ ਸਾਡਾ ਗੁਰੂ ਖੁਸ਼ ਹੋਏਗਾ ਸਭ ਜਾਦੇ ਆਂਦੇ ਰਹਣਗੇ ਗੁਰੂ ਪਾਸ਼ਾ ਨੂੰ ਵੀ ਗੁਰੂ ਪਿਤਾ ਜੀ ਅਹੀਂ ਤਾਂ ਦੂਜੇ ਸੂਬੇ ਸਰਾਂ ਦੀ ਕਚਹਿਰੀ ਚ ਵੀ ਤੁਹਾਡਾ ਸਿਰ ਨਹੀਂ ਨੀਵਾ ਹੁੰਦਾ ਤਾਂ ਉੱਥੇ ਵੀ ਗੱਜ ਕੇ ਫਤਿਹ ਬਲਾਈ ਅਗਲੇ ਕਹਿੰਦੇ ਰਹੇ ਸਲਾਮ ਕਬੂਲ ਕਰ ਲਓ ਤੇ ਤੁਹਾਡੇ ਦੇ ਸਿੱਖ ਸੁੱਖ ਸਹੂਲਤਾਂ ਭੋਗਦੇ ਹੋਏ ਤੁਹਾਨੂੰ ਪਿੱਠ ਦੇ ਕੇ ਬਹਿ ਗਏ ਅੱਜ ਤਾਂ 50 ਸਿੱਖਾਂ ਨੇ ਗਾਤਰਾ ਪਾਇਆ ਹੋਵੇ ਨਾ ਪੁੱਛਣਾ ਪੈਂਦਾ ਵੀ ਤੁਸੀਂ ਤੁਹਾਡੇ ਜੋ ਗੁਰੂ ਗ੍ਰੰਥ ਸਾਹਿਬ ਨੂੰ ਕਿੰਨੇ ਮੰਨਦੇ ਆ ਜ਼ਰੂਰੀ ਨਹੀਂ ਕਿ ਸਾਰਿਆਂ ਗਾਤਰੇ ਪਾਉਣ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਮੈਂ ਪਹਿਲਾਂ ਮਾਫੀ ਮੰਗ ਲਵਾਂ ਚਲੋ ਜਿਨ੍ਹਾਂ ਨੇ ਸ੍ਰੀ ਸਾਹਿਬ ਨਹੀਂ ਪਾਈ ਜਿਹੜੇ ਖੰਡੇ ਦੀ ਪੌਲੀ ਨਹੀਂ ਉਹਦੀ ਗੱਲ ਹੀ ਪਾਸੇ ਰਹਗੀ ਨਾ ਮਤਲਬ ਇਹਦਾ 50 ਸਿੱਖ ਗਤਰਿਆਂ ਵਾਲੇ ਖਿਲਾਰ ਲੋ ਉਹਨਾਂ ਚੋਂ ਸਾਰੇ ਕਹਣਗੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਵੀ ਨਹੀਂ ਪਤਾ ਪਰ ਜਿਹੜੇ ਬਾਬਿਆਂ ਕੋਲੋਂ ਅਮਰ ਛਕਿਆ ਉਹਨਾਂ ਬਾਰੇ ਬੋਲੋ ਸਾਰੇ ਜੀ ਸਾਰਾ ਪਤਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤਾਰਾ ਜੇ ਅਸੀਂ ਰੋਜ਼ 15 ਮਿੰਟ ਵੀ ਮੇਰੀਓ ਪੜ੍ਹਨੋ ਆਪਣੇ ਘਰਾਂ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਨੀ ਸ਼ੁਰੂ ਕਰੀ ਤੇ 15 ਮਿੰਟ ਸਵੇਰੇ ਉੱਠ ਕੇ ਸੇਜ ਪੜਨਾ ਆਪਣੇ ਪਰਿਵਾਰਾਂ ਚ ਕਰਨਾ ਸ਼ੁਰੂ ਕਰੀਏ ਰੋਜ਼ ਤੁਸੀਂ ਇੱਕ ਪੌੜੀ ਰੋਜ਼ ਪੜ੍ਹ ਲਓ ਜਬਜੀਤ ਸਿੰਘ ਜੀ ਅਸੀਂ ਧਿਆਨ ਨਾਲ ਪੜ੍ਹ ਲਈਏ ਨਾ ਆਪਾਂ ਪੜਿਆ ਨਾ ਜੇ ਹੋਂ ਜਾਣਾ ਆ ਖਾਣਾ ਹੀ ਕਹਿਣਾ ਕਥਨ ਨਾ ਜਾਈ ਗੁਰਾ ਸਭਨਾ ਜੀਆਂ ਕਾ ਇੱਕ ਦਾਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਤੁਹਾਡੇ ਜਿਹੜੇ ਵੀਰ ਬੈਠੇ ਵੇਖਿਓ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਜਦੋਂ ਦਾਤੇ ਦੀ ਗੱਲ ਆਈ ਨਾ ਉਦੋਂ ਆਖਿਆ ਦਾਤਾ ਇੱਕੋ ਹੀ ਹੈ ਜਦੋਂ ਭਿਖਾਰੀ ਦੀ ਗੱਲ ਆਈ ਕਹਿੰਦੇ ਭਿਖਾਰੀ ਸਾਰਾ ਜਗਤ ਹੀ ਹੈ ਜਗਤ ਭਿਖਾਰੀ ਹੈ ਪਰ ਦਾਤਾ ਇੱਕ ਹੀ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਸਾਰਾ ਜਗਤ ਭਿਖਾਰੀ ਹੈ ਦਾਤਾ ਇੱਕ RAM ਵੈਗਰੂ ਅਕਾਲ ਪੁਰਖ ਪਰਮਾਤਮਾ ਹੈ ਪਰ ਅੱਜ ਅਸੀਂ ਦਾਤੇ ਕਿੰਨੇ ਬਣਾ ਲਏ ਕੋ ਕਿਤੇ ਦਾਤਾ ਬਣ ਕੇ ਬੈਠੇ ਅੱਜ ਪਿੰਡ ਨੇ ਸਾਡੇ ਪੰਜਾਬ ਦੇ ਪਿੰਡਾਂ ਪਿੰਡਾਂ 'ਚ ਕਿੰਨੀਆਂ ਚੌਕੀਆਂ ਲੱਗ ਰਹੀਆਂ ਨੇ ਕੋਈ ਕੋਈ ਬਾਬਾ ਬਣ ਕੇ ਬੈਠਾ ਕੋਈ ਕੋਈ ਬਾਬਾ ਬਣ ਕੇ ਬੈਠਾ ਚੰਗੇ ਭੜੇ ਸਾਡੇ ਬੰਦੇ ਪਰਿਵਾਰ ਦੇ ਧਾਰੀਆਂ ਦੇ ਪੈਰਾਂ ਜਾ ਕੇ ਮੱਥੇ ਟੇਕ ਰਹੇ ਨੇ ਆਪਣੇ ਗੁਰੂ ਨੂੰ ਛੱਡ ਕੇ ਆਪਣੇ ਗੁਰੂ ਦੇ ਹੁੰਦਿਆਂ ਕਿਤੇ ਜਾਣ ਦੀ ਲੋੜ ਨਹੀਂ ਜੋਗਤ ਮੰਗਣਾ ਆਪਣੇ ਗੁਰੂ ਕੋਲ ਮੰਗੋ ਸਚਿਆ پارਸ਼ਾ ਅਸੀਂ ਤੁਹਾਡੇ ਸੇਖਾਂ ਅਸੀਂ ਤੁਹਾਨੂੰ ਛੱਡ ਕੇ ਪਾਸੇ ਨਹੀਂ ਜਾਣਾ ਆਪਣੇ ਘਰਾਂ 'ਚ ਰੁਟੀਨ ਬਣਾਓ ਬਾਣੀ ਦੀਆਂ ਸੈਂਚੀਆਂ ਰੱਖੋ ਬਾਣੀ ਦੀਆਂ ਪੋਥੀਆਂ ਰੱਖੋ ਕਈ ਆਪ 4 ਦਿਨ ਪਹਿਲਾਂ ਇੱਕ ਪਟਿਆਲੇ ਤੋਂ ਹਿੰਦੂ ਵੀਰ ਦਾ ਫੋਨ ਆਇਆ ਕਹਿੰਦਾ ਵੀਰ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਦੂਜਾ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ ਪਹਿਲਾ ਭੂਗ ਪਾਠ ਹੈ ਕਹਿੰਦਾ ਕਹਿੰਦਾ ਹੁਣ ਮੇਰੇ ਬੱਚੇ ਨੇ ਵੀ ਕੇਸ ਰੱਖ ਲੈ ਕਹਿੰਦਾ Hindu ਬੱਚਾ ਆयो Hindu ਲੜਕਾ ਜਿਹਦਾ ਬੇਟਾ ਅੱਗੇ ਮੈਂ ਕਿਹਾ ਅੱਛਾ ਕਹਿੰਦਾ ਮੈਨੂੰ ਹੁਣ ਸਮਝ ਲੱਗ ਗਈ ਇੰਨਾ ਕੁਝ ਗੁਰਬਾਣੀ ਚ ਭਰਿਆ ਪਿਆ ਹੈ ਜਿੱਦਨ ਮੈਂ ਵਿਸ਼ਵਾਸ ਨਾ ਕਿਨਾਂ ਜੀ ਗੁਰੂ ਦੀ ਹਜ਼ੂਰੀ ਜਿੱਦਨ ਤੁਸੀਂ ਗੁਰਬਾਣੀ ਸਮਝ ਕੇ ਪੜਨ ਲੱਗ ਪਏ ਨਾ ਜਿੱਦਾ ਬੰਦਾ ਸਾਰੇ ਦਿਨ ਦਾ ਥੱਕਿਆ ਜਦੋਂ ਸ਼ਾਮਾਂ ਨੂੰ ਅਣ ਕੇ ਇਸ਼ਨਾਨ ਕਰਦਾ ਨਾ ਉਹਦਾ ਥਕੀਵਾ ਲੈਂਦਾ ਨਾ ਜਿੱਦਨ ਤੁਸੀਂ ਬਾਣੀ ਸਮਝ ਕੇ ਪੜਨ ਲੱਗ ਪਏ ਨਾ ਤੁਹਾਨੂੰ ਐਂਜ ਲੱਗਣਾ ਜਿਵੇਂ ਮੇਰਾ ਥਕੀਵਾ ਲਾਹਤਾ ਬਾਣੀ ਨੇ ਮੇਰੇ ਮਨ ਦੀ ਮੈ ਲਾਤੀਆ ਮੇਰਾ ਬੋਝ ਹਲਕਾ ਕਰਤਾ ਬਾਣੀ ਇਨਾ ਸਰਾ ਸੂਖਾ ਕਰਦੀ ਬੰਦੇ ਦਾ ਬੰਦੇ ਨੂੰ ਆਜ਼ਾਦ ਕਰਦੀ ਬਾਣੀ ਫੂਟੋ ਆਂਡਾ ਭਰਮ ਕਾ ਮਨੇ ਭਇਓ ਪ੍ਰਗਾਸ ਜਿਵੇਂ ਪੰਛੀ ਦਾ ਬੱਚਾ ਆਂਡੇ ਚ ਹੁੰਦਾ ਨਾ ਉਹ ਡਰ ਨਹੀਂ ਸਕਦਾ ਪਰ ਜਦੋਂ ਆਂਡਾ ਟੁੱਟਦਾ ਤੇ ਆਕਾਸ਼ ਵਿੱਚ ਉੜ ਕੇ ਉਹ ਪੰਛੀ ਦਾ ਬੱਚਾ ਉਡਾਰੀਆਂ ਮਾਰਦਾ ਅਸੀਂ ਵੀ ਭਰਮਾਂ ਦੇ ਆਂਡੇ ਚ ਬੈਠੇ ਹੋਏ ਆ ਜੀ ਵਹਿਮਾ ਪਰਮਾ ਪਖੰਡਵਾ ਨਿੱਕੇ ਨਿੱਕੇ ਕੰਮਾਂ 'ਚ ਸਾਨੂੰ ਪਰਮਾ ਨੇ ਘੇਰਿਆ ਹੋਇਆ ਆਹ ਕੰਮ ਕੀਤਾ ਤੇ ਐਦਾਂ ਹੋ ਜੂ ਆਹ ਕੰਮ ਕੀਤਾ ਤੇ ਆਹ ਨੁਕਸਾਨ ਹੋ ਜੂ ਪਿੱਛੋਂ ਆਵਾਜ਼ ਮਾਰਦੀ ਸਾਡਾ ਕਿਨੇ ਆਹ ਕਰ ਦੇਣਾ ਸਾਨੂੰ ਕਿਹਦੀ ਨਜ਼ਰ ਲੱਗ ਜਾਣੀ ਹੈ ਇਹਨਾਂ ਸਾਰਿਆਂ ਗੱਲਾਂ 'ਚ ਸਾਨੂੰ ਗੁਰਮਤ ਉੱਚਾ ਚੁੱਕਦੀ ਏ ਸਫਲ ਮੂਰਤ ਸਫਲਾ ਘੜੀ ਮੂਰਤ ਕਹਿੰਦੇ ਸਮੇਂ ਨੂੰ ਉਹ ਸਮਾਂ ਸਫਲ ਹੈ ਜਦੋਂ ਮੈਂ ਗੁਰੂ ਦੇ ਕੋਲ ਆਣ ਕੇ ਬਹਿਣਾ ਮੂਰਤ ਸ਼ਬਦ ਨਾ ਬਾਣੀ 'ਚ ਜਦੋਂ ਤੱਤੇ ਨੂੰ ਸਿਹਾਰੀ ਵਾਲਾ ਆਉਂਦਾ ਹੈ ਨਾ ਉਹਦਾ ਅਰਥ ਹੈ ਸਰੂਪ ਜਿਵੇਂ ਆਪਾਂ ਪੜਦੇ ਅਕਾਲ ਮੂਰਤ ਉਥੇ ਮੂਰਤ ਦੇ ਤੱਤੇ ਨੂੰ ਸਿਆਰੀ ਹੈ ਉਹਦਾ ਮਤਲਬ ਹੈ ਸਰੂਪ ਜਿਵੇਂ ਅਕਾਲ ਮੂਰਤ ਪ੍ਰਮਾਤਮਾ ਦਾ ਸਰੂਪ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਪਰ ਜਦੋਂ ਮੂਰਤ ਦੇ ਤੱਤੇ ਨੂੰ ਔਂਕੜਾ ਆਏਗਾ ਨਾ ਉਹਦਾ ਅਰਥ ਹੋਏਗਾ ਸਮਾਂ ਜਿਵੇਂ ਆਮ ਹੀ ਆਪਾਂ ਆਪਣੀ ਬੋਲੀ ਚ ਬੋਲਦੇ ਆ ਤੁਸੀਂ ਮਹੂਰਤ ਨਹੀਂ ਕਢਾਇਆ ਭਾਵ ਤੁਸੀਂ ਸਮਾਂ ਨਹੀਂ ਵੇਖਿਆ ਕਿਹੜਾ ਚੰਗਾ ਤੇ ਕਿਹੜਾ ਮਾੜਾ ਇੱਥੇ ਪਾਸ਼ਾ ਕਹਿੰਦੇ ਸਫਲ ਮਹੂਰਤ ਉਹ ਸਮਾਂ ਸਫਲ ਹੈ ਸਫਲਾ ਘੜੀ ਉਹ ਘੜੀ ਸਫਲ ਹੈ ਕਿਹੜੀ ਜਿੱਤ ਸੱਚੇ ਨਾਲ ਪਿਆਰ ਜਿਦਣ ਤੁਹਾਡੇ ਕੋਲ ਸੱਚ ਹੈ ਨਾ ਤੁਸੀਂ ਸੱਚ ਦੇ ਤੁਰਤੇ ਹੋ ਉਹ ਪਲ ਉਹ ਘੜੀ ਉਹ ਸਕੇਂਟਮੈਂਟ ਸਾਡੇ ਲਈ ਸਭ ਚੰਗਾ ਹੀ ਚੰਗਾ ਹੈ ਸੋਈ ਦਿਨ ਸੁਸਹਾਵੜਾ ਜਿੱਤ ਪ੍ਰਭ ਆਵੇ ਚਿਤ ਜਿੱਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਉਹ ਸਮਾਂ ਸਫਲ ਹੈ ਸਾਡੇ ਵਾਸਤੇ ਉਹ ਚੰਗਾ ਹੈ ਜਦੋਂ ਅਸੀਂ ਗੁਰੂ ਦੇ ਰਾਹ ਤੇ ਤੁਰਦੇ ਹਾਂ ਜਦੋਂ ਅਸੀਂ ਗੁਰੂ ਦੇ ਮਾਰਗ ਦੇ ਪਾੰਧੀ ਬਣਦੇ ਹਾਂ ਤੇ ਸਾਡਾ ਫਰਜ਼ ਬਣਦਾ ਅਸੀਂ ਆਪਣੀ ਜ਼ਿੰਦਗੀ ਵਿੱਚ ਇੱਕੋ ਇਨਸਾਨ ਹੈ ਜਿਹਨੂੰ ਸਿੱਖਿਆ ਦਿੱਤੀ ਗਈ ਹੈ ਕਿਸੇ ਪਸ਼ੂ ਪੰਛੀ ਨੂੰ ਨਹੀਂ ਸਾਰੀ ਗੁਰੂ ਅੰਸਾ ਦੀ ਬਾਣੀ ਪੜ੍ਹ ਕੇ ਵੇਖ ਲਓ ਤੁਹਾਡੇ ਚ ਕਈ ਪਾਠੀ ਸਿੰਘ ਗਰੰਥੀ ਸਿੰਘ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਜੀ ਪੰਛੀ ਨੂੰ ਨਹੀਂ ਸਮਝਾਇਆ ਗਿਆ ਕਿਸੇ ਧਰਤੀ ਤੇ ਤੁਰਨ ਵਾਲੇ ਜੀਵ ਨੂੰ ਨਹੀਂ ਸਮਝਾਇਆ ਇੱਕੋ ਇਨਸਾਨ ਹੈ ਜਿਹਨੂੰ ਬਾਰ ਬਾਰ ਸਿੱਖਿਆ ਦਿੱਤੀ ਗਈ ਹੈ ਕਿ ਇਹ ਇਨਸਾਨ ਸੁਧਰ ਜਾ ਚੰਗਾ ਬਣ ਜਾ ਕਾਨੂੰਨੀ ਕਿਹਾ ਗਿਆ ਤੂੰ ਕਾਂ ਬਣ ਜਾ ਸੱਪ ਨੂੰ ਨਹੀਂ ਕਿਹਾ ਗਿਆ ਤੂੰ ਸੱਪ ਬਣ ਜਾ ਮੱਝ ਨੂੰ ਨਹੀਂ ਕਿਹਾ ਗਿਆ ਗਾਂ ਨੂੰ ਨਹੀਂ ਕਿਹਾ ਗਿਆ ਤੂੰ ਗਾਂ ਬਣ ਜਾ ਕਿਉਂਕਿ ਗਾਂ ਤੇ ਗਾਂ ਹੀ ਹੈ ਇੱਕੋ ਬੰਦਾ ਜਿਹਨੂੰ ਬਾਰ ਬਾਰ ਕਹਿਣਾ ਪੈਂਦਾ ਉਹ ਬੰਦਿਆ ਬੰਦਾ ਬਣ ਜਾ ਬੰਦੇ ਨੂੰ ਕਹਿਣਾ ਪੈਂਦਾ ਤੇ ਜੇ ਬੰਦਾ ਕਿਉਂ ਕਵੇ ਮੈਂ ਬੰਦਾ ਨਹੀਂ ਹੈਗਾ ਇਹ ਬੰਦਾ ਹੀ ਹੋਵੇ ਤੇ ਚੋਰੀਆਂ ਹੋਣ ਜੇ ਬੰਦਾ ਹੋਵੇ ਤੇ ਡਾਕੇ ਹੋਣ ਜੇ ਬੰਦਾ ਹੋਵੇ ਤੇ ਕਤਲੋਗਾਰ ਤੋਂ ਹੋਵੇ ਬੰਦਾ ਨਹੀਂ ਕਰਦਾ ਬੰਦੇ ਅੰਦਰ ਬੈਠਾ ਪਸ਼ੂ ਕਰਦਾ ਮੈਂ ਨਹੀਂ ਕਹਿੰਦਾ ਗੁਰੂ ਅੰਸਾ ਦੀ ਬਾਣੀ ਚ ਲਿਖਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਪਾਸ਼ਕ ਕਹਿੰਦੇ ਤੇਰੀ ਸ਼ਗਲ ਮਨੁੱਖਾਂ ਵਾਲੀ ਕੰਮ ਤੇਰੇ ਡੰਗਰਾਂ ਵਾਲੇ ਨੇ ਪਸ਼ੂਆਂ ਵਾਲੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਨਰੂ ਮਰੈ ਨਾਰ ਕਾਮਨਾ ਆਵੇ ਕੀ ਅਰਥ ਨਹੀਂ ਜੀ ਇਹਦੇ ਨਰੂ ਮਰੈ ਨਾਰ ਕਾਮਨਾ ਆਵੇ ਪਸ਼ੂ ਮਰੈ ਦਸ ਕਾਸ ਵਾਰੇ ਜਦੋਂ ਬੰਦਾ ਮਰਦਾ ਤੇ ਕਿਸੇ ਕੰਮ ਨਹੀਂ ਆਉਂਦਾ ਨਰੂ ਮਰੈ ਨਰ ਕਾਮ ਨਾ ਹੋਵੇ ਪਸ਼ੂ ਮਰੇ ਦਸ ਕਾਸੂ ਆਰੇ ਬੰਦਾ ਤੇ ਕੰਮ ਆਉਂਦਾ ਬੰਦਾ ਤੇ ਕਿੰਨੇ ਕੰਮ ਆਉਂਦਾ ਅੱਜ ਕੱਲ ਤਾਂ ਜਿਨ੍ਹਾਂ ਨੇ ਬਾਡੀ ਡੋਨੇਟ ਕੀਤੀ ਹੁੰਦੀ ਕਿਸ ਦੀਆਂ ਅੱਖਾਂ ਕੰਮ ਆਉਂਦੀਆਂ ਉਹਦਾ ਦਿਲ ਕੰਮ ਆ ਜਾਂਦਾ ਹੈ ਉਹਦੇ ਗੁਰਦੇ ਕੰਮ ਆ ਜਾਂਦੇ ਨੇ ਫਿਰ ਇਹਦਾ ਮਤਲਬ ਕੀ ਹੈ ਬਾਣੀ ਨੂੰ ਧਿਆਨ ਨਾਲ ਸਮਝੋ ਉਹਦਾ ਅਰਥ ਹੈ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਨੋ ਮੈਂ ਕਿਹਾ ਜਾਨੋ ਬਾਬਾ ਰੇ ਉਹਦਾ ਹੌਦਾ ਬੰਦ ਹੈ ਉਹਦਾ ਮਤਲਬ ਹੈ ਨਰੂ ਮਰੇ ਜਦੋਂ ਇਨਸਾਨ ਵਿੱਚੋਂ ਨਰੂ ਮਰਦਾ ਹੈ ਇਨਸਾਨ ਵਿੱਚੋਂ ਇਨਸਾਨੀਅਤ ਮਰਦੀ ਹੈ ਇਨਸਾਨ ਕਿਸੇ ਕੰਮ ਦਾ ਨਹੀਂ ਇਹ ਡੰਗਰਾਂ ਨੂੰ ਪੜੜਾ ਹੈ ਇਹਦਾ ਮਤਲਬ ਇਹ ਹੈ ਪਸ਼ੂ ਮਰੇ ਜਦੋਂ ਇਹਦੇ ਵਿੱਚੋਂ ਪਸ਼ੂ ਭਿਰਤੀ ਮਰਦੀ ਹੈ ਉਥੇ ਪਸ਼ੂ ਦੀ ਗੱਲ ਨਹੀਂ ਹੋ ਰਹੀ ਕਿਸੇ ਮੱਝ ਗਾਂ ਦੀ ਗੱਲ ਨਹੀਂ ਹੋ ਰਹੀ ਇਹ ਗੁਰੂ ਗ੍ਰੰਥ ਸਾਹਿਬ ਕਿਸੇ ਮੱਝ ਗਾਂ ਲਈ ਨਹੀਂ ਮਾਰੇ ਨੇ ਲਿਖਿਆ ਸਾਡੇ ਲਈ ਲਿਖਿਆ ਜਿਹੜਾ ਸਾਡੇ ਅੰਦਰ ਪਸ਼ੂ ਬੈਠਾ ਹੈ ਨਰੂ ਮਰੇ ਨਰ ਕਾਮਨਾ ਆਵੇ ਜਦੋਂ ਬੰਦੇ ਵਿੱਚੋਂ ਨਰੂ ਮਰ ਜਾਂਦਾ ਹੈ ਇਨਸਾਨੀਅਤ ਮਰ ਜਾਂਦੀ ਹੈ ਬੰਦੇ ਦੇ ਅੰਦਰ ਦਾ ਬੰਦਾ ਮਰ ਜਾਂਦਾ ਹੈ ਨਰ ਕਾਮ ਨਾ ਹੋਵੇ ਇਹ ਜਨਮ ਦੇਣ ਵਾਲੀ ਮਾਂ ਦੇ ਕੰਮ ਨਹੀਂ ਆਉਂਦਾ ਇਹ ਜਿਸ ਦੇ ਨਾਲ ਲਾਵਾਂ ਲਗੀਆਂ ਹੁੰਦੀਆਂ ਉਹਦੇ ਕੰਮ ਨਹੀਂ ਆਉਂਦਾ ਇਹ ਆਪਣੇ ਪੁੱਤ ਦੇ ਆਪਣੀ ਤੀਹ ਦੇ ਆਪਣੇ ਸਮਾਜ ਦੇ ਕਿਸੇ ਕੰਮ ਨਹੀਂ ਆਉਂਦਾ ਪਰ ਪਸ਼ੂ ਮਰੇ ਜਿੱਦਣ ਇਹਦੇ ਵਿੱਚੋਂ ਪਸ਼ੂ ਮਰੇਗਾ ਕਿਹੜਾ ਪਸ਼ੂ ਕਰਤੂਤ ਪਸ਼ੂ ਕੀ ਉਹ ਪਸ਼ੂ ਇਹਦੇ ਕੰਮ ਪਸ਼ੂਆਂ ਵਾਲੇ ਮਰ ਜਾਣਗੇ ਪਸ਼ੂ ਮਰੇ 10 ਕਾਸਵਾਰੇ ਇਹੋ ਲੋਕਾਂ ਦੇ ਕੰਮ ਸਵਾਰਨ ਵਾਲਾ ਹੋ ਜਾਏਗਾ ਇਹ ਲੋਕਾਂ ਦਾ ਭਲਾ ਕਰੇਗਾ ਲੋਕਾਂ ਦੀ ਬਾਹ ਫੜੇਗਾ ਇਹਦਾ ਮਤਲਬ ਸਾਡਾ ਟਾਰਗੇਟ ਕੀ ਹੈ ਮੈਂ ਆਪਣੇ ਅੰਦਰੋਂ ਪਸ਼ੂ ਮਾਰਨਾ ਹੈ ਮੈਂ ਆਪਣੀ ਪਸ਼ੂ ਬਿਰਤੀ ਮਾਰਨੀ ਹੈ ਜਿਹੜੇ ਮੇਰੇ ਅੰਦਰ ਡੰਗਰ ਬੈਠਿਆ ਨਾ ਜਿਹੜੇ ਮੈਨੂੰ ਜ਼ਿੰਦਗੀ ਜਿਉਣ ਨਹੀਂ ਦਿੰਦੇ ਇੱਕ ਥਾਂ ਤੇ ਬਹਿਣ ਨਹੀਂ ਦਿੰਦੇ ਮੈਂ ਉਹਨਾਂ ਨੂੰ ਖਤਮ ਕਰਨਾ ਹੈ ਉਹਦੇ ਬਾਰੇ ਸਤਗੁਰ ਨੇ ਆਖਿਆ ਸੀ ਨਾ ਮਿਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇਆ ਪਸ਼ੂ ਪ੍ਰੇਤ ਮੁਗਦ ਪੈਸ਼ ਰੋਤੇ ਜਿਹੜੇ ਮੇਰੇ ਅੰਦਰ ਪਸ਼ੂ ਬੈਠੇ ਸੀ ਡੰਗਰ ਬੈਠੇ ਸੀ ਨਾ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਹੁਣ ਉਹ শ্রোਤੇ ਬਣ ਗਿਆ ਸਾਂਸਕ੍ਰਿਤੀ ਸਲੋਕਾਂ ਦਾ ਪਾਠ ਕਰੀ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਗੁਰਮੰਤਰ ਹੀਣਸ ਜੋ ਪ੍ਰਾਣੀ ਗੁਰੂ ਦੀ ਸਿੱਖਿਆ ਤੋਂ ਮੰਤਰ ਦਾ ਅਰਥ ਹੁੰਦਾ ਹੈ ਸਲਾਹ ਜਿਵੇਂ ਰਾਜੇ ਦਾ ਮੰਤਰੀ ਹੁੰਦਾ ਸਲਾਹਕਾਰ ਗੁਰਮੰਤਰ ਦਾ ਅਰਥ ਹੈ ਗੁਰੂ ਦੀ ਸਲਾਹ ਅਸੀਂ ਕੀ ਲੈਣ ਉਹਨੇ ਗੁਰੂ ਕੋਲ ਗੁਰੂ ਦੀ ਸਲਾਹ ਲੈਣ ਉਹਨੇ ਕਿ ਮਹਾਰਾਜ ਮੈਂ ਤੁਹਾਡੀ ਸਲਾਹ ਲੈ ਕੇ ਆਪਣੀ ਜ਼ਿੰਦਗੀ ਜਿਉਣਾ ਚਾਹੁੰਨਾ ਪਰਸ਼ਾ ਕਹਿੰਦੇ ਗੁਰਮੰਤਰਹੀਣਸ ਜੋ ਪ੍ਰਾਣੀ ਗੁਰੂ ਦੇ ਮੰਤਰ ਤੋਂ ਜੋ ਹੀਣਾ ਐਸ ਪ੍ਰਾਣੀ ਤ੍ਰਗੰਤ ਜਨਮ ਪ੍ਰਸ਼ਨ ਹੈ ਤ੍ਰਗੰਤ ਜਨਮ ਹੈ ਉਹਦਾ ਕਹਿ ਲਗੇ ਤ੍ਰਗੰਤ ਜਨਮ ਪ੍ਰਸ਼ਨ ਹੈ ਕੂਕਰ ਹੈ ਕੂਕਰ ਮੈਨੂੰ ਕੁੱਤਾ ਸ਼ੂਕਰ ਹੈ ਸੂਰ ਗਰਦਵ ਹੈ ਗਧਾ ਕੱਕ ਹੈ ਤਾਂ ਸਰਪਨ ਹੈ ਸੱਪ ਤੁੱਲ ਕਹਿੰਦੇ ਬਰਾਬਰ ਨੂੰ ਲੋ ਤਾਨੂੰ ਗੁਰੂ ਅਰਜਨ ਸਹਿਬ ਮਹਾਰਾਜ ਕਹਿੰਦੇ ਨੇ ਜਿਸ ਬੰਦੇ ਦੀ ਜ਼ਿੰਦਗੀ ਚ ਗੁਰੂ ਦੀ ਸਲਾਹ ਨਹੀਂ ਹੈਗੀ ਉਹਦਾ ਜੀਵਨ ਇਹਨਾ ਪੰਨਿਆਂ ਦੇ ਬਰਾਬਰ ਹੈ ਕਿਹਦੇ ਬਰਾਬਰ ਜੀ ਕੂਕਰ ਹੈ ਸ਼ੁਕਰ ਹੈ ਗਰਦਬ ਹੈ ਸਾਰੇ ਬੋਲੋ ਜੀ ਕੂਕਰ ਹੈ ਸ਼ੁਕਰ ਹੈ ਗਰਦਬ ਹੈ ਕਾਕ ਹੈ ਕਾਂ ਕਾਕੇ ਵੀ ਨੂੰ ਕਾਂ ਸਰਪ ਨੇ ਸੱਪ ਤੋਲ ਕਹਿੰਦੇ ਬਰਾਬਰ ਨੂੰ ਖਲਾ ਕਹਿੰਦੇ ਮੂਰਖ ਨੂੰ ਕਹਿੰਦੇ ਇਹੋ ਜਿਹਾ ਜੀਵਨ ਮੂਰਖਤਾ ਨਾਲ ਭਰਿਆ ਇਨਾ ਪੰਨਿਆਂ ਦੇ ਬਰਾਬਰ ਹੈ ਜਿਸ ਇਨਸਾਨ ਦੀ ਜ਼ਿੰਦਗੀ ਚ ਗੁਰੂ ਦੀ ਸਿੱਖਿਆ ਹੈ ਨਹੀਂ 1418 ਅੰਕ ਤੇ ਸ਼ਲੋਕ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਸਤਗੁਰ ਪੁਰਖ ਨਾ ਸੇਵਿਓ ਜਿਨ੍ਹਾਂ ਨੇ ਆਪਣੇ ਸਤਗੁਰ ਪੁਰਖ ਨੂੰ ਸੇਵਿਆ ਨਹੀਂ ਆਪਣੇ ਗੁਰੂ ਦੀ ਸਿੱਖਿਆ ਉਤੇ ਅਮਲ ਨਹੀਂ ਕੀਤਾ ਸ਼ਬਦ ਨਾ ਕੀਤਾ ਵਿਚਾਰ ਜਿਨ੍ਹਾਂ ਨੇ ਆਪਣੇ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਮਹਾਰਾਜ ਕੀ ਕਹੋਗੇ ਉਹਨਾਂ ਬਾਰੇ ਓਏ ਮਾਨਸ ਜੂਨ ਨਾ ਆਖੀਆਂ ਮਹਾਰਾ ਜਿਹਨੇ ਇਹ ਨਾ ਸਮਝੋ ਵੀ ਉਹ ਮਨੋਖਵਾ ਮਹਾਰਾ ਫਿਰ ਕੌਣ ਨੇ ਕਹਿੰਦੇ ਪਸ਼ੂ ਅਸਾ ਜੇ ਤੇ ਕੱਲਾ ਪਸ਼ੂ ਕਹਿੰਦੇ ਨਾ ਫੇਰ ਵੀ ਬੜੀ ਵਧੀਆ ਗੱਲ ਸੀ ਕਿਉਂਕਿ ਪਸ਼ੂ ਮਿਲਾਂ ਚੰਗਿਆਈਆਂ ਖੜ ਖਾਵੇਂ ਅਮਰ ਦੇ ਪਸ਼ੂ ਨੂੰ ਰਾਤ ਆਪਾਂ ਖੁਰਲੀ ਪੱਠੀਆਂ ਦੀ ਭਰ ਦਈਏ ਸਵੇਰੇ ਬਾਲਟੀ ਦੁੱਧ ਦੀ ਭਰ ਦਿੰਦਾ ਪਸ਼ੂ ਮਾੜਾ ਥੋੜਾ ਕਹਿੰਦੇ ਬਹੁਤ ਚੰਗਾ ਪਸ਼ੂਆਂ ਸਿਰ ਤੇ ਲੋਕਾਂ ਦੇ ਘਰ ਚੱਲਦੇ ਆ ਜਿਹੜੇ ਵੱਡੇ ਵੱਡੇ ਡੇਰੀ ਫਾਰਮ ਆ ਕਈ ਕੰਟਰੀਆਂ ਚੱਲਦੀਆਂ ਪਸ਼ੂਆਂ ਸਿਰ ਤੇ ਔਰ ਨਿਊਜ਼ੀਲੈਂਡ ਹੈ ਨਿਊਜ਼ੀਲੈਂਡ ਵਰਗੀਆਂ ਕੰਟਰੀਆਂ ਜਿਹੜੀਆਂ گاਵਾں ਦੇ ਫਾਰਮ ਉਥੇ ਕਿਹੜੇ ਕਿਹੜੇ ਆ ਕਈ ਕਈ ਕੰਟਰੀਆਂ ਚੱਲਦੀਆਂ ਦੁੱਧ ਸਿਰ ਤੇ ਆ ਉਥੇ ਦੁੱਧ ਵਾਦੂ گاਵਾں ਵਾਦੂ ਉਥੇ ਇੱਥੇ ਵੀ ਆਪਣੇ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਦਾ ਡੇਰੀ ਫਾਰਮ ਆ ਆਪਣਾ ਉਹਨਾਂ ਦਾ ਸਾਰਾ ਕਾਰੋਬਾਰੀ ਦੁੱਧ ਉੱਤੇ ਖਲੋਤਾ ਹੋਇਆ ਹੈ ਪਸ਼ੂ ਮਾੜਾ ਤਾਂ ਨਹੀਂ ਹੈਗਾ ਉਹ ਤੇ ਰਾਤ ਪੱਠੇ ਪਈਏ ਸਵੇਰੇ ਦੁੱਧ ਦੀ ਬਾਲਟੀ ਭਰ ਦਿੰਦਾ ਪਰ ਪਾਰਸ਼ਾ ਨੇ ਕੱਲਾ ਪਸ਼ੂ ਜਦ ਪਸ਼ੂ ਵੀ ਕਹਿੰਦੇ ਫੇ ਤਾਂ ਗੱਲ ਬੜੀ ਵਧੀਆ ਸੀ ਉਥੇ ਗੁਰੂ ਅਮਰਦਾਸ ਜੀ ਨੇ ਲਿਖਿਆ ਹੈ ਬਖਸ਼ਿਸ਼ ਕੀਤੀ ਕਰਨ ਲੱਗੇ ਓਏ ਮਾਨਸ ਜੂ ਨਾ ਆਖਿਆ ਨਾ ਪਸ਼ੂ ਅਗੇ ਸ਼ਬਦ ਹਰਤੇ ਢੋਰ ਢੋਰ ਦਾ ਅਰਥ ਹੁੰਦਾ ਮਰਿਆ ਹੋਇਆ ਪਸ਼ੂ ਮੱਝ ਬੰਦੇ ਨੇ ਲੱਖ ਰੁਪਏ ਦੀ ਵੀ ਲਿਆਂਦੀ ਹੋਵੇ ਨਾ ਡੇਢ ਲੱਖ ਦੀ ਵੀ ਖਰੀਦ ਕੇ ਕਿਉਂ ਸਾਧ ਸੰਗਤ ਜੀ ਜੇ ਮੱਝ ਚੜਾਈ ਕਰ ਦੇ ਫੇ ਵੀ ਉਹਦੀ ਓਨੀ ਕੀਮਤੀ ਆ ਕਦੀ ਕਿਸੇ ਨੇ ਕਿਹਾ ਵੀ ਅੱਧੇ ਪੈਸੇ ਦੇਜੋ ਇਹਦੇ ਫੇ ਤਾਂ ਦਬਦਾ ਫਰੀ ਚ ਕਾਉਣੀ ਪੈਂਦੀ ਦਬਦਾ ਕਈਆਂ ਨੂੰ ਚੁੱਕਣ ਦੇ ਵੀ ਪੈਸੇ ਦੇਣੇ ਪੈਂਦੇ ਨੇ ਵੀ ਅਸੀਂ ਵਿਆਹ ਜਾਣਾ ਭਾਈ ਰਾਖੀ ਨਹੀਂ ਹੋਣੀ ਸਾਡੇ ਕੋਲ ਦੌੜ-ਦੌੜ ਤੂੰ ਦੱਸਦਾ ਕਿੰਨਾ ਖਰਚ ਹੋਣਾ ਚੱਕ ਕੇ ਲੈ ਜਾ ਸਾਡੇ ਕੋਲ ਕੱਲੀ ਪਸ਼ੂ ਨਹੀਂ ਕਿਹਾ ਨਾਲ ਮਰਿਆ ਹੋਇਆ ਪਸ਼ੂ ਕਿਹਾ ਕਿਹਦੀ ਗੱਲ ਹੋ ਰਹੀ ਹੈ ਜੀ ਸਾਡੀ ਜਿਸ ਬੰਦੇ ਕੋਲ ਗੁਰੂ ਦੀ ਸਿੱਖਿਆ ਨਹੀਂ ਪਾਤਸ਼ਾਹ ਕਹਿੰਦੇ ਉਹ ਕੱਲਾ ਪਸ਼ੂ ਨਹੀਂ ਹੈਗਾ ਢੋਰਵਾ ਢੋਰਦਾਰ ਹੁੰਦਾ ਮਰਿਆ ਹੋਇਆ ਪਸ਼ੂ ਇਹ ਢੋਰ ਸ਼ਬਦ ਗੁਰਬਾਣੀ ਚ ਭਗਤ ਰਵਦਾਸ ਜੀ ਦੀ ਜਦੋਂ ਆਪਾਂ ਗੁਰਵਰਜਨ ਸਾਹਿਬ ਦਾ ਸ਼ਬਦ ਪੜ੍ਹਦੇ ਆ ਨਾ ਰਵਦਾਸ ਢਵੰਤਾ ਟੌਰ ਨੀ ਤੇ ਉਥੇ ਢੋਰ ਸ਼ਬਦ ਵਰਤਿਆ ਢੋਰ ਵੀ ਨ ਮਰਿਆ ਹੋਇਆ ਪਸ਼ੂ ਭਗਤ ਅਰਵਦਾ ਜੀ ਮਰੇ ਹੋਏ ਪਸ਼ੂਆਂ ਨੂੰ ਢੂੰਦੇ ਸੀ ਉਹਨਾਂ ਦੀ ਖਾਲੋ ਉਤਾਰ ਕੇ ਫਿਰ ਉਹ ਆਪਣੇ ਪਰਿਵਾਰ ਦਾ ਰੋਜ਼ਗਾਰ ਜਿਹੜਾ ਸੀ ਰੋਜੀ ਦਾ ਉਹ ਚੱਲਦਾ ਸੀ ਹੁਣ ਢੋਰ ਦਾ ਅਰਥ ਹੈ ਮਰਿਆ ਹੋਇਆ ਪਸ਼ੂ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਨ੍ਹਾਂ ਸਤਗੁਰੂ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਕੋਈ ਮਾਨਸ ਜੂਨ ਨਾ ਆਖਿਆ ਨ ਪਸ਼ੂ ਢੋਰ ਗਵਾਰ ਉਹ ਪਸ਼ੂ ਨੇ ਨਾਲ ਵਰਤਿਆ ਢੋਲ ਢੋਰ ਦਾ ਅਰਥ ਹੈ ਮਰੇ ਹੋਏ ਪਸ਼ੂ ਨੇ ਤੀਜਾ ਸ਼ਬਦ ਵਰਤਿਆ ਗਵਾਰ ਉਹਨਾਂ ਅੰਤਰ ਗਿਆਨ ਦਾ ਧਿਆਨ ਹੈ ਉਹਨਾਂ ਕੋਲ ਅੰਦਰ ਗਿਆਨ ਹੈ ਨਹੀਂ ਸਮਝਿਆ ਨਹੀਂ ਸ਼ਬਦ ਤਾਂ ਵਰਤਿਆ ਵੀ ਸਮਝਿਆ ਨਹੀਂ ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਜਿਉਂਦਾ ਤਰੀਕਾ ਹੈ ਨਹੀਂ ਇਹ ਤੇ ਆਪਣੇ ਪਰਿਵਾਰਾਂ 'ਚ ਆਮ ਹੀ ਬਜ਼ੁਰਗ ਬੋਲ ਦਿੰਦੇ ਹੁੰਦੇ ਸ਼ਬਦ ਜੇ ਕਿਤੇ ਪੁੱਤ ਧੀ ਕੋਲੋਂ ਕੰਮ ਵਿਗੜ ਜਾਣਾ ਤੇ ਦਾਦੇ ਨੇ ਕਹਿ ਦੇਣਾ ਉਹ ਡੰਗਰਾ ਤੈਨੂੰ ਸਮਝ ਨਹੀਂ ਆਉਂਦੀ ਤੇ ਉਹ ਅਗੇ ਉਹ ਨਿਆਣਾ ਕਹਿੰਦਾ ਸੀ ਮੈਂ ਡੰਗਰਾਂ ਉਹਦਾ ਮਤਲਬ ਹੁੰਦਾ ਸੀ ਕਿ ਕਾਕਾ ਤੇਰੇ ਕੋਲੋਂ ਕੰਮ ਵਿਗੜ ਗਿਆ ਤੇਰੇ ਕੋਲੋਂ ਕੰਮ ਸਵਾਰਿਆ ਨਹੀਂ ਗਿਆ ਤੂੰ ਕੰਮ ਦਾ ਨੁਕਸਾਨ ਕਰ ਦਿੰਦਾ ਹੈ ਇੱਕੋ ਇਨਸਾਨ ਆ ਜਿਹਨੂੰ ਤਰ੍ਹਾਂ ਤਰ੍ਹਾਂ ਦੇ ਸ਼ਬਦਾਂ ਨਾਲ ਸਮਾਜ ਸੰਬੋਧਨ ਕਰਦਾ ਪਰ ਪਸ਼ੂ ਪੰਛੀ ਜਿੱਦਾਂ ਦੇ ਹੈਗੇ ਵਿੱਚ ਦਿਸ ਰਹੇ ਆ ਇੱਕੋ ਬੰਦਾ ਜਿਹੜਾ ਸਾਰਿਆਂ ਦੀ ਜੂਨਾਂ ਭੋਗੀ ਜਾਂਦਾ ਹੈ ਇਹ ਜਦੋਂ ਅੱਖਾਂ ਨਾਲ ਮਾੜਾ ਵੇਖਦਾ ਪਤੰਗੇ ਦੀ ਜੂਨ ਭੋਗਦਾ ਹੈ ਜਦੋਂ ਕੰਨਾਂ ਨਾਲ ਮਾੜਾ ਸੁਣਦਾ ਉਦੋਂ ਹਿਰਨ ਦੀ ਜੂਨ ਭੋਗਦਾ ਹੈ ਜਦੋਂ ਇਹਨੂੰ ਜ਼ੁਬਾਨ ਦੇ ਚਸਕੇ ਹੁੰਦੇ ਉਦੋਂ ਇਹ ਮੱਛੀ ਦੀ ਜੂਨ ਭੋਗਦਾ ਹੈ ਮੱਛੀ ਨੂੰ ਫੜਨ ਵਾਲਾ ਬੰਦਾ ਪਾਣੀ ਥੋੜਾ ਜਾਂਦਾ ਉਹ ਤੇ ਪਾਣੀ ਦੇ ਬਾਹਰ ਬੈਠਾ ਹੁੰਦਾ ਪਰ ਉਹ ਕੁੰਡੀ ਪਾਉਂਦਾ ਇਦਾਂ ਉੱਤੇ ਮਾਸ ਦੀ ਬੋਟੀ ਲਾਉਂਦਾ ਉਹ ਭੱਜੀ ਹੁੰਦੀ ਆ ਬਸ ਕੀਤੇ ਕਾਰਨ ਪਾਕੜੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਆਪਣੇ ਲਾਲਚ ਕਰਕੇ ਫੜੀ ਜਾਂਦੀ ਆ ਜ ਜਿੰਨੇ ਕਰਪਸ਼ਨ ਕਰਦੇ ਆ ਲੋਕ ਡੇਢ ਡੇਢ 2-2 ਲੱਖ ਕਈ ਵਾਰੀ ਸੈਲਰੀ ਹੁੰਦੀ ਆ ਫੜੇ ਜਾਂਦੇ 2-4 ਹਜ਼ਾਰ ਰਿਸ਼ਵਤ ਲੈਂਦੇ ਅਗਲੇ ਕੁੰਡੀ ਲਾ ਕੇ ਭੇਜਦੇ ਸੀ ਨਾ ਉਹਨੂੰ ਮਾਸ ਦੀ ਬੋਟੀ ਉੱਤੇ ਦੇਦੀ ਥੱਲੇ ਕੁੰਡੀ ਵਿਜੀਲੈਂਸ ਵਾਲੇ ਦੇਦੀ ਨਹੀਂ ਸੀ ਬਾਅਦ ਵਿੱਚ ਰੰਗੇ ਅਥੀ ਦਾ ਫੜਦੇ ਫਿਰ ਗੁੱਟ-ਕੁੱਟ ਕੇ ਫੜ ਲਈ ਦਿੰਦਾ ਕਹਿੰਦੇ ਆ ਤੇਰੀ ਜੇਬ ਦੇ ਵਿੱਚ ਜਿਹੜੇ ਪੈਸੇ ਆ ਇਦਾਂ ਨੰਬਰ ਵੀ ਸਾਡੇ ਕੋਲ ਹੈਗੇ ਆ ਬੰਦਾ بڑے ਬਹਾਨੇ ਬੁੰਨੇ ਮਾਰਦਾ ਉਹ ਆਂਦਾ ਜੀ ਨਹੀਂ ਉਹ ਫੇਰ ਕਹਿੰਦਾ ਆ ਪਾਣੀ ਇੱਥੇ ਸਾਡਾ ਅਫਸਰ ਹੱਥ ਪਾਊਗਾ ਰੰਗ ਨਹੀਂ ਚੇਂਜ ਹੋਣਾ ਤੂੰ ਹੱਥ ਪਾਏ ਚ ਉਜਰੋਂ ਉਹ ਹੱਥ ਪਾਉਂਦਾ ਜਦੋਂ ਨਾਲ ਹੀ ਮੜੀ ਜੰਗਲਾਂ ਜਾਂ ਮਲਦਾ ਤੇ ਪਾਣੀ ਦਾ ਕਲਰ ਚੇਂਜ ਹੋ ਜਾਂਦਾ ਉਹਨੂੰ ਕਹਿੰਦੇ ਰੰਗੇ ਹੱਥੀ ਬੋਲੋ ਜੀ ਉਹ ਕੱਲਾ ਪਾਣੀ ਦਾ ਰੰਗ ਨਹੀਂ ਚੇਂਜ ਹੁੰਦਾ ਨਾਲ ਉਹਦਾ ਵੀ ਰੰਗ ਚੇਂਜ ਹੋਣ ਲੱਗ ਪੈਂਦਾ ਬੰਦੇ ਦਾ ਵੀ ਹੁਣ ਸਭ ਕੁਝ ਦਿਸ ਰਿਆਂ ਨ ਵੀ ਨੌਕਰੀ ਵੀ ਗਈ ਸਭ ਕੁਝ ਖਤਮ ਹੋ ਗਿਆ ਕੱਲਾ ਪਾਣੀ ਦਾ ਡਾਂਗ ਇਸੇ ਨੂੰ ਤੇ ਆਖਿਆ ਸੀ ਜਿਤ ਦਿਨ ਦੇਹ ਬਿੰਸ ਸੀ ਤਿਤ ਵੇਲੇ ਕਈ ਸੰ ਪ੍ਰੇਤ ਪਕੜ ਚ ਲੈਣ ਦੂਤ ਜਮ ਕਿਸੇ ਨਾ ਦੇ ਨੇ ਭੇਤ ਛੱਡ ਖਲੋਤੇ ਖੇਨੇ ਮਾਂ ਜਣਸੋਂ ਲੱਗਾ ਹੈ ਤੇ ਹੱਥ ਮਰੋੜਾ ਹਰ ਬੰਦੇ ਮਰਨ ਵਾਲੇ ਨੂੰ ਹੱਥ ਮਰੋੜਨ ਦਾ ਮੌਕਾ ਨਹੀਂ ਮਿਲਦਾ ਮਿਲਦਾ ਪ੍ਰੇ ਦਾ ਮਤਲਬ ਕੀ ਹੋਇਆ ਇਹਨਾਂ ਸ਼ਬਦਾਂ ਦਾ ਕੀ ਅਰਥ ਸਾਧ ਸੰਗਤ ਜੀ ਏਡਾ ਵੱਡਾ ਸਾਡੇ ਕੋਲ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹਰ ਮਰਨ ਵਾਲੇ ਬੰਦੇ ਨੂੰ ਹੱਥ ਮਰੋੜਨ ਦਾ ਮੌਕਾ ਨਹੀਂ ਮਿਲਦਾ ਪਰ ਜਦੋਂ ਬੰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਉਦੋਂ ਹੱਥ ਮਰਦਾ ਵਾ ਉਦੋਂ ਸਿਰ ਵੀ ਮਾਰਦਾ ਤੇ ਹੱਥ ਵੀ ਮਲਦਾ ਉਦੋਂ ਦੰਦਾਂ ਤੇ ਹੱਥਾਂ ਤੇ ਦੰਦੀਆਂ ਵੜਦਾ ਕਿ ਹੁਣ ਜੇਲ੍ਹ ਦੀਆਂ ਰੋਟੀਆਂ ਬੋਲੋ ਜੀ ਤਾਂ ਹੀ ਤੁਸੀਂ ਵੇਖੋ ਜਿਹੜੀ ਕਰਪਸ਼ਨ ਆ ਬੇਈਮਾਨੀ ਆ ਜਿਹੜੀ ਇਹ ਸਭ ਤੋਂ ਭੈੜੀ ਚੀਜ਼ ਆ ਜਿਹੜੀ ਇਨਸਾਨ ਨੂੰ ਅੱਗੇ ਨਹੀਂ ਜਾਣ ਦਿੰਦੀ ਗੁਰੂ ਸਾਹਿਬ ਨੇ ਧਰਮ ਦੀ ਕਿਰਤ ਉਤੇ ਸਭ ਤੋਂ ਵੱਧ ਜ਼ੋਰ ਦਿੱਤਾ ਸੀ ਤੇ ਯਾਦ ਰੱਖਣਾ ਤੁਹਾਡੀ ਜੇਬ ਚ ਸੱਚੀ ਸੁੱਚੀ ਕਿਰਤ ਦਾ 1 ਰੁਪਿਆ ਵੀ ਪਿਆਊਗਾ ਨਾ ਤੁਸੀਂ ਵੱਡੇ ਤੋਂ ਵੱਡੇ ਅਫਸਰ ਦੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਕਰੋਗੇ ਵੱਡੇ ਤੋਂ ਵੱਡੇ ਅਫਸਰ ਦੀਆਂ ਅੱਖਾਂ ਚੱਖਾਂ ਪਾ ਕੇ ਕਾਈ ਸੀ ਨਾ ਗੁਰੂ ਅਰਗਵਿੰਦ ਪਾਸ਼ਾ ਵੇਲੇ ਕਾਈ ਸੀ ਉਹ ਜਹਾਂਗੀਰ ਦੇ ਤੰਬੂ ਚ ਅੱਖ ਚੱਖਾਂ ਪਾ ਕੇ ਗੱਲ ਕਰਦਾ ਕਿਉਂਕਿ ਪੱਲੇ ਸੱਚ ਸੀ ਸਭ ਜਾਦੇ ਜਦੋਂ ਸੂਬੇ ਸਰਾਂ ਦੀ ਕਚਹਿਰੀ ਚ ਦਾਸ 11 12 ਤਿੰਨ ਦਿਨ ਕਚਹਿਰੀ ਚ ਪੇਸ਼ ਕੀਤੇ ਜਾਂਦੇ ਰਹੇ ਟਾਉਣਾ ਉਹਨਾਂ ਦੀਆਂ ਨੀਵੀਆਂ ਸੀ ਸਭ ਜਿਆਦਾ ਉਹਨਾਂ ਦੀਆਂ ਨੀਵੀਆਂ ਨਹੀਂ ਹੋਈਆਂ ਕਿਉਂਕਿ ਪੱਲੇ ਸੱਚ ਸੀ ਨਾ ਵਜ਼ੀਰ ਖਾਨਾਂ ਦੀ ਨੀਵੀ ਪੈ ਗਈ ਹੈ ਜਿਨੇ ਕਾਜੀ ਮੁਲਾਣੇ ਬੈਠੇ ਸੀ ਉਹ ਉਹਨਾਂ ਦੇ ਸਿਰ ਨੀਵੇਂ ਹੋ ਗਏ ਸਭ ਜਿਆਦਾ ਨੇ ਸਿਰ ਨੀਵੇਂ ਕੀਤੇ ਇੱਥੇ ਵੱਡੇ ਵੱਡੇ ਬੰਦਿਆਂ ਦੀਆਂ ਨੀਵੀਆਂ ਪੈ ਜਾਂਦੀਆਂ ਕਿਉਂ ਕਿ ਕਿਉਂਕਿ ਅੰਦਰ ਕਿਤੇ ਨਾ ਕਿਤੇ ਕਮੀ ਹੈ ਬਾਸ਼ਕ ਦੇ ਅੰਦਰ ਦਾ ਚੋਰ ਮਾਰ ਬੰਦਿਆ ਤੈਨੂੰ ਕੁਝ ਨਹੀਂ ਹੋਇਆ ਇਹ ਬਾਣੀ ਤੈਨੂੰ ਦੇਵਤਾ ਬਣਾਉਂਦੀ ਹੈ ਬਲੇ ਹਾਰੀ ਗੁਰਿਆ ਆਪਣੇ ਦਿਹਾੜੀ ਸਦਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਬਾਣੀ ਮਨੋਖ ਨੂੰ ਦੇਵਤਾ ਬਣਾਉਂਦੀ ਹੈ ਵਧੀਆ ਇਨਸਾਨ ਬਣਾਉਂਦੀ ਹੈ ਵਧੀਆ ਕਰਤਾਰ ਸਜਦੀ ਬੰਦੇ ਦਾ ਕਰੈਕਟਰ ਸਜਦੀ ਹੈ ਤਾਂ ਆਓ ਗੁਰੂ ਬਖਸ਼ਿਸ਼ ਕਰੇ ਅਸੀਂ ਗੁਰੂ ਦੀ ਪਿਆਰੀ ਸਿੱਖਿਆ ਉਤੇ ਆਪਣੇ ਜੀਵਨ ਨੂੰ ਤੋਰਨ ਦਾ ਯਤਨ ਕਰੀਏ ਭਾਗਾਂ ਵਾਲੇ ਪਰਿਵਾਰ ਨੇ ਅੱਜ ਆਪਣੇ ਬੱਚਿਆਂ ਦੇ ਆਮਦ ਵਿੱਚ ਇਹ ਤੱਕ ਬਹਾਨਾ ਬਣਦਾ ਸਾਥ ਸੰਗਤ ਜੀ ਅਸੀਂ ਸ਼ੁਕਰਾਨਾ ਕਰਨਾ ਹਰ ਵਕਤ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਅਸੀਂ ਆਪਣੀ ਜ਼ਿੰਦਗੀ 'ਚ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਸੁਖ ਵੇਲੇ ਤੇ ਸ਼ੁਕਰਾਨਾ ਕਰ ਲਈ ਕਿਹਾ ਹੀ ਆ ਜੇ ਕਿਤੇ ਦੁੱਖ ਦਾ ਵੀ ਕਿਤੇ ਸਮਾਨ ਬਣੇ ਨਾ ਕਹਿਣਾ ਦਾਤਾ ਜਿਸ ਪੀੜਾ ਚ ਮੈਂ ਪੈ ਰਿਆ ਨਾ ਮੈਨੂੰ ਕੱਢਣਾ ਵੀ ਹੁਣ ਤੁਸੀਂ ਆ ਪਿਆ ਕਿਤੇਆਂ ਦੁਖ ਭੁਖ ਸਦਮਾਰ ਏ ਭੇਦਾਤ ਤੇਰੀ ਦਤਾਰ ਪਰ ਆਪਾਂ ਤੇ ਪੰਕਤੀਆਂ ਸਿਰਫ ਪਤਾ ਕਦੋਂ ਲਿਖਦੇ ਨੇ ਜਦੋਂ ਕਾਰ ਲੈਣੀ ਹੈ ਨਾ ਕਾਰ ਕਈਆਂ ਨੇ ਕਾਰਾਂ ਦੇ ਸੀਸੇ ਮਗਰ ਲਿਖਿਆ ਹੁੰਦਾ ਕਿ ਇਹ ਭੇਦਾਤ ਤੇਰੀ ਪਰ ਇਹ ਪੰਕਤੀ ਦਾ ਪਹਿਲਾ ਹਿੱਸਾ ਪਤਾ ਕੀ ਆ ਕਿਤੇਆਂ ਦੁਖ ਜਿਗਤੇ ਤੈਨੂੰ ਅੱਜ ਹਸਪੀਟਲ ਵੀ ਇੱਕ ਰਾਤ ਰਹਿਣਾ ਪਿਆ ਨਾ ਆਪਣੇ ਕਿਸੇ ਪਰਿਵਾਰ ਦੇ ਜੀ ਕਰਕੇ ਕਵੀ ਦਾਤਾ ਵੀ ਤੇਰੀ ਦਾਤ ਆ ਮੈਂ ਅੱਜ ਹਸਪੀਟਲ ਰਿਆਂ ਤੇ ਮੇਰੀ ਇਹ ਹਾਲਤਾ ਜਿਹੜਿਆਂ ਲੋਕਾਂ ਦੇ ਕਈ-ਕਈ ਸਾਲ ਹਸਪੀਟਲਾਂ ਚੱਕਰ ਲਾਉਂਦੇ ਲੰਘ ਜਾਂਦੇ ਉਹ ਕਿਦਾਂ ਜ਼ਿੰਦਗੀ ਗੁਜ਼ਾਰਦੇ ਹੋਣਗੇ ਮੈਨੂੰ ਅੱਜ ਪਹਿਲੀ ਵਾਰ ਅਹਿਸਾਸ ਹੋਇਆ ਕਿਤਿਆਂ ਦੂਖ ਭੂਖ ਮਹਾਰਾਜ ਮੈਨੂੰ ਅੱਜ ਹੀ ਨਹੀਂ ਚੰਗੀ ਤਰ੍ਹਾਂ ਖਾਣ ਨੂੰ ਮਿਲਿਆ ਤੇ ਮੇਰੀ ਇਹ ਹਾਲਤਾ ਕਿਤੇ ਬੰਦੇ ਨੂੰ ਟਾਈਮ ਨਾ ਰੋਟੀ ਦੇ ਮਿਲੇ ਤੇ ਬੰਦਾ ਵੀ ਕਹਿੰਦਾ ਵੀ ਮੈਂ ਤਾਂ ਭੁੱਖਾ ਹੀ ਮਰ ਗਿਆ ਅੱਜ ਮੈਨੂੰ ਤਾਂ ਪ੍ਰਸ਼ਾਦਾ ਹੀ ਨਹੀਂ ਟਾਈਮ ਨਾ ਮਿਲਿਆ ਕਈ ਵਾਰੀ ਐਸਾ ਵਾਪਰਦਾ ਆ ਨਾ ਕਿ ਤੁਹਾਨੂੰ ਟਾਈਮ ਨਾ ਰੋਟੀ ਨਾ ਮਿਲੇ ਤੇ ਬੰਦਾ ਖੇਚ ਜਾਂਦਾ ਦਾਤਾ ਮੈਨੂੰ ਅੱਜ ਵਖਰੇ ਸਰ ਪ੍ਰਸ਼ਾਦਾ ਨਹੀਂ ਮਿਲਿਆ ਤੇ ਮੇਰੀ ਇਹ ਹਾਲਤ ਆ ਜਿਨ੍ਹਾਂ ਨੂੰ ਰੋਜ਼ ਹੀ ਨਹੀਂ ਟਾਈਮ ਨਾ ਮਿਲਦਾ ਹੋਵੇਗਾ ਜਿਨ੍ਹਾਂ ਨੂੰ ਰੋਜ਼ ਹੀ ਖਾਣਾ ਨਸੀਬ ਨਹੀਂ ਹੁੰਦਾ ਹੋਵੇਗਾ ਉਹ ਕਿਦਾਂ ਜੀਵਨ ਨੂੰ ਗੁਜ਼ਾਰਦੇ ਹੋਣਗੇ ਇਹ ਵੀ ਤੁਹਾਡੀ ਦਾਤਾ ਸੱਚਿਆ ਪਰਸ਼ਾ ਕੇਤਿਆਂ ਦੁੱਖ ਪੜੋ ਸਰ ਜੀ ਕੇਤਿਆਂ ਦੁੱਖ ਭੂਖ ਤੀਜਾ ਕੀ ਹੈ ਸਦਮਾਰ ਸੱਚਿਆ ਪਰਸ਼ਾ ਜੀ ਮੈਨੂੰ ਤੇ ਅੱਜ ਮਾਰ ਸਹਿਣੀ ਪਈ ਜਿਹੜੇ ਰੋਜ਼ ਹੀ ਮਾਰਾਂ ਸਹਿਰੇ ਨੇ ਕਿੱਦਾਂ ਜ਼ਿੰਦਗੀ ਜੀਉਂਦੇ ਹੋਣਗੇ ਇਹ ਪੇ ਦਾਤ ਤੇਰੀ ਦਾਤ ਆ ਸੱਚਾ ਪਰਸ਼ਾ ਵੀ ਤੁਹਾਡੀ ਦਾਤ ਹੈ ਅਸੀਂ ਪਦਾਰਥ ਦੇ ਆਉਣ ਨੂੰ ਤੇ ਦਾਤ ਕਹਿਣਾ ਹੀ ਕਹਿਣਾ ਵਾ ਸਾਡੇ ਕੋਲੋ ਚੀਜ਼ ਕੋਈ ਜਾਂਦੀ ਹੈ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਪੀ ਤੁਝੇ ਧਿਆਈਂ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਹੋਣਾ ਹੈ ਅਸੀਂ ਤੇ ਉਹ ਕੌਮ ਦੇ ਵਾਰਸਾਂ ਅਸੀਂ ਦੁੱਖ ਵਿੱਚ ਵੀ ਮਾਲ ਦਾ ਸ਼ੁਕਰਾਨਾ ਜਦੋਂ ਵੱਡਾ ਕੱਲੂ ਕਾਰਾ ਬਾੜ ਵਿੱਚ ਵਾਪਰਿਆ ਨਾ 5 ਫਰਵਰੀ ਜਦੋਂ ਬਾੜ ਦੇ ਵਿੱਚ 1762 ਵਿੱਚ ਵੱਡਾ ਕੱਲੂ ਕਾਰਾ ਵਾਪਰਿਆ ਤੇ ਇੱਕੇ ਦਿਨ ਦੇ ਵਿੱਚ ਹਜ਼ਾਰਾਂ ਸਿੱਖ ਸ਼ਾਦਲ ਦੇ ਜਾਮ ਪੀਂਦੇ ਆ ਜਦੋਂ ਸ਼ਾਮ ਨੂੰ ਉਹ ਸਿੱਖ ਰਹਿੰਦੇ ਜਿਹੜੇ ਅਰਦਾਸ ਕਰਦੇ ਆ ਨਾ ਉਹ ਫੇਰ ਵੀ ਚੜ੍ਹਦੀ ਕਲਾ ਵਾਲੀ ਅਰਦਾਸ ਕਰਦੇ ਉਹਨਾਂ ਵਿੱਚੋਂ ਇੱਕ ਇੱਕ ਪਰਿਵਾਰ ਦੇ ਕਈ ਕਈ ਜੀ ਸ਼ਾਦਲ ਦਾ ਜਾਮ ਪੀ ਗਏ ਸੀ ਬੜੀਆਂ ਪੀੜਾਂ ਆਈਆਂ ਜੀ ਇਸ ਕੌਮ ਦੇ ਉੱਤੇ ਬੜੇ ਝਖੜ ਝੁੱਲੇ ਪਰ ਜੇ ਫੇਰ ਵੀ ਸਾਰਾ ਕੁਝ ਗਵਾਉਣ ਤੋਂ ਬਾਅਦ ਉੱਠ ਕੇ ਖੜੇ ਹੋ ਜਾਂਦੇ ਨੇ ਇਹਨਾਂ ਇਹ ਮੈਂ ਕਹਿੰਦਾ ਕਿਤੇ ਸਾਡੇ ਗੁਰੂ ਦੀ ਕ੍ਰਾਮਾਤ ਕਹਿ ਲੋ ਗੁਰੂ ਦੀ ਬਖਸ਼ਿਸ਼ ਕਹਿ ਲੋ ਗੁਰੂ ਦੇ ਸ਼ਬਦ ਦੀ ਵਿਚਾਰ ਕਹਿ ਲੋ ਜਾਂ ਸਾਡੇ ਸਾਹਮਣੇ ਗੁਰੂ ਪਾਸ਼ਾ ਦਾ ਐਡਾ ਉੱਚਾ ਸੁੱਚਾ ਜੀਵਨ ਕਹਿ ਲੋ ਆਓ ਆਪਣੇ ਘਰਾਂ 'ਚ ਫੇਰ ਉਹ ਜਿਹਾ ਮਾਹੌਲ ਬਣਾਈਏ ਆਪਣੇ ਬੱਚੇ-ਬੱਚਿਆਂ ਨੂੰ ਬਾਣੀ ਨਾਲ ਜੋੜੀਏ ਕਾਰੋਬਾਰ ਕਰਨ ਸਾਡੇ ਜਿੱਥੇ ਮਰਜੀ ਬੱਚੇ ਜਿੱਥੇ ਮਰਜੀ ਰਹਿਣ ਜਿਹੜੇ ਮਰਜੀ ਦੇਸ਼ 'ਚ ਰਹਿਣ ਪਰ ਆਪਣੇ ਧੁਰੇ ਨਾਲ ਜੁੜ ਕੇ ਰਹਿਣ ਜੇ ਕ੍ਰਿਸਚੀਅਨ ਲੋਕ 25 ਦਸੰਬਰ ਦਾ ਆਪਣਾ ਦਿਨ 크ਿਸਮਸ ਦੇ ਲੋਕਾਂ ਤੱਕ ਪਹੁੰਚਾ ਸਕਦੇ ਆ ਸਾਡਾ ਤਾਂ 20 ਦਸੰਬਰ ਤੋਂ ਲੈ ਕੇ 27 28 ਦਸੰਬਰ ਦਾ 7 6 7 ਪੋ ਤੋਂ ਲੈ ਕੇ 12 13 ਪੋ ਦਾ ਇਤਿਹਾਸ ਹੀ ਬੜਾ ਕਮਾਲ ਦਾ ਅਸੀਂ ਕਿਉਂ ਨਹੀਂ ਦੱਸ ਸਕਦੇ ਜੀ ਉਹਨਾਂ ਨੂੰ ਆਪਣਾ ਮੁਬਾਰਕ ਹੈ ਉਹ ਆਪਣਾ ਦਸਣ ਜਮ ਜਮ ਦਸਣ ਅਸੀਂ ਉਹਨਾਂ ਨੂੰ ਰੋਕਦੇ ਨਹੀਂ ਪਰ ਆਪਣਾ ਵੀ ਤਾਂ ਦਸੀਏ ਨਾ ਵੀ ਸਾਡਾ ਇਤਿਹਾਸ ਵੇਡਾ ਏਡਾ ਕਮਾਲ ਦਾ ਜਿੱਥੇ ਛੋਟੀ ਉਮਰ ਦੇ ਵਿੱਚ ਸਭ ਜਿਆਦੇ ਨੀਹਾਂ ਚ ਚਨੇ ਗਏ ਬੰਦ-ਬੰਦ ਕੱਟੇ ਗਏ ਖੋਪਰ ਲਾਏ ਗਏ ਉਹਨਾਂ ਮਾਵਾਂ ਨੇ ਸਦਕ ਨਹੀਂ ਆ ਰਿਹਾ ਇੱਕੇ ਪਰਿਵਾਰ ਦੇ ਜੀ ਚੜ੍ਹਦੀ ਕਲਾ ਵਿੱਚ ਜੀਵਨ ਗੁਜ਼ਾਰਦੇ ਆ ਤੇ ਜਦੋਂ ਆਪਣੇ ਘਰਾਂ ਚ ਇੱਕ ਬੇਨਤੀ ਅਖੀਰ ਤੇ ਕਹਿ ਕੇ ਤੁਹਾਡੇ ਕੋਲੋਂ ਮੈਂ ਖਿਮਾ ਮੰਗਾ ਸਾਧ ਸੰਗਤ ਜੀ ਜਦੋਂ ਆਪਣੇ ਘਰਾਂ ਚੋਂ ਪੁੱਤਾਂ ਦੀਆਂ ਬਰਾਤਾਂ ਲੈ ਕੇ ਜਾਂਦੇ ਹੋ ਨਾ ਜਿਸ ਦਿਸ ਦਿਨ ਉਹ ਦਿਨ ਧੰਨਵਾਦ ਕਰਿਆ ਕਰੋ ਕਲਗੀਧਰ ਪਰਸ਼ਾ ਦਾ ਸੱਚਾ ਪਰਸ਼ਾ ਜੀ ਅੱਜ ਮੈਂ ਆਪਣੇ ਘਰੋਂ ਬੱਚੇ ਦੀ ਬਰਾਤ ਲੈ ਕੇ ਜਾ ਰਿਆਂ ਨਾ ਇਹਦਾ ਸਿਰ ਮਹਾਰਾਜ ਤੁਹਾਡੇ ਸਿਰ ਜਾਂਦਾ ਤੁਸੀਂ ਆਪਣਾ ਸਭ ਕੁਝ ਸਾਡੇ ਤੋਂ ਕੁਰਬਾਨ ਕੀਤਾ ਤੁਸੀਂ ਵੱਡੇ ਸਾਹਿਬ ਜਾਦੇ ਛੋਟੇ ਸਾਹਿਬ ਜਾਦੇ ਮਾਤਾ ਇੱਕੇ ਹਫ਼ਤੇ ਦੇ ਵਿੱਚ 6 ਪੋ ਨੂੰ ਪਰਿਵਾਰ ਆਨੰਦਪੁਰ ਸਾਹਿਬ ਇਕੱਠਾ ਬੈਠਾ ਵਾ ਤੇ 13 ਪੋ ਤੱਕ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਵੀ ਹੋ ਗਿਆ ਵੱਡੇ ਸਾਹਿਬ ਜਾਦਿਆਂ ਦਾ ਜਿਹੜਾ ਵਾ ਉਹ 10 ਪੋ ਨੂੰ ਹੋਇਆ ਤੇ 13 ਪੋਰ ਨੂੰ ਛੋਟੇ ਸਾਬ ਜਾਦੇ ਤੇ ਮਾਤਾ ਗੁਜਰ ਕੌਰ ਜੀ 21 ਹਫਤੇ ਦੇ ਵਿੱਚ ਪਰਿਵਾਰ ਦੇ ਪੰਜ ਜੀ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਰ ਫਿਰ ਵੀ ਪਰਵਾਸ ਪਰਪਾਸ਼ਾ ਚੜਦੀ ਕਲਾ ਵਿੱਚ ਜੀਵਨ ਗੁਜ਼ਾਰਦੇ ਆ ਆਓ ਅਸੀਂ ਉਸ ਕੌਮ ਦੇ ਵਾਰਿਸਾਂ ਅਸੀਂ ਸਾਡੀ ਖੁਸ਼ੀ ਵੀ ਗੁਰੂ ਤੋਂ ਬਿਨਾ ਅਧੂਰੀ ਆ ਸਾਡੀ ਗਮੀ ਵਿੱਚ ਅਸੀਂ ਹੋਰ ਡੋਲਦੇ ਅ ਜੇ ਸਾਡੇ ਕੋਲ ਗੁਰੂ ਨਾ ਹੋਵੇ ਅਸੀਂ ਹਮੇਸ਼ਾ ਪਰਮਾਤਮਾ ਦਾ ਲੜ ਫੜ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਧਰ ਜੀ ਆਰੇ ਇੱਕ ਟੇਕ ਤੂੰ ਸਾਰੇ ਬੋਲੋ ਧਰ ਜੀ ਆਰੇ ਇੱਕ ਟੇਕ ਤੂੰ ਲਹਾ ਬਡਾਨੀਆਸ ਨਾਨਕ ਨਾਮ ਤੇ ਆਈ ਹੈ ਸਾਰੇ ਬੋਲੋ ਜੀ ਕਾਰ ਜਾਵੇ ਰਾਸ ਅਸੀਂ ਸੱਚਾ ਪਰਸ਼ਾ ਤੁਹਾਡਾ ਜਿੰਨਾ ਧੰਨਵਾਦ ਕਰੀਏ ਉਹਨਾਂ ਥੋੜਾ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਹੈ ਪਰਿਵਾਰ ਨੂੰ ਮਾਲਕ ਨੇ ਜੋ ਬੱਚਿਆਂ ਦੀ ਦਾਤ ਬਖਸ਼ਿਸ਼ ਕੀਤੀ ਹੈ ਅਕਾਲ ਪੁਰਖ ਵੈਗਰੂ ਸਿੱਖੀ দান ਸਿੱਖੀ ਵਿਚਾਰਤਾਰਾ ਬਖਸ਼ਿਸ਼ ਕਰੇ ਬੱਚੇ ਬੱਚੀਆਂ ਦੀ ਲੰਬੀ ਉਮਰ ਹੋਵੇ ਆਪਣੇ ਮਾਂ ਬਾਪ ਦੇ ਆਗਿਆਕਾਰੀ ਆਪਣੀ ਗੁਰੂ ਦੀ ਸਿੱਖਿਆ ਨੂੰ ਜ਼ਿੰਦਗੀ ਵਿੱਚ ਧਾਰਨ ਕਰ ਸਕਣ ਅਖੀਰ ਤੇ ਦੋਸ ਲੋਕ ਭਗਤ ਕਬੀਰ ਜੀ ਦੇ ਕਹਿ ਕੇ ਤੁਹਾਡੇ ਕੋਲੋਂ ਖਿਮਾ ਮੰਗਾ ਭਗਤ ਕਬੀਰ ਜੀ ਦਾ ਬਹੁਤ ਪਿਆਰਾ ਬਚਨ ਹੈ ਕਬੀਰ ਨਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਆਕਾਸ਼ ਵਿੱਚ ਜਿਹੜੋ ਕਣੀ ਡਿੱਗਦੀ ਹੈ ਨਾ ਜਿਹਨੂੰ ਆਪਾਂ ਸਵਾਂਤੀ ਬੂੰਦ ਕਹਿੰਦੇ ਆ ਸਵਾਂਤੀ ਬੂੰਦ ਕੋ ਵੱਖਰੀ ਬੂੰਦ ਨਹੀਂ ਹੁੰਦੀ ਜਿਹੜੀ ਆਕਾਸ਼ ਚੋਂ ਡਿੱਗੀ ਕਣੀ ਨੂੰ ਅਜੇ ਧਰਤੀ ਦੀ ਸ਼ੋਹ ਪ੍ਰਾਪਤ ਨਹੀਂ ਹੋਈ ਉਹਨੂੰ ਸਵਾਂਤੀ ਬੂੰਦ ਕਹਿੰਦੇ ਆ ਭਗਤ ਕਬੀਰ ਜੀ ਕਹਿੰਦੇ ਆ ਜਿਹੜੀ ਆਕਾਸ਼ ਚੋਂ ਡਿੱਗੀ ਕਣੀ ਜੇ ਉਪਜਾਊ ਧਰਤੀ 'ਚ ਡਿੱਗ ਪਵੇ ਤੇ ਉਹ ਫਸਲ ਦਾ ਰੂਪ ਬਣ ਜਾਂਦੀ ਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਉਸ ਬੂੰਦ ਨੂੰ ਧਰਤੀ ਨਾਲੋਂ ਵੱਖ ਨਹੀਂ ਕਰ ਸਕਦੀ ਕਿਉਂਕਿ ਹੁਣ ਬੂੰਦ ਆਪਣੇ ਆਪ ਨੂੰ ਮਿਟਾ ਕੇ ਫਸਲ ਦਾ ਰੂਪ ਬਣ ਚੁੱਕੀ ਆ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਉਹ ਭੂਮ ਦੇ ਵਿੱਚ ਮਾਲਕ ਮਿਲ ਗਈ ਅਣਕ ਸਿਆਣੇ ਪਚ ਗਏ ਨਾ ਨਰਵਾਰੀ ਜਾਏ ਹੁਣ ਅਨੇਕਾਂ ਲੋਕ ਉਸ ਬੂੰਦ ਨੂੰ ਵੱਖਰਾ ਕਰਨਾ ਚਾਹਣ ਵੱਖ ਨਹੀਂ ਕਰ ਸਕਦੇ ਕਿਉਂਕਿ ਉਹ ਬੂੰਦ ਮਿੱਟੀ 'ਚ ਰਲ ਕੇ ਉਹ ਫਸਲ ਦਾ ਰੂਪ ਬਣ ਗਈ ਆ ਅਛਾ ਦੂਜੀ ਉਦਾਹਰਨ ਦਿੱਤੀ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ ਆਕਾਸ਼ ਚ ਡਿੱਗੀ ਕਣੀ ਪਥਰੀਲੀ ਧਰਤੀ ਤੇ ਜਾ ਡਿੱਗੀ ਲੋਹ ਤਾਪਰੀ ਸੀ ਉਹਤੇ ਜਾ ਡਿੱਗੀ ਉਹਨੂੰ ਚੰਗੀ ਸੰਗਤ ਨਹੀਂ ਮਿਲੀ ਉਹ ਨਾ ਚੰਗੀ ਸੰਗਤ ਮਿਲ ਕਰਕੇ ਪਥਰਾਂ ਤੇ ਡਿੱਗਣ ਕਰਕੇ ਆਪਣਾ ਵਜੂਦ ਗਵਾ ਕੇ ਬਹਿ ਗਈ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤ ਇਉ ਮਾਨੀ ਬਿਨਾ ਚੰਗੀ ਸੰਗਤ ਤੋਂ ਇਉ ਮਾਨੀ ਹੋਏ ਗਈ ਪਠਾ ਸ਼ਾਰ ਉਹ ਸਵਾ ਬਣ ਗਈ ਤੁਸੀਂ ਵੇਖਿਆ ਕਿ ਵੀ ਆਪਾਂ ਲੋਹ ਤੇ ਪ੍ਰਸ਼ਾਦੇ ਲਾ ਰਹੇ ਹੋਈਏ ਉਧਰੋਂ ਮੀਂਹ ਦੀਆਂ ਕਣੀਆਂ ਡਿੱਗ ਪੈਣ ਉਹ ਜਿਹੜੀ ਬੂੰਦ ਤੋਂ ਡਿੱਗਦੀਆਂ ਨਾ ਲੋਹ ਤੇ ਡਿੱਗਦੇ ਡਿੱਗਦੇ ਨਾਲ ਹੀ ਉਹ ਆਪਣਾ ਵजूद ਗਵਾ ਕੇ ਬਹਿ ਜਾਂਦੀ ਹੈ ਕਿਉਂਕਿ ਉਹ ਸਹੀ ਟਿਕਾਣੇ ਨਾਲ ਡਿੱਗੀ ਗੱਲ ਬੂੰਦ ਹੀ ਨਹੀਂ ਹੋ ਰਹੀ ਜੀ ਉਥੇ ਗੱਲ ਤੁਹਾਡੀ ਤੇ ਮੇਰੀ ਹੋ ਰਹੀ ਆ ਆਕਾਸ਼ ਚ ਡਿੱਗੀ ਬੂੰਦ ਦਾ ਅਰਥ ਹੈ ਜਦੋਂ ਬੱਚਾ ਦੁਨੀਆ ਤੇ ਆਉਂਦਾ ਨਾ ਉਹਦਾ ਕੋਈ ਮੇਰ ਤੇਰ ਨਹੀਂ ਹੁੰਦਾ ਕਦੀ ਤੁਸੀਂ ਵੇਖਿਓ ਬਾਣੀ ਜਦੋਂ ਸ਼ਬਦ ਵਰਤੇ ਨਾ ਵੀ ਭੋਲੇ ਭਾਏ ਮਿਲੇ ਰਗਰਾਇਆ ਪਰਮਾਤਮਾ ਮਿਲਦਾ ਭੋਲੇ ਪਾਣਾ ਤੇ ਭੋਲਾਪਾ ਸਭ ਤੋਂ ਵਧੀਆ ਹੁੰਦਾ ਬੱਚੇ ਅੰਦਰ ਤੁਸੀਂ ਵੇਖੋ ਬੱਚੇ 'ਚ ਭੋਲਾਪਾ ਕਿੱਦਾਂ ਹੁੰਦਾ ਤੁਸੀਂ ਆਪਣੇ ਘਰਾਂ 'ਚ ਬੱਚੇ ਵੇਖਿਓ ਕਈ ਵਾਰੀ ਦਰਾਨੀ ਦੀ ਜਥਾਣੀ ਨਾਲ ਨਹੀਂ ਬਣਦੀ ਲੜਪੀਆਂ ਆਪਸ ਵਿੱਚ ਪੰਜ ਦਿਨ ਨਹੀਂ ਬੋਲੀਆਂ ਹਫਤਾ ਨਹੀਂ ਬੋਲੀਆਂ ਪਰ ਬੱਚਾ ਤੇ ਤਾਈਵਾਲ ਤਾਈਵਾਲ ਵੇਖ ਕੇ ਵੀ ਹੱਸ ਪੈਂਦਾ ਬੱਚਾ ਤੇ ਚਾਚੀਵਾਲ ਵੇਖ ਕੇ ਵੀ ਤੁਸੀਂ ਵੇਖਿਆ ਹੋਣਾ ਕਈ ਵਾਰੀ ਭਰਾ ਦੀ ਭਰਾ ਨਾਲ ਨਹੀਂ ਬਣਦੀ ਗੁੱਸੇ ਹੋ ਗਏ ਨਹੀਂ ਬੋਲੇ 15 ਦਿਨ ਪਰ ਬੱਚਾ ਤੇ ਚਾਚੇਵਾਲ ਵੇਖ ਕੇ ਵੀ ਹੱਸ ਪੈਂਦਾ ਉਗੀ ਸ਼ੋਟਾਉ ਨੂੰ ਥੋੜਾ ਪਤਾ ਹੈ ਵੀ ਵੀ ਮੇਰੇ ਬਾਪੂ ਨਾਲ ਮੇਰੇ ਤਾਇਏ ਦੀ ਤੇ ਚਾਚੇ ਦੀ ਬੰਦੀ ਨਹੀਂ ਤੁਹਾਡਾ ਆਂਢੀ ਗੁਆਂਢੀ ਤੁਹਾਡੇ ਨਾਲ ਉਹਦੀ ਨਹੀਂ ਬੰਦੀ ਬੱਚੇ ਨੂੰ ਤੇ ਉਹ ਕਈ ਵਾਰੀ ਤੁਸੀਂ ਤਾਂ ਮਾੜੀ ਦੀ ਸਹਤ ਵਾਰੋ ਬੱਚਾ ਉਹਦੇ ਉਹਨਾਂ ਦੇ ਵੇਖ ਕੇ ਵੀ ਖੁਸ਼ ਹੋ ਪੈਂਦਾ ਉਹ ਚ ਭੂੜਾ ਪਾਵਾ ਉਹਨੂੰ ਮੇਰ-ਤੇਰ ਦਾ ਨਹੀਂ ਪਤਾ ਪਰ ਜਿਉਂ-ਜਿਉਂ ਬੱਚੇ ਵੱਡੇ ਹੋਣਾ ਨਾ ਉਹਦੇ ਜ਼ਹਿਰ ਆਪਾਂ ਭਰਨਾ ਫਿਰ ਅਸੀਂ ਉਹਦੇ ਲਾਗੇ ਮਾੜੀਆਂ ਗੱਲਾਂ ਕਰਨੀਆਂ ਤਾਇਏ ਲਾਗੇ ਨਾ ਜਾਈਂ ਚਾਚੀ ਟੂਨੇ ਕਰ ਦਿਓ ਤਾਈ ਕੇ ਬਾਬੇ ਕੋ ਜਾਂਦੀਓ ਉਹ ਫਿਰ ਇਹੋ ਜਿਹੀਆਂ ਗੱਲਾਂ ਪਰਨੀਆਂ ਅੱਜ ਤਾਈ ਵਿਚਾਰੀ ਬਾਹਰ ਖਲੋਤੀ ਸੀ ਗਲੀ 'ਚ ਬੱਚਾ ਲਾਗੋਂ ਦੀ ਲੰਘਿਆ ਉਹਨੇ ਤਾਈ ਤੇ ਚਾਚੀ ਵੱਲ ਧਿਆਨ ਨਾ ਵੇਖਿਆ ਵੀ ਨਹੀਂ ਕਿਉਂ ਕਿਉਂਕਿ ਹੁਣ ਉਹਨੂੰ ਮੇਰ-ਤੇਰ ਦਾ ਪਤਾ ਲੱਗ ਗਿਆ ਹੁਣ ਉਹ ਇਹ ਜੋ ਵਿੱਚ ਹਮ ਤੁਮ ਕਾ ਹੋਤੇ ਤਨ ਕੀ ਬਾਤ ਉਹਦੇ ਅੰਦਰ ਮੇਰ-ਤੇਰ ਸੀ ਨਾ ਉਹ ਅਸੀਂ ਪੈਦਾ ਕੀਤੀ ਆ ਬੱਚਾ ਜਦੋਂ ਤੱਕ ਛੋਟਾ ਸੀ ਉਹ ਦੁਸ਼ਮਣਾਂ ਨੂੰ ਦੇਖ ਕੇ ਵੀ ਹੱਸ ਪੈਂਦਾ ਸੀ ਇਹਨੂੰ ਭੂੜਾ ਪਾ ਕਹਿੰਦੇ ਆ ਹੁਣ ਬੱਚਾ ਆਕਾਸ਼ 'ਚੋਂ ਨਰਮਲ ਬੂੰਦਾਰਾ tha ਬੱਚਾ ਦੁਨੀਆ ਤੇ ਆਇਆ ਜੇ ਤੈਨੂੰ ਚੰਗੀ ਸੰਗਤ ਮਿਲ ਗਈ ਚੰਗੀ ਮਾਂ ਮਿਲ ਗਈ ਚੰਗਾ ਪਿਓ ਮਿਲ ਗਿਆ ਚੰਗਾ ਸਮਾਜ ਮਿਲ ਗਿਆ ਫਿਰ ਤੇ ਉਸ ਬੂੰਦ ਦੀ ਤਰ੍ਹਾਂ ਉਹਨੇ ਧਰਤੀ 'ਚ ਮਿਕਸ ਹੋ ਜਾਣਾ ਦੁਨੀਆ ਦੀ ਕੋਈ ਤਾਕਤ ਉਸ ਬੂੰਦ ਨੂੰ ਧਰਤ ਤੋਂ ਵੱਖ ਨਹੀਂ ਕਰ ਸਕਦੀ ਤੇ ਜੇ ਉਹਨੂੰ ਚੰਗੀ ਮਾਂ ਨਾ ਮਿਲੀ ਚੰਗੇ ਸੰਸਕਾਰ ਪਰਿਵਾਰ 'ਚੋਂ ਨਾ ਮਿਲੇ ਹੋਏ ਗਈ ਭਟਚਾਰ ਫਿਰ ਤੇ ਬੂੰਦ ਦੁਨੀਆ ਤੇ ਆਈ ਨਾ ਆਈ ਇੱਕ ਬਰਾਬਰ ਆ ਡਿੱਗਦੀ ਕਣੀ ਕਈ ਵਾਰੀ ਪੱਟੀ ਤੇ ਸਵਾਦ ਰੂਪ ਉਸ ਵਾਲੇ ਬਣ ਜਾਂਦੀ ਆ ਆਹ ਅਰਦਾਸ ਕਰੀਏ ਸੱਚਿਆ ਪਾਤਸ਼ਾਹ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਚੰਗੀ ਸਿੱਖਿਆ ਦੇ ਸਕੀਏ ਚੰਗੇ ਸੰਸਕਾਰ ਦੇ ਕੇ ਜਾਈਏ ਚੰਗੀਆਂ ਵਿਚਾਰਾਂ ਚੰਗੇ ਗੋਣਾ ਆਪਣੀ ਜ਼ਿੰਦਗੀ ਚ ਦੇ ਕੇ ਜਾਈਏ ਤੇ ਆਪਣੇ ਘਰਾਂ ਚ ਖੰਡੇ ਦੀ ਪੌਲ ਲੈ ਕੇ ਗੁਰੂ ਦੇ ਪੁੱਤ ਤੀਆਂ ਬਣ ਕੇ ਨਸ਼ਿਆਂ ਤੋਂ ਰਹਿਤ ਹੋ ਕੇ ਸੋਹਣਾ ਸਮਾਜ ਸਿਰਜਣ ਦੀ ਆਤ ਪਾਈਏ ਘਰਾਂ ਚ ਬਾਣੀਆਂ ਪੁੱਥੀਆਂ ਰੱਖੋ ਸਹਿਜ ਪਾਠ ਕਰਨ ਦੀ ਆਤ ਪਾਓ ਗੁਰਬਾਣੀ ਨੂੰ ਸਮਝ ਕੇ ਪੜੀਏ ਭਾਵੇਂ ਇੱਕ ਪੰਕਤੀ ਰੋਜ਼ ਸਮਝ ਕੇ ਪਾਠ ਕਰੀਏ ਪਰ ਗੁਰਬਾਣੀ ਖੁਦ ਪੜੀਏ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਗ੍ਰੰਤੀ ਸਿੰਘਾਂ ਨੇ ਗੁਰਬਾਣੀ ਦਾ ਪਾਠ ਕੀਤਾ ਸਮੂਹ ਸੇਵਾਦਾਰਾਂ ਦਾ ਸਮੂਹ ਸੰਗਤ ਜਿਨ੍ਹਾਂ ਤੁਸੀਂ ਰਿਸ਼ਤੇਦਾਰ ਸਾਖ ਸਬੰਧੀ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਜੀ ਬਹੁਤ ਪਿਆਰ ਨਾਲ ਧੰਨਵਾਦ ਤੁਹਾਡਾ ਜੀ ਤੁਸੀਂ ਬੜੇ ਪਿਆਰ ਨਾਲ ਟਿਕਾਚ ਬੈਠ ਕੇ ਸਾਰਿਆਂ ਨੇ ਦੀਵਾਨ ਦੇ ਵਿੱਚ ਹਾਜ਼ਰੀ ਭਰੀਏ ਨਹੀਂ ਤੇ ਇਹੋ ਜੇ ਮਾਹੌਲ ਦੇ ਵਿੱਚ ਬਹੁਤ ਘਟ ਹੈ ਕਿ ਸਾਨੂੰ ਬਹਿਣ ਦੀ ਆਤ ਹੁੰਦੀ ਪਰ ਤੁਹਾਡਾ ਸਾਰਿਆਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦਾ ਕਿ ਤੁਸੀਂ ਬੜੇ ਟਿਕਾ ਨਾਲ ਬੜੇ ਪਿਆਰ ਦੇ ਨਾਲ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਅੱਜ ਦੇ ਦੀਵਾਨ ਵਿੱਚ ਹਾਜ਼ਰੀ ਭਰੀ ਇਹੋ ਜਿਹਾ ਮੌਲ ਬਣਾਉ ਕਿ ਆਡੇ ਬੱਚੇ ਬੱਚੀਆਂ ਜਦੋਂ ਆਨੰਦਕਾਰਜ ਹੋਣ ਅਸੀਂ ਉਦੋਂ ਵੀ ਇਦਾਂ ਦੇ ਦੀਵਾਨ ਸੁਝਾ ਸਕੀਏ ਅਸੀਂ ਵਹਿਮਾਂ ਚੋਂ ਭਰਮਾਂ ਚੋਂ ਪਖੰਡਾਂ ਚੋਂ ਜਿਹੜਾ ਅਸੀਂ ਗੰਦਮਾਂ ਦਾ ਆਪਣੇ ਬੱਚਿਆਂ ਦੀਆਂ ਵਹਿਵਾਂ ਸ਼ਾਦੀਆਂ ਤੇ ਜਾ ਕੇ ਅਸ਼ਰੀਲ ਪਰੋਸਦੇ ਆਂ ਕਾਸ਼ ਕਿਤੇ ਅਸੀਂ ਇਹੋ ਜਿਹਾ ਮਾਹੌਲ ਸਿਰ ਸਕੀਏ ਗੁਰਮਤ ਦੀ ਲਹਿਰ ਦੁਨੀਆ ਤੇ ਚਲਾ ਸਕੀਏ ਆਪਣੇ ਬੱਚੇ ਬੱਚੀਆਂ ਨੂੰ ਗੁਰਮਤ ਨਾਲ ਜੋੜ ਸਕੀਏ ਸਾਰਿਆਂ ਦਾ ਧੰਨਵਾਦ ਪੁੱਲਾਂ ਚੁੱਕਾਂ ਦੀ ਖਿਮਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਆਓ ਅਸੀਂ ਗੁਰੂ ਦੇ ਲੜ ਲਗੀਏ ਵਹਿਮਾਂ ਪਰਮਾਂ ਪਖੰਡਾਂ ਨੂੰ ਛੱਡੀਏ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਕਰੰਤ ਕੋਟਾਨ ਕੋਟ ਸ਼ੁਕਰਾਨਾ ਫਤਿਹ ਬਲਾਓ ਗੱਜ ਕੇ ਆਖੋ ਸਾ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ